ਪੰਜਾਬੀ ਰੇਡੀਓ ਜੋ ਐਸਐਸ ਹੋ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆਯੁਰਵੈਦਿਕ ਤਰੀਕੇ ਦੇ ਨਾਲ, ਕੁਛ ਕੁ ਚੀਜ਼ਾਂ ਸਾਡੇ ਕਿਚਨ ਦੇ ਵਿੱਚ ਹੀ ਪਈਆਂ ਹੁੰਦੀਆਂ, ਸਾਡੀ ਰਸੋਈ ਦੇ ਵਿੱਚ ਪਈਆਂ ਹੁੰਦੀਆਂ, ਉਹਨਾਂ ਨੂੰ ਕਿਵੇਂ ਵਰਤਣਾ ਆ, ਜਾਂ ਕੋਈ ਸੌਖੀਆਂ ਹੀ ਚੀਜ਼ਾਂ ਜਿਹੜੀਆਂ ਉਹ ਸਟੋਰਾਂ ਤੋਂ ਮਿਲ ਜਾਂਦੀਆਂ, ਜਾਂ ਤੁਸੀਂ ਐਮਾਜ਼ੋਨ ਤੋਂ ਲੈ ਸਕਦੇ ਆ, ਜਾਂ ਤੁਹਾਡੀ ਕਿਤੇ ਨਾ ਕਿਤੇ ਪੰਜਾਬ ਫੇਰੀ ਵੱਜਦੀ ਆ ਅਤੇ ਤੁਸੀਂ ਉੱਥੋਂ ਇਹ ਚੀਜ਼ਾਂ ਲਿਆ ਸਕਦੇ ਹੋ। ਉਹਨਾਂ ਚੀਜ਼ਾਂ ਨੂੰ ਲਿਆ ਕੇ ਜਿਸ ਤਰ੍ਹਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਵਰਤ ਸਕਦੇ ਆ। ਸੋ ਕਈ ਵਾਰੀ ਤੁਸੀਂ ਉਦਾਂ ਸਟੋਰ ਤੇ ਜਾਂਦੇ ਕੋਈ ਚੀਜ਼ ਚੱਕ ਲਿਆਉਂਦੇ, ਪਰ ਹਾਂ ਤੁਸੀਂ ਜੇ ਤੁਹਾਨੂੰ ਪਤਾ ਆ ਕਿਸੇ ਚੀਜ਼ ਲਈ ਹੈਗੀ ਆ ਤੇ ਤਾਂ ਹੀ ਖਰੀਦਿਆ ਕਰੋ, ਨਹੀਂ ਤਾਂ ਤੁਸੀਂ ਉਹਨਾਂ ਨੂੰ ਲੈ ਆਉਂਦੇ ਆ ਤੇ ਫਿਰ ਉਹ ਵਾਪਸ ਵੀ ਨਹੀਂ ਮੋੜਦੇ। ਸੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਲਿਖ ਲਿਆ ਕਰੋ ਚੀਜ਼ਾਂ ਨੂੰ, ਲਿਖ ਕੇ ਤਾਂ ਫਿਰ ਤੁਸੀਂ ਉਹਨਾਂ ਚੀਜ਼ਾਂ ਨੂੰ ਲਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ ਕਿ ਜਿਹੜੀ ਚੀਜ਼ ਤੁਸੀਂ ਲਈ ਸੀ ਉਸ ਤੋਂ ਤੁਹਾਨੂੰ ਆਰਾਮ ਆਇਆ ਸੀ, ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਉਹ ਭਲਾ ਕਰ ਰਹੇ ਹੁੰਦੇ ਆ, ਤੁਸੀਂ ਵੀ ਭਲੇ ਦੇ ਵਿੱਚ ਹਿੱਸਾ ਪਾ ਰਹੇ ਹੁੰਦੇ ਆ। ਸੋ ਤੁਸੀਂ ਜ਼ਰੂਰ ਆਪਣੀ ਫੀਡਬੈਕ ਆ ਉਹ ਜ਼ਰੂਰ ਦੇਣੀ ਆ। ਪੰਜਾਬੀ ਰੇਡੀਓ ਜੋ ਐਸੇ ਦੇ ਨਾਲ ਤੁਸੀਂ ਜੁੜਦੇ ਹੋ, ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਐਪ ਡਾਊਨਲੋਡ ਕੀਤੀ ਹੋਈ ਆ, ਯੂਟਿਊਬ 'ਤੇ, ਜਿਸ ਤਰ੍ਹਾਂ ਵੀ ਤੁਸੀਂ ਪੰਜਾਬੀ ਰੇਡੀਓ ਜੋ ਐਸੇ ਨੂੰ ਸੁਣਦੇ ਹੋ, ਅੱਗੋਂ ਪਿੱਛੋਂ ਸੁਣਦੇ ਹੋ, ਆਪ ਸਭ ਨੂੰ ਜੀ ਆਇਆਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਤਾਂ ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ ਅਤੇ ਐਤਵਾਰ ਇਸ ਦਾ ਰਿਪੀਟ ਹੁੰਦਾ ਆ। ਐਤਵਾਰ ਰਾਤ ਨੂੰ ਤੁਸੀਂ ਰਿਪੀਟ ਸੁਣਦੇ ਹਾਂ, ਕਈ ਵਾਰ ਤੁਹਾਨੂੰ ਉਸ ਵੇਲੇ ਵੀ ਕਈ ਚੀਜ਼ਾਂ ਯਾਦ ਹੁੰਦੀਆਂ ਅਤੇ ਉਹ ਤੁਸੀਂ ਉਸ ਵੇਲੇ ਨਹੀਂ, ਉਸ ਤੋਂ ਬਾਅਦ ਜਿੱਦਾਂ ਮੰਗਲਵਾਰ ਨੂੰ ਕੈਲੀਫੋਰਨੀਆ ਟਾਈਮ ਸਾਹਿਬ 4 ਤੋਂ 5:30। ਹੁਣ ਅਸੀਂ ਤੁਹਾਡੀਆਂ ਕਾਲਸ ਲਵਾਂਗੇ, ਜੇ ਤੁਹਾਨੂੰ ਵੀ ਕੋਈ ਤੁਸੀਂ ਕੁਛ ਪੁੱਛਣਾ ਆ, ਕੁਛ ਦੱਸਣਾ ਆ, ਉਹ ਤੁਸੀਂ ਦੱਸ ਸਕਦੇ ਹਾਂ। ਸਿਆਣੇ ਕਹਿੰਦੇ ਹੁੰਦੇ ਕਿ ਜਦੋਂ ਆਰਾਮ ਕਿਸੇ ਨੂੰ ਆਉਣਾ ਆ ਤਾਂ ਸਵਾਹ ਦੀ ਪੁੜੀ ਤੋਂ ਆ ਜਾਂਦਾ। ਸੋ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਇਹ ਆਪਾਂ ਵਰਤਦੇ ਹਾਂ, ਕੋਈ ਖਾਣਾ ਚੰਗਾ ਕਰਨਾ ਵਰਤਦੇ ਹਾਂ, ਜਾਂ ਇਹ ਚੀਜ਼ਾਂ ਲੈਂਦੇ ਹਾਂ, ਕਿਸੇ ਦਾ ਬਲੱਡ ਪ੍ਰੈਸ਼ਰ ਹਟ ਜਾਂਦਾ, ਕਿਸੇ ਦੀ ਸ਼ੂਗਰ ਹਟ ਜਾਂਦੀ, ਜਿਹੜੀਆਂ ਆਮ ਬਿਮਾਰੀਆਂ, ਕਿਸੇ ਦੀ ਕੋਲੈਸਟ੍ਰੋਲ ਹਟ ਜਾਂਦੀ ਆ, ਕਿਸੇ ਦੇ ਹੱਥ ਹਿੱਲਣੋਂ ਹਟ ਜਾਂਦੇ ਆ, ਕਿਸੇ ਦੇ ਗੋਡੇ ਹਟ ਜਾਂਦੇ ਆ। ਸੋ ਜਿੰਨੀਆਂ ਵੀ ਤੁਹਾਡੇ ਕੋਲ ਚੀਜ਼ਾਂ ਹੁੰਦੀਆਂ ਤੁਸੀਂ ਉਹ ਜ਼ਰੂਰ ਦੱਸਿਆ ਕਰੋ। 408-272-5200 'ਤੇ ਆਪਾਂ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਅੱਗੇ ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ ਬਲਵੰਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਤੇ ਮੈਂ ਪੁੱਛਣਾ ਸੀ ਜੀ, ਮਤਲਬ ਬਹਾਦਰ ਵੀਰ ਜੀ ਨੂੰ ਗੈਸ ਬਾਰੇ ਪੁੱਛਿਆ ਸੀਗਾ ਜੀ। ਉਹ ਕਹਿੰਦੇ ਸੀ ਵੀ ਤੁਸੀਂ ਨਾ ਚਾਹ ਦੇ ਵਿੱਚ ਸ਼ਹਿਦ ਪਾ ਕੇ ਪੀਆ ਕਰੋ। ਹਾਂਜੀ ਉਹ ਮਤਲਬ ਮੈਂ ਪੀਣ ਲੱਗ ਗਈ, ਉਹਦੇ ਨਾਲ ਨਾ ਮੇਰਾ ਮੂੰਹ ਇੰਨਾ ਸੁੱਕਣ ਲੱਗ ਗਿਆ ਤੇ ਪੱਕਣ ਲੱਗ ਗਿਆ, ਪਹਿਲਾਂ ਵੀ ਸੁੱਕਦਾ ਸੀ। ਗਰਮੀ ਹੋ ਗਈ ਇਹ ਤਾਂ ਦੇਖਣਾ ਸੀ। ਹਾਂਜੀ ਹਾਂਜੀ ਉਹ ਇਹਨਾਂ ਨੂੰ ਮਤਲਬ ਨਾ ਕਿ ਕਹਿ ਹੁੰਦੇ ਆ ਮੇਰੀ ਜੀਭ ਇੰਨੀ ਮੱਚਦੀ ਆ, ਕੁਛ ਮੈਂ ਬਸ ਉਹ ਜਦੋਂ ਮੂੰਹ ਇੰਨਾ ਸੁੱਕਦਾ ਫਿਰ ਮੈਂ ਘਿਓ ਵਗੈਰਾ ਲਾ ਲੈਂਦੀ ਹਾਂ, ਕਦੇ ਗਲਾਸੀਨ ਲਾਉਂਦੀ ਹਾਂ, ਕਦੇ ਕੁਛ ਲਾਉਂਦੀ ਹਾਂ ਤੇ। ਹਾਂਜੀ ਉਹਦੇ ਬਾਰੇ ਮੈਂ ਪੁੱਛਣਾ ਸੀ, ਕਿਸੇ ਭੈਣ ਭਾਈ ਨੂੰ ਪਤਾ ਹੋ ਤਾਂ ਮੈਨੂੰ ਜ਼ਰੂਰ ਦੱਸੋ। ਜ਼ਰੂਰ ਜੀ, ਬਹੁਤ ਤਕਲੀਫ। ਥੈਂਕ ਯੂ ਜੀ, ਥੈਂਕ ਯੂ ਬਲਵੰਤ ਕੌਰ ਜੀ। ਦੇਖੋ ਜਦੋਂ ਤੁਹਾਡੇ ਫਿਰ ਲਗਾਤਾਰ ਤੁਸੀਂ ਗਰਮ ਚੀਜ਼ਾਂ ਲੈਂਦੇ ਆ, ਲਗਾਤਾਰ ਕੋਈ ਵੀ ਚੀਜ਼ ਲੈਂਦੇ ਆ ਨਾ, ਉਹਨੂੰ ਤੁਸੀਂ ਜ਼ਰੂਰ ਦੇਖ ਲਿਆ ਕਰੋ। ਤੁਸੀਂ ਲਗਾਤਾਰ ਕਈਆਂ ਨੂੰ ਕੋਈ ਚੀਜ਼ ਪਚਦੀ ਹੈ, ਕਈਆਂ ਨਹੀਂ ਪਚਦੀ, ਦੇਖਿਆ ਕਰੋ ਉਹਨੂੰ, ਛੱਡ ਛੱਡ ਕੇ ਵੀ ਲੈ ਸਕਦੇ। ਤੁਸੀਂ ਲਗਾਤਾਰ ਉਹਨੂੰ ਹਨੀ ਨੂੰ ਪੀਣਾ ਸ਼ੁਰੂ ਕਰ ਦਿੱਤਾ ਸ਼ਹਿਦ ਨੂੰ, ਤੁਸੀਂ ਜਦੋਂ ਤੁਹਾਨੂੰ ਲੱਗਦਾ ਕਿ ਥੋੜ੍ਹੀ ਜਿਹੀ ਗਰਮੀ ਹੋਣ ਲੱਗ ਪਈ ਆ, ਕੋਈ ਗੱਲ ਨਹੀਂ, ਤੁਸੀਂ ਕੱਚੀ ਲੱਸੀ ਵਗੈਰਾ ਪੀਵੋ, ਆਪਾਂ ਹੋਰ ਵੀ ਪੀਣੇ ਕਿਸੇ ਨੂੰ। ਗੁਰਜੰਟ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਅਸੀਂ ਪੁੱਛਣਾ ਸੀਗਾ ਵੀ ਪਹਿਲਾਂ ਇੱਕ ਦਿਨ ਗੱਲ ਕਰ ਰਹੇ ਸੀ ਜੰਡ ਦੀਆਂ ਫਲੀਆਂ ਬਾਰੇ, ਤੁਸੀਂ ਜੰਡ ਦੀਆਂ ਫਲੀਆਂ ਸਾਨੂੰ ਮੰਗਵਾਈਆਂ ਤਾਂ ਸਾਲ ਹੋ ਗਿਆ, ਤੇ ਇਹੀ ਪੁੱਛਣਾ ਵੀ ਵਰਤਣੀਆਂ ਕਿੱਦਾਂ, ਤੇ ਜੇ ਆਪਣਾ ਦਾ ਲੇਪ ਕਰਨਾ ਤਾਂ ਉਹ ਉੱਤੇ ਮਸਲਣਾ ਜਾਂ ਕੀ ਕਰਨਾ, ਪਲੀਜ਼ ਇਹਦੇ ਬਾਰੇ ਜ਼ਰੂਰ। ਠੀਕ ਹੈ, ਵਾਲਾਂ ਤੋਂ। ਠੀਕ, ਥੈਂਕ ਯੂ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਸੁੱਕ ਗਈਆਂ ਹੋਣੀਆਂ ਫੜੀਆਂ ਹੁਣ, ਚਲੋ ਕੋਈ ਗੱਲ ਨਹੀਂ, ਪਾਣੀ ਦਾ ਛਿੱਟਾ ਦੇ ਕੇ ਹੋ ਜਾਂਦਾ, ਕੋਈ ਨਾ ਕੋਈ ਜ਼ਰੂਰ ਦੱਸੂਗਾ ਜੀ। ਲਖਵਿੰਦਰ ਸਿੰਘ ਜੀ, ਅਮਰਜੀਤ ਕੌਰ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਮੈਂ ਨਿਸ਼ਾਨੀ ਨਾਂ ਬਾਰੇ ਕੋਈ ਟਰੱਕ ਚਲਾਉਂਦੇ ਨੇ 36, ਉਹਨਾਂ ਦਾ ਨਾ ਅੱਖਾਂ ਵਗੈਰਾ ਆਈ ਸਾਈਟ ਚੈੱਕ ਕਰਵਾਈ, ਸਾਰਾ ਕੁਝ ਠੀਕ ਹੈ, ਪਰ ਫਿਰ ਇੰਨਾ ਭਾਰ ਹੈ, ਮਤਲਬ ਇੰਨਾ ਸਟੇਨ ਪੈਂਦਾ ਕਿ ਮਤਲਬ ਬਰਦਾਸ਼ਤ ਹੀ, ਸਟੇਨ ਵੀ ਹੁੰਦੀ ਹੈ, ਮਤਲਬ ਸਿਰ ਭਾਰਾ ਬਹੁਤ ਰਹਿੰਦਾ, ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤੇ ਪਲੀਜ਼ ਜ਼ਰੂਰ। ਜ਼ਰੂਰ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਜੀ। ਸ਼ਾਇਦ ਨਿਗਾਹ ਕਰਕੇ ਵੀ ਸਿਰ ਭਾਰਾ ਨੇ, ਕੋਈ ਹੋਰ ਕਾਰਨ ਹੀ ਹੋ ਸਕਦਾ ਉਹ ਜ਼ਰੂਰ। ਗੁਰਚਰਨ ਸਿੰਘ ਜੀ,
ਮੇਰੇ ਬਾਥਰੂਮ ਦੀ ਪ੍ਰੋਬਲਮ ਹੈ ਜੀ, ਮੈਨੂੰ ਇੱਕ ਦਿਨ ਬਹਾਦਰ ਸਿੰਘ ਦਾ ਆਇਆ ਸੀਗਾ, ਮੈਂ ਪਤਾ ਨਹੀਂ ਤੂੰ ਲਿਖ ਨਹੀਂ ਹੋਇਆ ਤੇ ਵੀਰਵਾਰ ਨੂੰ, ਤੇ ਮੇਰੇ ਤੋਂ ਫਿਰ ਗਲਤੀ ਹੋ ਗਈ ਤੇ ਹੁਣ ਜੀ ਬਾਥਰੂਮ ਬਾਰੇ ਦੱਸਣਾ। ਬਹੁਤ ਆਉਂਦਾ ਆ, ਹਾਂਜੀ ਠੀਕ ਹੈ ਜੀ, ਬਹੁਤ ਵਾਰੀ ਦੱਸਿਆ ਗਿਆ। ਵੈਸੇ ਤੁਸੀਂ ਖਿਆਲ ਦੇ ਨਾਲ ਜੇ ਨਹੀਂ ਸੁਣਿਆ ਜਾਂਦਾ ਐਤਵਾਰ ਨੂੰ ਇਸ ਦਾ ਰਿਪੀਟ ਸੁਣ ਲਿਆ ਕਰੋ, ਜੇ ਤੁਹਾਨੂੰ ਯੂਟਿਊਬ 'ਤੇ ਨਹੀਂ ਜਾਣਾ ਆਉਂਦਾ ਫੋਨ ਦੇ ਉੱਤੇ ਦੁਬਾਰਾ ਨਹੀਂ ਸੁਣ, ਤਾਂ ਤੁਸੀਂ ਉਹਦਾ ਦੁਬਾਰਾ ਰਿਪੀਟ ਕੋਸ਼ਿਸ਼ ਕਰੋ ਕਿ ਐਤਵਾਰ ਰਾਤ ਨੂੰ ਹੁੰਦਾ। ਪਰਮ ਪਰਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਨਾ ਰਾਤ ਨੂੰ ਸੋਨਾ ਆ ਤਾਂ ਮੇਰੇ ਨਾ ਜੋ ਸਵੇਰ ਉੱਠਦਾ ਹੈ ਤੇ ਮੇਰੇ ਲਿਪ ਦੇ ਲਿਪਾਂ ਬੁੱਲਾਂ ਦੇ ਉੱਪਰ ਨਾ ਜਿੱਦਾਂ ਰੇਸ਼ਾ ਜੰਮਿਆ ਹੁੰਦਾ, ਆਹ ਮਹੀਨਾ ਕੁ ਹੋ ਗਿਆ ਇੱਦਾਂ ਹੋ ਰਿਹਾ ਮਹੀਨਾ, ਬੁੱਲਾਂ ਤੇ ਰੇਸ਼ਾ ਹੁੰਦਾ। ਹਾਂ, ਜੋ ਸਵੇਰੇ ਉੱਠਦਾ ਨਾ ਮੈਂ ਇੱਦਾਂ ਕਰਕੇ ਰੇਸ਼ਾ ਜੰਮਿਆ ਹੁੰਦਾ, ਮੈਂ ਕਿਹਾ ਜੇ ਕਿਸੇ ਨੂੰ ਪਤਾ ਹੋਵੇ ਤਾਂ। ਠੀਕ, ਹਾਂਜੀ ਹਾਂਜੀ, ਓਕੇ, ਥੈਂਕ ਯੂ, ਜ਼ਰੂਰ ਦੱਸ ਦਿਆ ਕਰੋ ਜੀ ਜਿਹਨੂੰ ਪਤਾ ਹੁੰਦਾ। ਸੁਖਦੇਵ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਕੌਰ। ਸਤਿ ਸ਼੍ਰੀ ਅਕਾਲ। ਬਲਵਿੰਦਰ ਕੌਰ, ਮੇਰੀ ਪੋਤੀ ਆ ਇੰਡੀਆ 'ਚ, ਉਹਨੂੰ ਨਾ ਰੇਸ਼ਾ ਹੋ ਜਾਂਦਾ ਬਹੁਤ ਛੇਤੀ, ਤੇ ਫਿਰ ਜਦ ਸਵੇਰੇ ਨਹਾ ਕੇ ਸਕੂਲ ਜਾਣ ਫਿਰ ਸਿੱਕਾ ਬਹੁਤ ਆਉਂਦੀਆਂ। ਠੀਕ ਆ। ਤੇ 16-17 ਸਾਲ ਦੀ ਹੈਗੀ ਕੁੜੀ, ਤੇ ਬਹੁਤ ਔਖਾ ਗਾ ਹੁੰਦਾ ਰੇਸ਼ਾ, ਜਦੋਂ ਕਦੇ ਕੋਈ ਘਰ ਦੀ ਹੱਡੀ ਵਧੀ ਕੋਈ ਕਿਵੇਂ ਕੋਈ ਕਿਵੇਂ ਦਵਾਈਆਂ ਅੱਜ ਦੇਈ ਲਈ ਜਾਂਦੇ ਆ, ਫਰਕ ਕੋਈ ਪੈਂਦਾ ਨੀ ਗਾ। ਤੇ ਦੱਸਿਓ ਜੀ ਮੈਡਮ, ਹਨਾ ਕੋਈ ਇਲਾਜ ਹੋਵੇ ਤਾਂ ਬੱਚੀ ਔਖਾ ਨਿਆਣੇ ਦਾ। ਤੇ ਇੱਕ ਮੈਨੂੰ ਦੱਸੋ ਵੀ ਮੇਰਾ ਹਨਾ ਮੈਨੂੰ ਅਟਕਾਰ, ਰੋਟੀ ਖਾ ਲਾਂ ਤਾਂ ਵੀ ਨਾ ਖਾਵਾਂ ਤਾਂ ਵੀ ਅਟਕਾਰ ਹੀ ਆਈ ਜਾਂਦੇ, ਜਿਵੇਂ ਭਾਸ ਟਕਾਰ ਨੀ ਆਉਂਦੇ ਹੁੰਦੇ। ਹਾਂਜੀ ਹਾਂਜੀ। ਤੇ ਇੱਕ ਮੇਰਾ ਰਾਤ ਨੂੰ ਮੂੰਹ ਬਹੁਤ ਸੁੱਕਦਾ, ਮੇਰੇ ਬਲ ਵੀ ਜੁੜ ਜਾਂਦੇ, ਬਹੁਤ ਔਖਾ ਹੋ ਜਾਂਦਾ। ਠੀਕ ਹੈ। ਜਦੋਂ ਮੈਂ ਉੱਠ ਕੇ ਕੁਲੜੀ ਕਰਦੀ ਹਾਂ, ਪਾਣੀ ਪੀਨੀ ਆ, ਫੇਰ ਮੂੰਹ ਮਾਜਾ ਖੁੱਲਦਾ। ਠੀਕ ਹੈ ਜੀ। ਹਾਂਜੀ ਮਾੜੇ ਦੱਸੋ ਮੇਰੇ। ਜ਼ਰੂਰ ਸੁਣਦੇ ਰਹਿ, ਸੁਣਦੇ ਰਹਿ ਜੀ। ਹਾਂਜੀ, ਜੇ ਕਿਸੇ ਨੂੰ ਪਤਾ ਹੁੰਦਾ ਤੇ ਪਲੀਜ਼, ਕਈਆਂ ਨੂੰ ਹੋ ਜਾਂਦਾ ਆ ਕਿਵੇਂ ਤੁਹਾਡਾ ਹਟਿਆ ਆ, ਸ਼ੇਅਰ ਕਰ ਸਕਦੇ ਆ। ਵੈਸੇ ਨਹੀਂ ਵੀ ਤੁਹਾਨੂੰ ਹੋਇਆ, ਤੁਹਾਨੂੰ ਪਤਾ ਆ ਤਾਂ ਉਹ ਵੀ ਤੁਸੀਂ ਦੱਸ ਸਕਦੇ ਆ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇ ਅਟਕਾਰ ਹੋਣ ਨਾ ਤੇ ਆਪਣਾ ਵਿਨੀਗਰ ਤੇ ਹਰਾ ਨਿੰਬੂ ਥੋੜਾ ਜਿਹਾ ਗਲਾਸ ਕੱਢ ਕੇ ਨਾ ਚਮਚਾ ਚਮਚਾ ਤੇ ਕਾਲੀ ਮਿਰਚ ਨਮਕ ਪਾ ਕੇ ਨਾ ਪੀਂਦੇ ਰਹਿਣ, ਉਹਦੇ ਨਾਲ ਅਟਕਾਰ ਖਲੋ ਜਾਂਦੇ ਨੇ। ਤੇ ਆਪਣਾ ਮੈਂ ਨਕਸੀਰ ਕਹਿੰਦੇ ਸੀ ਨਾ, ਇੱਕ ਫੜਕੜੀ ਚੁੜਕੜੀ ਚੁੜਕੀ ਉਹਦੇ ਨਾਲ ਇੰਨਾ ਰੋਲਾ ਕੋਈ ਖੁਸ਼ ਆਖੇ, ਇੱਕ ਨਕਸੀਰ ਵਾਸਤੇ ਨਾ ਪਾਊਡਰ ਦੀ ਨਿੱਕੀ ਨਿੱਕੀ ਦੋ ਚੁਟਕੀਆਂ ਲੈ ਕੇ ਨਸਵਾਰ ਲੈ ਲਓ, ਰਾਤੀ ਕਤੀਰਾ ਗੂੰਦ ਭਿਉਂ ਕੇ ਤੇ ਸਵੇਰੇ ਉਹਨੂੰ ਪਾਣੀ ਨਿਚੋੜੋ, ਜੇ ਨਹੀਂ ਹੈਗਾ ਤਾਂ ਹੈਗਾ ਤਾਂ, ਜੇ ਨਹੀਂ ਤਾਂ ਫਿਰ ਦੁੱਧ ਪਾ ਕੇ ਸ਼ੱਕਰ ਪਾ ਖਾਂਦੇ ਜਾਓਗੇ 2-3 ਡੰਗ ਤੇ ਨਕਸੀਰ ਖਲੋ ਜਾਂਦੀ ਹੈ, ਕੋਈ ਏਡੀ ਵੱਡੀ ਪ੍ਰੋਬਲਮ ਤਾਂ ਨਹੀਂ। ਤੇ ਮੈਂ ਦੱਸਣ ਲੱਗੀ ਸਾਂ ਹੁਣ ਤੁਹਾਨੂੰ ਵੀ ਜਿਨ੍ਹਾਂ ਨੇ ਧੁੰਨੀ ਚ ਘਿਓ ਤੇ ਨਾਰੀਅਲ ਦਾ ਪਾਣੀ ਪਾਉਣਾ ਹੈ ਨਾ ਅੱਖਾਂ ਦੀ ਨਿਗਾਹ ਵਾਸਤੇ, ਉਹ ਨਾਰੀਅਲ ਤੋੜ ਕੇ ਵਿੱਚੋਂ ਪਾਣੀ ਕੱਢੋ, ਬੋਤਲਾਂ ਵਾਲਾ ਨਾ ਪਾਉਣਾ। ਠੀਕ ਆ। ਉਹ ਨਾ ਹੋਣਗੀ, ਉਹ ਔਰਗੈਨਿਕ ਹੁੰਦਾ ਹੈ, ਸੰਘਣਾ ਬੜਾ। ਤੇ ਡੰਡ ਦੀਆਂ ਫਲੀਆਂ ਜਿਨ੍ਹਾਂ ਨੇ ਪੁੱਛੀਆਂ ਨਾ, ਜੇ ਸੁੱਕੀਆਂ ਪਈਆਂ ਜੇ ਤਾਂ ਉਹਨਾਂ ਨੂੰ ਪੀਸ ਲਓ, ਪੀਸ ਕੇ ਫਿਰ ਉਹਨੂੰ ਪਾਣੀ ਪਾ ਕੇ ਫਿਰ ਉਹਨੂੰ ਥੋੜਾ ਜਿਹਾ ਪੀਸੋ, ਤੇ ਉਹ ਬਿਲਕੁਲ ਪੇਸਟ ਜੀ ਰਬੜੀ ਜੀ ਬਣ ਜਾਏਗੀ। ਉਹਨੂੰ ਰਾਤ ਨੂੰ ਫੇਸ ਤੇ ਲਾ ਕੇ ਲੇਪ ਕਰਕੇ ਸੌਂ ਜਾਓ, ਸਵੇਰੇ ਉਹਨਾਂ ਨੂੰ ਤੁਹਾਨੂੰ ਮਲੋ, ਥੋੜਾ ਗਿੱਲਾ ਸੁੱਕਿਆ ਪਿਆ ਹੋਵੇਗਾ, ਬਿਲਕੁਲ ਫੇਸ ਸੁੱਕ ਜਾਏਗਾ, ਆਕੜ ਜਾਏਗਾ, ਉਹਨੂੰ ਗਰਮ ਪਾਣੀ ਪਾ ਕੇ ਨਾ ਤੇ ਉਹਨਾਂ ਨੂੰ ਉਹਤਾਂ ਨੂੰ ਮਲਣਾ ਹੈ, ਭਾਵੇਂ ਕੱਪੜੇ ਨਾਲ ਮਲੋ ਭਾਵੇਂ ਹੱਥ ਨਾਲ ਮਲੋ, 15 ਕੁ ਦਿਨ ਕਰੋਗੇ, 15-20 ਦਿਨਾਂ ਵਿੱਚ ਬਿਲਕੁਲ ਤਿਲ ਸਾਫ਼ ਹੋ ਜਾਏਗਾ, ਕਦੀ ਮੁੜ ਕੇ ਵਾਲ ਆਉਣੇ ਨਹੀਂ, ਛੋਟਾ ਜਿਹਾ ਇਲਾਜ ਜੇ ਤੁਹਾਡੇ ਕੋਲ ਹੈਗੀਆਂ ਤਾਂ। ਵੈਸੇ ਅਸੀਂ ਤਾਂ ਹਰੀਆਂ ਵਰਤੀਆਂ ਸੀ, ਹਰੀਆਂ ਨਾਲ ਦੀ ਨਾਲ ਤੋੜ ਕੇ ਉੱਥੋਂ ਹੀ ਬਣਾ ਕੇ ਲੈ ਆਏ ਸਾਂ, ਤੇ ਉਹ ਤਾਂ ਕੋਈ ਗੱਲ ਨੀ ਹੈਗੀ, ਜੇ ਇੱਥੇ ਤੇ ਇੱਥੇ ਚਲੋ ਵੇਖ ਲਓ, ਜਿਵੇਂ ਸੁੱਕੀਆਂ ਨੇ ਪੀਸ ਕੇ ਤੁਸੀਂ ਪੇਸਟ ਬਣਾ ਕੇ ਤੁਸੀਂ ਲਾ ਸਕਦੇ ਜੇ। ਉਹਨਾਂ ਨੇ ਕਿਹਾ ਸੀ ਨਾ ਵੀ ਬੱਚਾ ਛੋਟਾ ਕੰਧਾਂ ਨਾਲ ਤੋੜ ਤੋੜ ਖਾਂਦਾ ਮਿੱਟੀ ਮੁੱਟੀ, ਉਹ ਤਾਂ ਹੀ ਖਾਂਦੇ ਨੇ ਜੇ ਕੈਲਸ਼ੀਅਮ ਦੀ ਘਾਟ ਹੋਵੇ ਤਾਂ, ਹਨਾ। ਇੱਕ ਤਾਂ ਉਹਨੂੰ ਥੋੜੇ ਚਿੱਟੇ ਤੇਲ ਤੇ ਖਸਖਸ ਤੇ ਬਦਾਮ ਰਗੜ ਕੇ ਨਾ ਅੱਧਾ ਅੱਧਾ ਚਮਚਾ ਥੋੜਾ ਥੋੜਾ ਪਾਣੀ ਠੰਡੇ ਨਾਲ ਦੇਣ, ਦੁੱਧ ਨਾਲ ਪਾਰੇ ਹੋ ਜਾਣਗੇ। ਇੱਕ ਉਹਨਾਂ ਨੂੰ ਅਖਰੋਟ ਗਿਰੀਆਂ ਇੱਕ ਦੀ ਪਾ ਲੈਣ, ਇੱਕ ਅੰਜੀਰ ਪਾ ਲੈਣ, 4 ਗਿਰੀਆਂ ਬਦਾਮ ਦੀ ਰਾਤੀ ਭਿਉਂ ਕੇ ਨਾ ਸਵੇਰੇ ਉਹਨੂੰ ਉਹ ਵੀ ਖਵਾਉਣ, ਉਹ ਹਟ ਜਾਏਗਾ ਉਲੀਕ ਖਾਣ ਜਦੋਂ ਉਹਦੀ ਉਹ ਪੂਰਾ ਹੋ ਗਿਆ ਨਾ ਕੈਲਸ਼ੀਅਮ, ਤੇ ਫਿਰ ਠੀਕ ਹੋ ਜਾਂਦਾ ਬੱਚਾ। ਤੇ ਦੰਦ ਚਿਰਕਣ ਵੱਲ ਮੈਂ ਕਈ ਵਾਰੀ ਦੱਸਿਆ, ਰਾਤੀ ਤੁਸੀਂ ਟਮਾਟਰ ਨੂੰ ਖਰਬੂਜੇ ਤਰ੍ਹਾਂ 4 ਫਾੜੀਆਂ ਕਰਕੇ ਉਹਨੂੰ ਕਾਲੀ ਮਦਾ ਨਮਕ ਲਾ ਕੇ ਰੱਖ ਦਿਓ ਪਲੇਟ ਦੇ ਵਿੱਚ, ਸਵੇਰੇ ਨਿਰਨੇ ਖਵਾਓ, ਸ਼ੱਕਰ ਤੇ ਜਵੈਣ ਗੁੜ ਤੇ ਜਵੈਣ ਕੁੱਟ ਕੇ ਨਾ ਉਹ ਖਵਾਓ, ਕੌੜਾ ਆਉਂਦਾ ਜੇ ਕੀੜੇ ਇਕੱਠੇ ਹੋ ਕੇ ਮਰ ਜਾਣਗੇ ਉਹ, ਇਹ ਕੀੜੇ ਹੁੰਦੇ ਨੇ ਜਾਂ ਕੈਲਸ਼ੀਅਮ ਦੀ ਘਾਟ ਹੁੰਦੀ, 2 ਚੀਜ਼ਾਂ ਤੋਂ ਦੰਦ ਜਿਰਕਦੇ ਨੇ, ਐਵੇਂ ਨਹੀਂ ਹੁੰਦੇ ਉਹ। ਤੇ ਇੱਕ ਮੈਂ ਨਾ ਉਹ ਭਾਜੀ ਕਹਿੰਦੇ ਭਾਜੀ 1 ਸਾਲ ਲੱਗੇਗਾ ਤੁਸੀਂ ਗੋਲੀਆਂ ਖਾਓ, ਥਾਇਰਾਇਡ ਅੜ ਜਾਏਗੀ, ਮੈਂ ਥਾਇਰਾਇਡ ਦੇ ਇੰਨੇ ਨੁਕਸੇ ਦੱਸ ਨਹੀਂ, ਇੱਥੇ ਸਭ ਨੂੰ ਬੜੀ ਹੋਈ ਹੋਈ, ਜ਼ਿਆਦਾ ਜ਼ਿਆਦਾ ਉਹਨਾਂ ਮਹੀਨਾ ਖਾਧਾ 20-25 ਦਿਨ ਮਹੀਨਾ ਬਸ ਉਹ ਥਾਇਰਾਇਡ ਠੀਕ ਹੋ ਜਾਂਦੀ ਹੈ। ਤੇ ਇੱਕ ਚਨਾਰ ਗੁੱਗਲ ਦੀਆਂ ਗੋਲੀਆਂ ਲੈ ਲਓ, ਥਾਇਰਾਇਡ ਵਾਲੇ ਆਪਾਂ ਨੂੰ ਕਈ ਵਾਰੀ ਪੁੱਛਿਆ ਹੈ, ਰੋਜ਼ ਹੀ ਦੱਸ ਜਾਂਦੇ ਹਾਂ, ਇੱਕ ਸਵੇਰੇ ਕਿ ਸ਼ਾਮੀ ਪਾਣੀ ਨਾਲ ਹੀ ਲੈਣੀ, ਗਾਜਰ ਦਾ ਜੂਸ ਨਾ ਅਦਰਕ ਤੇ ਚਕੰਦਰ ਪਾ ਕੇ ਨਾ
ਨਿੰਬੂ ਨਿਚੋੜ ਕੇ ਕਾਲੀ ਮਿਰਚ ਨਮਕ ਪਾ ਕੇ ਬਹਿ ਕੇ ਆਰਾਮ ਨਾਲ ਪੀ ਲੈਣ ਘੁੱਟ ਘੁੱਟ ਕਰਕੇ ਰੋਜ਼ ਪੀਣ। ਸੁੱਕਾ ਧਨੀਆ 2 ਚਮਚ ਰਾਤੀ ਭਿਓ ਸਵੇਰੇ ਮਿੱਧ ਕੇ ਪੁਣ ਕੇ ਉਹਨੂੰ ਵੀ ਕਾਲੀ ਮਿਰਚ ਨਾ, ਕਿਉਂਕਿ ਵਾਈ ਤੋਂ ਹੈ ਵਾਈ ਚੀਜ਼, ਜਿੰਨਾ ਚਿਰ ਤੁਸੀਂ ਇਲਾਜ ਕਰਨਾ ਨਾ ਵਾਈ ਚੀਜ਼ਾਂ ਛੱਡ ਦਿਓ ਬਸ, ਉਸ ਤੋਂ ਪਿੱਛੇ ਬੇਸ਼ੱਕ ਖਾ ਲਓ। ਇਹ ਥਾਇਰਾਇਡ ਵਾਸਤੇ ਹੀ। ਜੇ ਧਨੀਆ ਨਹੀਂ ਭਿਓਣੀਆਂ ਤੇ ਫਿਰ ਮੇਥੀ ਦੇ ਬੀਜ, ਮੇਥੇ ਨਹੀਂ ਮੇਥੀ, 2 ਚਮਚੇ ਭਿਓ ਕੇ ਰੱਖ ਲਵੋ ਤੇ ਸਵੇਰੇ ਮਿੱਧ ਕੇ ਉਸੇ ਤਰ੍ਹਾਂ ਗਲੀ ਭਿਓਗੀ ਕਾਲੀ ਮਿਰਚ ਨਮਕਾ ਪੀ ਲਓ, ਪੁਣਨ ਦੀ ਲੋੜ ਨਹੀਂ ਪਏਗੀ। ਇੱਕ ਐਪਲ ਸਾਈਡਰ ਜਿਹੜਾ ਨੇ 2 ਚਮਚੇ ਰੋਜ਼ ਦੇ ਪਾਣੀ 'ਚ ਘੋਲ ਕੇ ਲੈਣ, ਉਹਨਾਂ ਦੀ ਬਿਲਕੁਲ ਥਾਇਰਾਇਡ ਗਾ, ਮੇਰੀ ਉਹਦੀ ਬੇਟੀ ਦਾ ਹੀ ਹੋਇਆ ਸੀ ਤੇ ਆਰਾਮ ਆ ਗਿਆ। ਇੱਕ ਭੈਣ ਜੀ ਨੇ ਕਿਹਾ ਸੀ ਆਇਰਨ ਘੱਟ ਨੇ, ਇੱਕ ਤਾਂ ਉਹ ਅਸੀਂ ਕਰਨ ਨਿਰਣੇ ਕਾਲਜੇ ਨਾ ਜਿਹੜੇ ਪੀਲੀ ਸੌਗੀ ਹੈ ਨਾ ਉਹਨੂੰ ਧੋ ਕੇ ਨਾ ਤੇ ਨਿਰਣੇ ਕਾਲਜੇ ਚੱਬ ਚੱਬ ਕੇ ਇੱਕ ਇੱਕ ਦਾਣਾ ਕਰਕੇ ਸਵੇਰੇ ਖਾਣ। ਇੱਕ ਲੋਹ ਭਸਮ ਮਿਲ ਜਾਵੇ ਨਾ ਤੇ ਇੱਕ ਹਫ਼ਤੇ 'ਚ ਉਹਨਾਂ ਦੇ ਜਿਹੜੇ ਆਇਰਨ ਘੱਟ ਨੇ ਠੀਕ ਹੋ ਜਾਣਗੇ, 2 ਚੌਲ ਜਿੰਨੀ ਮਲਾਈ 'ਚ ਲੈ ਲੈਣ, ਸ਼ਹਿਦ 'ਚ ਲੈ ਲੈਣ। ਇੱਕ ਉਹ ਹੀ ਕਰਨ ਜੇ ਨਹੀਂ ਉਵੇਂ ਲੈਣ ਤੇ 10-15 ਦਾਣੇ ਰਾਤੀ ਪੀਲੀ ਸੌਗੀ ਦੇ ਪਾਣੀ ਧੋ ਸਵਾਰ ਕੇ ਕੱਚ ਦੇ ਗਲਾ ਧਿਓ ਦੇਣ, 20 ਦਾਣੇ ਸਵੇਰੇ ਚਿਚਿਤ ਕੇ ਖਾ ਕੇ ਪਾਣੀ ਪੀਂਦੇ ਰਹੇ, ਉਹਨਾਂ ਦੇ ਆਇਰਨ ਬਿਲਕੁਲ ਠੀਕ ਹੋ ਜਾਣਗੇ। ਪਹਿਲਾਂ ਉਹਨਾਂ ਨੂੰ ਨਾ ਜਿਹੜੇ ਚਿੱਟੇ ਮੋਤੀਏ ਵਾਲੇ ਨਾ, ਮੈਂ ਐਵੇਂ ਇੰਡੀਆ ਗੱਲ ਤਾਂ ਕੀਤੀ ਤੋਂ ਮੇਰੀ ਗੁਆਂਢਣਾ ਦੀ, ਮੈਂ ਸੁਰ ਚੋਂ ਚਾਂਦੀ ਦਾ ਪਾ ਨਹੀਂ ਰਹੀ, ਚਿੱਟੇ ਪਿਆ ਮੇਰੀਆਂ ਅੱਖਾਂ ਠੀਕ ਹੈ, ਮੈਂ ਉਹ ਕਈ ਵਾਰਾਂ ਘਰੇ ਦੱਸ ਚੁੱਕੀ ਹਾਂ, 2 ਸਾਲ ਦੀ ਗੱਲ ਹੈ। ਚਿੱਟਾ ਮੋਤੀਆ ਜਿੰਦਾ ਹੈ ਨਾ ਉਹਨੂੰ ਟਰਾਈ ਕਰੋ, ਚਿੱਟਾ ਜਿਹੜਾ ਬਿਲਕੁਲ ਚਿੱਟਾ ਪਿਆਜ਼ ਹੁੰਦਾ ਪਾਣੀ ਕੱਢ ਕੇ ਸ਼ੀਸ਼ੀ 'ਚ ਪਾ ਕੇ ਫਰਿੱਜ 'ਚ ਰੱਖ ਲਓ, ਫਿਰ ਨਵਾਂ ਬਦਲ ਲਿਆ, ਫਿਰ ਬਦਲ ਲਿਆ 2-5-7 ਦਿਨ ਪਾ ਕੇ। ਚਾਂਦੀ ਦਾ ਸੁਰਮਚੂ ਆਪਣੇ ਜਿਹੜੀ ਜੂਲਰੀ ਵਾਲੇ ਮਿਲ ਜਾਂਦਾ ਹੈ ਉਹਨੂੰ ਵਿੱਚ ਮਾਰੀ ਜਾਓ ਜਿਵੇਂ ਚੰਗੀ ਤਰ੍ਹਾਂ ਮਾਰ ਕੇ ਅਸਰ ਹੋ ਜਾਏਗਾ ਨਾ, ਫਿਰ 2-3 ਵਾਰੀ ਇੱਕ ਕੱਖ 'ਚ ਪਾਓ 3 ਵਾਰੀ ਦਿਨ ਵਿੱਚ, ਚਿੱਟਾ ਮੋਤੀਆ ਦੇ ਬਿਲਕੁਲ ਆਰਾਮ ਆ ਜਾਏਗਾ। ਕਿਸੇ ਨੇ ਕਛਰਾਲੀ ਪੁੱਛੀ ਸੀ, ਉਹ ਆਪਣੀ ਦੱਸਦੀ ਪਈ ਸੀ ਕਿਰਨ ਵੀ ਉਹਨੂੰ ਗਰਮ ਕਰੋ, ਉਵੇਂ ਨਹੀਂ ਕਰਨਾ, ਕਛਰਾਲੀ ਜਿਨ੍ਹਾਂ ਦੀ ਨਿਕਲਦੀਆਂ ਨਾ ਉਹਨੂੰ ਜਿਹੜਾ ਲਾਲ ਪਿਆਜ਼ ਹੈ ਉਹਨੂੰ ਕੁੱਟ ਲਵੋ, ਕੁੱਟ ਕੇ ਨਾ ਹਲਦੀ ਤੇ ਤੇਲ ਵਿੱਚ ਰਿੰਨ ਕੇ ਨਾ ਉਹ ਤੁਸੀਂ ਬੰਨੋ, ਉਹ ਫਿਸ ਜਾਏਗੀ, ਰੋਜ਼ ਬੰਨ ਦੇ ਇੱਕ ਫਿਸ ਕੇ ਨਿਕਲ ਗਿਆ ਨਾ ਸਾਰਾ ਗੰਦਗੀ ਜਾਈ ਤੇ ਮੁੜ ਕੇ ਦੁਬਾਰਾ ਉਹ ਨਹੀਂ ਹੋਵੇਗੀ, ਉਸ ਤਰ੍ਹਾਂ ਨਹੀਂ ਬਣੇਗੀ। ਇੱਕ ਭਾਈ ਸਾਹਿਬ ਕਹਿੰਦੇ ਕਿ ਆਪਾਂ ਰੋਜ਼ ਹੀ ਦੱਸ ਨੇ ਸਾਹ ਚੜ੍ਹਦਾ ਲੈਂਦੇ ਹਾਂ, ਇੱਕ ਤਾਂ ਚੁਟਕੀ ਉਹ ਸੁਹਾਗਾ ਖਿਲ ਕਰਕੇ 2 ਵਾਰੀ ਦਿਨ 'ਚ ਲੈ ਲੈਣ ਕਰਨ, ਇੱਕ ਉਹ ਨਾ ਮੁਰੱਬਾ ਤਾਂ ਬੜੀ ਚੰਗੀ ਚੀਜ਼ ਹੈ, ਸਵੇਰੇ ਪਾਲੀਆਂ ਜੀ ਕਰਕੇ ਧੋ ਕੇ ਖਾ ਲੈਣ ਤੇ ਉਹਨਾਂ ਨੂੰ ਬੜਾ ਆਰਾਮ ਮਿਲੇਗਾ। ਸੁੱਕੀ ਕੰਧ ਵਾਲਿਆਂ ਨੂੰ ਬੜੀ ਵਾਰੀ ਦੱਸ ਚੁੱਕੀ ਹਾਂ, ਤੁਸੀਂ ਜ਼ਿਆਦਾ ਤੇਲ ਪਾ ਕੇ ਤੁਸੀਂ ਹਲਵਾ ਬਣਾਓ, ਬਰਾਊਨ ਕਰਕੇ ਭੁੰਨ ਕੇ ਪਤਲਾ ਪਤਲਾ ਕੇ ਉੱਤੇ ਤੇਲ ਤਰੇ, ਉੱਥੋਂ ਉਂਗਲਾਂ ਡੋਬ ਕੇ ਅਗਲਾ ਪਾਸਾ ਗਲਦਾ ਜਿੱਥੇ ਰੋਟੀ ਲੰਘਦੀ ਇਹਨੂੰ ਮੰਨ ਲਓ ਤੇ ਰੰਗ 'ਚ ਰੱਖ ਕੇ ਖਾਓ, 3 ਡੰਗ ਖਾਓਗੇ ਤੁਹਾਡੀ ਕਿੰਨੀ ਵੀ ਸੁੱਕੀ ਖੰਘ ਹੋਊਗੀ ਤੁਹਾਨੂੰ ਆਰਾਮ ਆ ਜਾਏਗਾ। ਦੇਖੋ ਕਹਿੰਦੇ ਪਏ ਸੀ ਨਾ ਜਿਹੜੇ ਆਪਣਾ ਕੰਨ ਦੇ, ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਦੱਸਿਆ ਸੀ ਮੇਥੇ ਮਗਾ ਲਸਣ ਸਰੋਂ ਤੇਲ ਸਾੜ ਕੇ ਕੰਨ 'ਚ ਪਾਉਂਦੇ ਗਏ ਨੇ ਤੇ ਰੇਸ਼ਾ ਦੇ ਵਿੱਚ ਜ਼ਖਮ ਹੋਇਆ ਪਿਆ ਸੀ, ਇਹਦੇ ਨਾਲ ਹੀ ਆਰਾਮ ਆ ਗਿਆ ਉਹਨੂੰ, ਇਹਨਾਂ ਨੂੰ ਤਾਂ। ਬਾਕੀ ਹੈਗਾ ਥੋੜਾ ਜਿਹਾ ਮਿਹਨਤ ਕਰੀਏ ਤੇ ਬਣ ਜਾਂਦੀ ਸਾਰੀ ਗੱਲ ਹੀ ਹੋ ਜਾਂਦੀ, ਜੇ ਨਾ ਕਰੀਏ ਤੇ ਨਹੀਂ। ਉਹ ਭਾਈ ਸਾਹਿਬ ਇੱਕ ਵਿਚਾਰੇ ਫਿਰ ਪੁੱਛਦੇ ਪਏ ਸੀ ਉਹਦੇ ਪਾਰੋ ਦਾਗਾਂ ਪਾਰੋ, 4/4 ਕੋਲਗੇਟ ਦਾ ਪਾ ਲਓ, 1 ਚਮਚਾਰੇ ਨਿੰਬੂ ਦਾ ਪਾ ਲਓ, 1 ਗੁਲਾਬ ਦਾ ਰਸ ਪਾ ਲਓ, ਉਹ ਮਿਕਸ ਕਰਕੇ ਉੱਤੇ ਲਾਉਂਦੇ ਰਹੋ ਤੁਸੀਂ। ਜਿਹੜਾ ਆਲੂ ਨੂੰ ਕੁੱਟ ਕੇ ਨਾ ਉਹਦਾ ਪਾਣੀ ਜਿਹਾ ਕੱਢ ਲਓ, ਧੋ ਕੇ ਕੱਟੋਗੇ ਨਾ ਗਿੱਲਾ ਗਿੱਲਾ ਵਿੱਚ ਰਸ ਨਿਕਲ ਆਵੇਗਾ, ਤੇ ਉਹਨੂੰ ਵਿੱਚ ਉਹਨੂੰ ਕਰਕੇ ਨਾ ਵਿੱਚ ਪਾ ਕੇ ਨਿੰਬੂ ਨਿਚੋੜ ਕੇ ਤੇ ਤੁਸੀਂ ਉਹਨੂੰ ਆਪਣਾ ਦਾਗਾਂ ਤੇ ਲਾਓ, ਇਹਦੇ ਨਾਲ ਬੜੀ ਛੇਤੀ ਲੈਣੇ, ਹਲਦੀ ਥੋੜੀ ਪਾ ਲੈਣੀ ਤੇ ਨਿੰਬੂ ਨਿਚੋੜ ਲੈਣਾ। ਇੱਕ ਤੁਸੀਂ ਐਂ ਕਰੋ, ਚਿੱਟੇ ਸਿਰਕੇ ਨਾਲ ਨਾ ਕੱਚਾ ਠੰਡਾ ਦੁੱਧ ਉਹਨੂੰ ਫਿਟਾ ਲਓ ਤੇ ਉਹਨੂੰ ਨਿਚੋੜ ਕੇ ਪਾਣੀ ਕੱਢ ਕੇ ਨਾ ਨਿੰਬੂ ਨਿਚੋੜ ਕੇ ਤੁਸੀਂ ਲਾਓ, ਤੁਹਾਡੇ ਬਿਲਕੁਲ ਕਾਲੇ ਦਾਗ ਜਿਹੜੇ ਨੂੰ ਹੱਟ ਜਾਣਗੇ। ਓਕੇ ਬੱਚਾ, ਕਾਲ ਲਵੋ ਤੁਸੀਂ, ਮੇਰਾ ਤਾਂ ਫਿਰ ਤਾਂ ਹੀ ਹੁੰਦਾ ਇਸ ਵੇਲੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ, ਥੈਂਕ ਯੂ, ਤੁਸੀਂ ਟਾਈਮ ਕੱਢ ਕੇ ਆਉਂਦੇ ਹੋ। ਤੁਹਾਡੇ ਕੋਲ ਵੀ ਸਰੋਤੇ ਜੇ ਕੋਈ ਹੁੰਦੀ ਹੈਗੀ ਆ ਹੋਮ ਰੈਮਡੀ ਤੇ ਤੁਸੀਂ ਜ਼ਰੂਰ ਕਾਲ ਕਰਕੇ ਪੁੱਛ ਸਕਦੇ ਹਾਂ, ਦੱਸ ਸਕਦੇ ਹਾਂ। ਜੇ ਹੁਣ ਤੁਹਾਡੀਆਂ ਲਾਈਨਾਂ ਡਰੋਪ ਹੋ ਗਈਆਂ ਜਾਂ ਡਰੋਪ ਹੁੰਦੀਆਂ ਤੇ ਤੁਸੀਂ ਦੁਬਾਰਾ ਕਾਲ ਕਰ ਸਕਦੇ ਹਾਂ, ਦੁਬਾਰਾ ਕਾਲ ਕਰਕੇ ਤੁਸੀਂ ਦੁਬਾਰਾ ਜੁੜ ਸਕਦੇ ਹਾਂ, ਦੁਬਾਰਾ ਫਿਰ ਤੁਸੀਂ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਉਹਦੇ ਬਾਰੇ ਪੁੱਛ ਸਕਦੇ ਹਾਂ, ਦੱਸ ਸਕਦੇ ਹਾਂ। ਹਾਂ, ਜੇ ਤੁਹਾਡੇ ਕੋਲ ਕੁਛ ਹੁੰਦਾ ਆ ਤੇ ਉਹਨੂੰ ਤੁਸੀਂ ਨਾ ਸ਼ੇਅਰ ਜ਼ਰੂਰ ਕਰਿਆ ਕਰੋ, ਬਹੁਤ ਜ਼ਰੂਰੀ ਆ ਕਿ ਤੁਸੀਂ ਕਿਸੇ ਨੂੰ ਦੱਸੋ। ਬਹੁਤੇ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਹੋਮ ਰੈਮਡੀ ਤੋਂ ਆਰਾਮ ਆਇਆ, ਪਰ ਕਈ ਵਾਰੀ ਅਸੀਂ ਫਿਰ ਉਹ ਦੱਸਦੇ ਨੀਗੇ, ਅਗਲੇ ਨੂੰ ਦੱਸਿਆ ਕਰੋ ਕਿ ਆਹ ਚੀਜ਼ ਅਸੀਂ ਵਰਤੀ ਸੀਗੀ। ਦੇਖੋ ਕਿੱਡੀਆਂ ਕਿੱਡੀਆਂ ਕਈ ਚੀਜ਼ਾਂ ਨੂੰ ਲੋਕਾਂ ਦੀਆਂ ਨੂੰ ਬਿਮਾਰੀਆਂ ਨੂੰ ਆਰਾਮ ਆਇਆ। ਸੋ ਤੁਸੀਂ ਵੀ ਕਾਲ ਕਰਕੇ ਦੱਸ ਸਕਦੇ ਹਾਂ, ਪੁੱਛ ਸਕਦੇ ਹਾਂ, ਜਿਸ ਤਰ੍ਹਾਂ ਵੀ ਤੁਹਾਨੂੰ ਆਰਾਮ ਆਉਂਦਾ ਆ, ਛੋਟੀਆਂ ਛੋਟੀਆਂ ਚੀਜ਼ਾਂ ਤੋਂ ਆਉਂਦਾ ਆ। ਬਹੁਤ ਵਾਰੀ ਦੱਸੀਆਂ ਜਾਂਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨਿਗਾਹ ਵਧਾਉਣ ਦੇ ਲਈ ਆ, ਜਾਂ ਉਹ ਸਿਰ ਦਰਦ ਤੋਂ ਆ, ਕਿਸੇ ਵੀ ਚੀਜ਼ ਤੋਂ ਆ, ਅਤੇ ਉਹ ਤੁਸੀਂ ਸ਼ੇਅਰ ਕਰ ਲਿਆ ਕਰੋ, ਬਹੁਤ ਜ਼ਰੂਰੀ ਆ।
ਦੱਸੋ 408-272-5500 ਸਟੂਡੀਓ ਦਾ ਫੋਨ ਨੰਬਰ ਹੈ, ਇਸ ਦੇ ਉੱਤੇ ਕਾਲ ਕਰਕੇ ਕਰ ਸਕਦੇ ਹਾਂ। ਅੱਗੇ ਜੁੜਦੇ ਨੇ ਸਾਡੇ ਨਾਲ ਗੁਰਦਿਆਲ ਸਿੰਘ ਜੀ। ਹਾਂਜੀ ਭੈਣ ਜੀ, ਇਹਨੂੰ ਮੈਂ ਪੁੱਛਣਾ ਬਈ ਕੜਬ ਕੋਠ ਪੰਜਾਬੀ 'ਚ ਕਿਹਨੂੰ ਕਹਿੰਦੇ, ਹਿੰਦੀ 'ਚ ਕੜਬ ਕੋਠ ਕਹਿੰਦੇ ਆ, ਇੱਕ ਬੱਚ ਕਹਿੰਦੇ ਆ, ਬੱਚ ਜੋ ਉਹਨੂੰ ਪੰਜਾਬੀ 'ਚ ਕੀ ਕਹਿੰਦੇ ਆ? ਠੀਕ ਹੈ ਜੀ, ਇਹ ਦੋ ਚੀਜ਼ਾਂ ਪੁੱਛਣੀਆਂ। ਠੀਕ ਹੈ, ਜ਼ਰੂਰ ਕੋਈ ਨਾ ਕੋਈ ਦਊਗਾ ਜੀ। ਸੁਰਿੰਦਰ ਕੌਰ ਜੀ, ਸੁਰਿੰਦਰ ਕੌਰ ਜੀ, ਜਦੋਂ ਤੁਹਾਡੀ ਲਾਈਨ ਮਿਲਦੀ ਆਪਣਾ ਫੋਨ ਆਪਣਾ ਰੇਡੀਓ ਹੌਲੀ ਕਰ ਲਿਆ ਕਰੋ ਜੀ। ਸਮਰੀਨ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਮੈਂ 5-6 ਕੁਐਸਚਨ ਪੁੱਛਣੇ ਆ। ਪਹਿਲਾ ਕੁਐਸਚਨ ਤਾਂ ਇਹ ਆ ਕਿ ਅੱਗੇ ਨਾ ਰਾਣੀ ਭੈਣ ਜੀ ਹੁਣੀ ਦੱਸਿਆ ਸੀਗਾ ਚਾਈਨੀਜ਼ ਸਟੋਰ ਤੋਂ ਪੱਤੇ ਮਿਲਦੇ ਆ, ਪਤਾ ਨੀ ਕਿਹੜੇ ਪੱਤੇ ਤੇ ਕਿੱਦਾਂ ਖਾਣੇ ਐਲਰਜੀ ਤੋਂ। ਠੀਕ ਹੈ, ਮੇਰੀ ਬੇਟੀ ਉਹਨੂੰ ਐਲਰਜੀ, ਉਹ ਬਣਦੇ ਪੱਤੇ ਦਾ ਪਾਊਡਰ ਨੀ ਪੀਂਦੀ ਹੈਗੀ, ਤੇ ਮੈਂ ਕਿਹਾ ਸ਼ਾਇਦ ਉਹ ਦੂਜੇ ਪੱਤੇ ਖਾ ਲੈ। ਦੂਸਰਾ ਪੁੱਛਣਾ ਕਿ ਅਰਜਨਾ ਦਾ, ਅਰਜਨਾ ਦੀ ਚਾਹ ਕਿੱਦਾਂ ਬਣਾਉਣੀ ਹੈ ਬਲੱਡ ਪ੍ਰੈਸ਼ਰ ਤੋਂ? ਮੈਂ ਇਹ ਵੀ ਕਰਨਾ ਚਾਹੁੰਦੀ ਹਾਂ, ਤੇ ਮੈਂ ਕਿੰਨੀ ਵਾਰੀ ਪੀਣੀ ਹੈ, ਤੇ ਮੈਂ ਇਹ ਵੀ ਕਰਨਾ ਚਾਹੁੰਦੀ। ਮੈਂ ਦੂਜਾ, ਮੈਨੂੰ ਪਿਸ਼ਾਬ ਜ਼ਿਆਦਾ ਹੁੰਦਾ, ਉਹਦੇ ਬਾਰੇ ਵੀ ਕਰਨਾ ਚਾਹੁੰਦੀ ਹਾਂ। ਮੈਂ ਇਹ ਪੁੱਛਣਾ, ਜ਼ਿਆਦਾ ਤਾਂ ਨਹੀਂ ਹੋ ਜਾਊਗਾ ਫਿਰ ਅਰਜਨਾ ਪਾਊਡਰ, ਜੇ ਮੈਂ ਉਹ ਵੀ ਕੀਤਾ ਤਾਂ ਉਹ ਵੀ ਕੀਤਾ? ਠੀਕ ਆ, ਪੁੱਛ ਲੈਂਦੇ ਆਪਾਂ। ਤੇ ਦੂਸਰਾ, ਮੇਰਾ ਹਸਬੈਂਡ ਨੂੰ ਸਿਰ ਵਿੱਚ ਨਾ ਪਸੀਨਾ ਆਉਂਦਾ ਜਦੋਂ ਰੋਟੀ ਖਾਂਦੇ ਆ, ਤੇ ਉਹਨਾਂ ਦਾ ਮੈਦਾ ਵੀ ਬਹੁਤ ਕਮਜ਼ੋਰ ਹੈ, ਕੁਛ ਪਚਦਾ ਨਹੀਂ ਹੈ। ਇੱਕ ਪੁੱਛਣਾ ਸੀ ਸਪਾਰੀ ਪਾਕ ਕਿੱਥੋਂ ਮਿਲਦਾ? ਲਾਸਟ ਟਾਈਮ ਕਿਸੇ ਨੇ ਦੱਸਿਆ ਸੀ, ਮੈਨੇ ਸਾਰੇ ਇੰਡੀਅਨ ਸਟੋਰਾਂ ਤੋਂ ਪੁੱਛਿਆ, ਉਹ ਪਤਾ ਨੀ ਕੀ ਚੀਜ਼ ਆ। ਉਹ ਕਹਿੰਦੇ ਸਪਾਰੀ ਨੂੰ ਨਾ ਰਗੜ ਕੇ ਉਹਦਾ ਪਾਊਡਰ ਬਣਾ ਲਓ, ਸਪਾਰੀ ਪਾਕ ਬਣ ਜਾਊਗੀ। ਮੈਨੂੰ ਤਾਂ ਨੀ ਲੱਗਦਾ ਵੀ, ਪਤਾ ਨੀ, ਪੁੱਛ ਲੈਣਾ ਤੁਸੀਂ। ਤੇ ਦੂਸਰਾ, ਮੈਂ ਹਰਾ ਧਨੀਆ ਬਣਾਇਆ ਸੀ, ਨਾਲੇ ਸੁੱਕਾ ਧਨੀਆ ਦਾ ਉਹ ਬਣਾਇਆ ਸੀ ਆਈ ਡਰੋਪ, ਉਹ ਪੁੱਛਣਾ ਆ ਉਹ ਕਿੱਥੇ, ਫਰਿੱਜ ਚ ਰੱਖਣਾ ਕਿ ਬਾਹਰ ਹੀ ਰੱਖਣਾ? ਠੀਕ ਹੈ, ਓਕੇ, ਥੈਂਕ ਯੂ। ਸੁੱਕੇ ਧਨੀਏ ਦਾ ਆਈ ਡਰੋਪ ਕਿਵੇਂ ਬਣਾਇਆ ਤੁਸੀਂ? ਹਰਜੀਤ ਕੌਰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬੜੀ ਦੇਰ ਪਿੱਛੋਂ ਆਪ ਜੀ ਦੇ ਦਰਸ਼ਨ ਹੋਏ ਤੇ ਦਿਲ ਵਿੱਚ ਇਹ ਮੰਗ ਉੱਠੀ ਵੀ ਜਿੰਨਾ ਕੁਛ ਦਵਾਈਆਂ ਦਾ ਪਤਾ ਲੱਗਾ, ਜਿੰਨਾ ਚੀਜ਼ਾਂ ਤੋਂ ਆਰਾਮ ਆਇਆ, ਕਿਉਂ ਨਾ ਲੋਕਾਂ ਦੀ ਭਲਾਈ ਲਈ। ਜ਼ਰੂਰ ਜ਼ਰੂਰ ਜੀ, ਬਹੁਤ ਭਲੇ ਦਾ ਕੰਮ ਹੈ। ਪਹਿਲੀ ਗੱਲ ਜਿਹੜੀ ਅੱਖਾਂ ਦੀ ਦਵਾਈ ਆ, ਨੁਸਖੇ ਲੈ ਕੇ ਆਏ ਆ, ਜਿਨ੍ਹਾਂ ਨੇ ਦਵਾਈ ਅੱਖਾਂ ਵਾਸਤੇ ਵਰਤਣੀ ਆ, ਇੱਕ ਲੋਧ ਫਲਾਈ ਫਰਕੜੀ ਲੈ ਲੈਣ, ਇੱਕ ਮੱਖਣ ਲੈ ਲੈਣ, ਤੇ ਕਹਿੰਦੇ ਖਾਲ ਦੇ ਵਿੱਚ ਇਹਨੂੰ ਰਗੜ ਕੇ ਘਸਾ ਕੇ ਅੱਖਾਂ ਤੇ ਲਾਉਣਗੇ, ਤੇ ਕੋਈ ਕਿਸੇ ਕਿਸਮ ਦੀ ਬਿਮਾਰੀ ਜਿਹੜੀ ਨਹੀਂ ਹੋਊਗੀ, ਬਿਲਕੁਲ ਅੱਖਾਂ ਨਾਲ ਦੀਆਂ ਠੀਕ ਹੋ ਜਾਣਗੀਆਂ। ਠੀਕ ਹੈ। ਦੂਸਰਾ ਹੈਗਾ ਜੇ ਸਮੁੰਦ ਝੱਗ ਫਲਾਈ ਹੋਈ ਫਰਕੜੀ, ਇਹਨੂੰ ਨਿੰਬੂ ਦੇ ਰਸ ਵਿੱਚ ਖਰਲ ਕਰ ਲਓ, ਇਹ ਤੁਸੀਂ ਪਾਓਗੇ ਤੇ ਇਹਦੇ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਹੋ ਸਕਦਾ ਹੈ। ਅੱਗੇ ਹੈਗੀਆਂ ਇੱਕ ਹੋਰ ਨੁਸਖਾ, ਜੇ 6 ਕਾਲੀਆਂ ਮਿਰਚਾਂ 7 ਮਗਾਂ ਲੈ ਲਓ, 10 ਪਿਰਫਲੇ ਦੀਆਂ ਗਿਰੀਆਂ ਦੇ ਵਿੱਚ ਇਹਨਾਂ ਨੂੰ ਮਿਲਾ ਲਓ, ਔਲੇ ਦਾ ਰਸ ਲੈ ਕੇ, ਤੇ ਉਹਦੇ ਵਿੱਚ ਤੁਸੀਂ ਜੇ ਕਿਤੇ ਅੰਜਣ ਕਰਕੇ ਪਾਓਗੇ ਤੇ ਤੁਹਾਡੀ ਅੱਖ ਦੀ ਨਜ਼ਰ ਬਿਲਕੁਲ ਤੇਜ਼ ਵੀ ਹੋ ਸਕਦੀ ਹੈ ਜੀ। ਇੱਕ ਤਰੀਕਾ ਹੋਰ, ਜੇ ਰਸੌਂਤ ਲੈ ਲਓ, ਜਿਨ੍ਹਾਂ ਦੀਆਂ ਅੱਖਾਂ ਖਰਾਬ ਨੇ, ਖਾਰਿਸ਼ ਆ, ਲਾਲੀ ਆ, ਇਹ ਬੈਸਟ ਜੇ ਵੈਰੀ ਇੰਪੋਰਟੈਂਟ ਆ, ਮੈਂ ਨੁਸਖਾ ਲੱਗੀ ਲਿਖਾਉਣ, ਰਸੌਂਤ ਲੈ ਲਓ, ਪੋਸਤ ਲੈ ਲਓ, ਫਟਕੜੀ ਲੈ ਲਓ, ਹਲਦੀ ਲਓ ਤੇ ਅੱਖਾਂ ਤੇ ਲਾਵੋ ਘਸਾ ਕੇ, ਤੁਹਾਨੂੰ ਕਿਸੇ ਕਿਸਮ ਦਾ ਰੋਗ ਨਹੀਂ ਰਹਿ ਸਕਦਾ। ਇੱਕ ਮੈਂ ਭਾਜੀ ਜਗਬੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਉਹਨਾਂ ਨੇ ਜਿਹੜੀ ਦਵਾਈ ਕੁਮਾਰੀ ਆਸਵ ਦੱਸੀ ਸੀ ਉਹ ਸਭ ਨਾਲੋਂ ਬੈਸਟ ਜੇ। ਜਿਹੜੀਆਂ ਬੀਬੀਆਂ ਕਹਿੰਦੀਆਂ ਖੱਟੇ ਡਕਾਰੇ ਆਉਂਦੇ ਆ, ਸਾਡਾ ਪੇਟ ਸਭ ਤੇ ਸਾਨੂੰ ਉਲਟੀ ਆਉਂਦੀ ਆ, ਸਾਨੂੰ ਕਬਜ਼ਿਆ, ਆਹ ਕੁਮਾਰੀ ਆਸਵ ਜਿਹੜੀ ਆ ਇਹ ਦਵਾਈ ਮੰਗਾ ਕੇ ਪੀਓ, ਸਾਰਾ ਕੁਛ ਉੱਪਰ ਲਿਖਿਆ ਵਾ, ਔਰ ਇਹ ਪੀਓ ਗਈਆਂ ਤੇ ਤੁਹਾਡਾ ਪੱਤਰ ਜੇ ਪੇਟ ਵੀ ਹੋਇਆ ਹੋਊ ਤੇ ਇਹ ਵੀ ਤੁਹਾਡਾ ਠੀਕ ਹੋ ਸਕਦਾ। ਠੀਕ। ਇੱਕ ਮੈਂ ਤੁਹਾਨੂੰ ਹੋਰ ਜਿਹੜੀ ਜ਼ਿਆਦਾ ਜਾਣਕਾਰੀ ਇੱਕ ਬੀਬੀਆਂ ਨੂੰ ਲੱਗੀ ਦੇਣ, ਜਿੰਨਾ ਬੀਬੀਆਂ ਸਿਰ ਦੇ ਉੱਤੇ ਆਪਣਾ ਕਾਲਾ ਰੰਗ ਕਰਦੀਆਂ ਨੇ ਉਹਦਾ ਸਾਈਡ ਇਫੈਕਟ ਬਹੁਤ ਹੋ ਰਿਹਾ, ਕਿਉਂਕਿ ਉਹਦੇ ਵਿੱਚ ਜਿਹੜੇ ਕੈਮੀਕਲ ਪਾਉਂਦੇ ਆ ਨਾ, ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਹੈਰਾਨ ਹੋ ਜਾਓਗੇ, ਉਹ ਕੈਮੀਕਲ 1-2 ਜਾਂ 3 ਸਾਲ ਬੀਬੀਆਂ ਰੰਗਦੀਆਂ ਰਹਿੰਦੀਆਂ। ਪਹਿਲਾ ਸਾਈਡ ਇਫੈਕਟ ਅੱਖਾਂ ਤੇ ਹੁੰਦਾ ਹੈ, ਉਸ ਤੋਂ 2-3 ਸਾਲ ਬਾਅਦ ਫਿਰ ਸਿਰ ਤੇ ਹੁੰਦਾ, ਫਿਰ ਬੀਪੀ ਹਾਈ ਹੋ ਜਾਂਦਾ, ਫਿਰ ਬੀਬੀਆਂ ਜਾਂਦੀਆਂ ਡਾਕਟਰਾਂ ਕੋਲ ਬੀਪੀ ਚੈੱਕ ਕਰਾਉਂਦੀਆਂ ਨੇ, ਫਿਰ ਤੀਸਰਾ ਉਹਨਾਂ ਦੇ ਕੰਨਾਂ ਦੇ ਦੋਨਾਂ ਪਿੱਛੇ ਹੱਡੀਆਂ ਜਿਹੜੀਆਂ ਉਹਨਾਂ ਤੇ ਨੁਕਸਾਨ ਕਰਦਾ। ਹਾਂ, ਜੇ ਤੁਹਾਨੂੰ ਜ਼ਰੂਰੀ ਆ ਨਾ ਕਾਲੇ ਕਰਨੇ ਆ, ਤੁਹਾਨੂੰ ਜੇ ਟਾਈਮ ਲੱਗਿਆ ਅਗਲੇ ਹਫ਼ਤੇ, ਤੁਹਾਨੂੰ ਇਹੋ ਜਿਹੀ ਦਵਾਈ ਦੱਸਾਂਗੇ, ਤੁਸੀਂ ਘਰੇ ਬਣਾ ਕੇ ਆਪਣੇ ਵਾਲਾਂ ਤੇ ਲਾ ਲਿਓ ਤੇ ਆਪਣੇ ਰੀਝ ਜਿਹੜੀ ਉਹ ਪੂਰੀ ਕਰ ਸਕਦੀਆਂ ਨੇ। ਮਤਲਬ ਤੁਹਾਡੇ ਟਾਈਮ ਦੇਣ ਦਾ ਬਹੁਤ ਬਹੁਤ ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ। ਆਪਣੀਆਂ ਕੰਮ ਦੀਆਂ ਗੱਲਾਂ ਹੁੰਦੀਆਂ ਜੀ, ਜਦੋਂ ਤੁਸੀਂ ਕੋਈ ਵੀ ਆਉਂਦੇ ਹੋ ਦੱਸਦੇ ਹੋ ਤੇ ਜ਼ਰੂਰ ਧਿਆਨ ਨਾਲ ਸੁਣਿਆ ਕਰੋ। ਸੁਰਿੰਦਰ,
ਕਸ਼ਮੀਰ ਕੌਰ ਜੀ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਆਪਾਂ ਲਾਉਣਾ ਆ ਤੇਲ ਤੇ ਨਾਰੀਅਲ ਦਾ ਪਾਣੀ ਹੈ ਨਾ ਤੇ ਦੋਨੋਂ ਮਿਲਾ ਕੇ ਲਾਉਣਾ ਜਾਂ ਅੱਡ ਅੱਡ ਲਾਉਣਾ ਮਿਲਾ ਕੇ ਲਾਉਣੇ ਆ ਦੋਵੇਂ ਚੀਜ਼ਾਂ ਦੱਸਿਆ ਉਹਨਾਂ ਨੇ ਜਿੱਦਾਂ ਨਾ ਮੈਂ ਹੁਣ ਰੇੜੂਆ ਹੁਣੇ ਲਾਇਆ ਸੀ ਹਾਂਜੀ ਬੱਚੇ ਦੀ ਨਿਗਾਹ ਬਹੁਤ ਘੱਟ ਆ ਵੀ ਦੱਸ ਕੇ ਬੱਚਾ ਹੋਰ ਤਾਂ ਕੁਛ ਨੀ ਅੱਖ ਚ ਪਾਉਂਦਾ ਵੀ ਇਹ ਚੀਜ਼ ਆਪਾਂ ਲਾ ਸਕਦੇ ਹਾਂ ਠੀਕ ਹੈ ਜੀ ਹਾਂਜੀ ਹੋਰ ਥੈਂਕ ਯੂ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਆ ਧੰਨਵਾਦ ਤੇ ਜੀ ਕਰਦਾ ਰਹਿੰਦਾ ਸੁਣੀ ਜਾਈਏ ਤੇ ਬਲਵਿੰਦਰ ਕੌਰ ਭੈਣ ਜੀ ਬੋਲੀ ਜਾਵੇ ਥੈਂਕ ਯੂ ਜੀ ਥੈਂਕ ਯੂ ਜਿਹੜਾ ਸਾਰੇ ਦੇਸ਼ ਦੁਆਬੇ ਦੀਆਂ ਗੱਲਾਂ ਬਾਤਾਂ ਸਾਡੇ ਕੋਲ ਤੁਸੀਂ ਪਹੁੰਚਾ ਦਿੰਨੇ ਆ ਥੈਂਕ ਯੂ ਤੁਹਾਡਾ ਬਾਲਾ ਬਾਲਾ ਥੈਂਕ ਯੂ ਕਸ਼ਮੀਰ ਜੀ ਥੈਂਕ ਯੂ ਹਾਂਜੀ ਪਰ ਪਿਛਲੇ ਹਫਤੇ ਸਵਾਰ ਕੇ ਦੱਸਿਆ ਸੀ ਕਿ ਕਿਵੇਂ ਪਾਉਣਾ ਆ ਤੁਸੀਂ ਪਿਛਲੇ ਹਫਤੇ ਵਾਲਾ ਪ੍ਰੋਗਰਾਮ ਜ਼ਰੂਰ ਸੁਣ ਲਿਓ ਭਜਨ ਕੌਰ ਜੀ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਮੈਂ ਪੁੱਛਣਾ ਸੀ ਬੱਚੇਦਾਨੀ ਚ ਰਸੌਲੀਆਂ ਹੁੰਦੀਆਂ ਇੱਕ ਮੋਟੀ ਆ ਹਾਂਜੀ ਜੇ ਕੋਈ ਦੁਆ ਦੱਸੇ ਤਾਂ ਠੀਕ ਹੈ ਜੀ ਹੈ ਇੱਕ ਮੁੰਡਾ ਦੰਦ ਬੜੇ ਪੀਂਦਾ ਠੀਕ ਹੈ ਜੀ ਅਲਵੇਰਾ ਜੂਸ ਜਿਹੜਾ ਆ ਨਾ ਬਹੁਤ ਕੰਮ ਕਰਦਾ ਆ ਤਿੰਨ ਚਮਚੇ ਅਲਵੇਰਾ ਪਹਿਲਾਂ ਲਓ ਤੇ ਇੱਕ ਚਮਚਾ ਸ਼ਹਿਦ ਦਾ ਪਹਿਲਾਂ ਪਾ ਲਓ ਜੇ ਦੋ ਠਹਿਰ ਕੇ ਫਿਰ ਤੁਸੀਂ ਦੋ ਵੀ ਪਾ ਸਕਦੇ ਠੀਕ ਹੈ ਜੀ ਜੇ ਕਿਸੇ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਪਾਣੀ ਆਉਂਦਾ ਆ ਉਹ ਇੱਕ ਸੀਵਾ ਸਰੋਂ ਦਾ ਜਗਾ ਕੇ ਜਿੱਦਾਂ ਆਪਾਂ ਜਗਾਉਣੇ ਆ ਉਹਦੇ ਜਿਹੜੀ ਰੂੰਦੀ ਬੱਤੀ ਪਾਉਣੀ ਆ ਨਾ ਉਹਦੇ ਵਿੱਚ ਇੱਕ ਪਾ ਕੇ ਲਾਟ ਨਿਕਲੂਗੀ ਨਾ ਉਹਦੇ ਤੇ ਚਾਕੂ ਜਾਂ ਦਾਤੀ ਰੱਖ ਕੇ ਨਾ ਕੋਈ ਚੀਜ਼ ਤੇ ਅੱਖਾਂ ਦੇ ਵਿੱਚ ਪਾਉਣੀ ਤੇ ਫੜਕੜੀ ਜਿਹੜੀ ਆ ਤੁਸੀਂ ਪਾਣੀ ਵਿੱਚ ਪਾ ਕੇ ਥਹਿ ਵੀ ਰੱਖ ਸਕਦੇ ਆ ਜੇ ਤੁਸੀਂ ਦੁੱਧ ਵਿੱਚ ਕੋਈ ਕਰ ਸਕਦਾ ਤਾਂ ਦੂਸਰਾ ਮੈਂ ਇੱਕ ਹੋਰ ਦੱਸਣਾ ਸੀਗਾ ਜੇ ਕਿਸੇ ਨੂੰ ਅੰਧਰਾਤਾ ਹੋਇਆ ਆ ਨਿਗਾਹ ਨੀ ਟਿਕਦੀ ਹੇਠਾਂ ਦੇਖਦੇ ਤੰਦੀ ਆ ਸੂਰ ਦਾ ਮੀਟ ਲੈ ਕੇ ਨਾ ਉਹਨੂੰ ਤੁੜਕਾ ਲਾ ਕੇ ਉਹਦੀ ਭਾਫ ਦਿੱਤੀ ਜਾਵੇ ਠੀਕ ਆ ਓਕੇ ਜੀ ਇਹ ਮੈਂ ਆਪ ਕੀਤਾ ਆਪਣੀਆਂ ਅੱਖਾਂ ਮੇਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਤੇ ਮੈਂ ਆਪਣੀ ਅੱਖਾਂ ਆਪ ਪੀਤੀਆਂ ਜਿਹੜਾ ਰਾਤ ਦਾ ਥੁੱਕ ਆ ਉਹ ਵੀ ਬਹੁਤ ਕੰਮ ਕਰਦਾ ਠੀਕ ਜਿਹੜਾ ਤੜਕੇ ਵਾਲਾ ਉਹ ਤਾਂ ਕਰਦਾ ਆ ਜਿਹੜਾ ਹੈਗਾ ਜੇ ਘੱਟ ਕਰਦਾ ਹੈ ਜੇ ਤੁਸੀਂ ਲਗਾਤਾਰ ਪਾਓਗੇ ਨਾ ਤਾਂ ਉਹ ਵਿੱਚ ਬਹੁਤ ਗਿੱਦ ਜੀ ਆ ਜਾਂਦੀ ਫਿਰ ਤੁਸੀਂ ਠੰਡੇ ਪਾਣੀ ਦੇ ਫਹਿ ਰੱਖ ਸਕਦੇ ਠੀਕ ਹੈ ਜੀ ਦੂਸਰਾ ਮੈਂ ਇਹ ਖੰਘ ਜਾਂ ਆਪਾਂ ਸੀਮ ਲੈਂਦੇ ਹਾਂ ਨਾ ਮੈਂ ਇੱਕ ਸੌਖਾ ਤਰੀਕਾ ਉਹਦਾ ਤਾਂ ਕਿਸੇ ਹੋਰ ਨੇ ਕੀਤਾ ਹੋਊਗਾ ਲੱਭਿਆ ਹੋਊਗਾ ਪਰ ਮੈਂ ਲੱਭਿਆ ਜਿਹੜੀ ਪਾਣੀ ਦੀ ਬੋਤਲ ਸੀ ਗਰਮ ਪਾਣੀ ਪਾਉਂਦੇ ਆ ਨਾ ਜੀ ਨੱਕ ਦੇ ਉੱਪਰ ਵਿਕਸ ਲਾ ਲਓ ਤੇ ਫਿਰ ਉਹਨੂੰ ਸੀਮ ਆਪਣਾ ਕੱਪੜਾ ਲੈ ਕੇ ਦੇਵਾ ਨਾ ਤਾਂ ਉਹ ਬਾਹਲੀ ਚੰਗੀ ਆ ਮੈਂ ਸੀਮ ਉਹਦੇ ਨਾਲ ਪੀਨੀ ਆ ਜਿੱਦਾਂ ਹੁਣ ਕਰੋਨਾ ਤੋਂ ਵੀ ਡਰ ਲੱਗਦਾ ਆ ਪਰ ਬਹੁਤ ਵਧੀਆ ਜੇ ਕਿਸੇ ਦਾ ਸਿਰ ਦੁਖਦਾ ਜੇ ਨਾ ਉਹ ਵਾਈਟ ਤੇ ਉਹ ਨਾ ਕੰਨਾਂ ਦੀ ਐਕਸਰਸਾਈਜ਼ ਠੀਕ ਹੈ ਜਦੋਂ ਨਹਾਉਂਦੇ ਆ ਬਹਾਦਰ ਜੀ ਦਾ ਬਹੁਤ ਧੰਨਵਾਦ ਕਰਨਾ ਉਹਨਾਂ ਨੂੰ ਇੱਕ ਵਾਰੀ ਦੱਸ ਦਿੰਦੇ ਆ ਵੀ ਰਾਤ ਨੂੰ ਨੱਕ ਬੰਦ ਹੋ ਜਾਂਦਾ ਹੈ ਤਾਂ ਉਹਨਾਂ ਨੇ ਕਿਹਾ ਸੀ ਖੱਬੇ ਪਾਸੇ ਸੌਵੋ ਤੇ ਸੱਜੇ ਪਾਸੇ ਦੀਆਂ ਨੱਕ ਖੁੱਲਦਾ ਹੈ ਨਾ ਉਹ ਵੀ ਸੰਗਤਾਂ ਨੂੰ ਇੱਕ ਵਾਰੀ ਜੀ ਕਿੰਨਾ ਚਿਰ ਹੋਇਆ ਉਹਨੇ ਓਕੇ ਭੈਣ ਜੀ ਮੈਂ ਕਿਹਾ ਚਲੋ ਮੈਂ ਜਿਹੜਾ ਅੱਖਾਂ ਦਾ ਅਲਵੇਰਾ ਜੂਸ ਦਾ ਨਾ ਉਹ ਨੰਬਰ ਵਨ ਆ ਸਾਰਿਆਂ ਨੂੰ ਪਾਉਣਾ ਚਾਹੀਦਾ ਆ ਪੁੱਛੀ ਜਾਂਦੇ ਆ ਪਾਉਣ ਓਕੇ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਤੇਜਵੰਤ ਜੀ ਹੈਲੋ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਭੈਣ ਜੀ ਭੈਣ ਜੀ ਪਹਿਲਾਂ ਦਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ ਇੱਕ ਤਾਂ ਪਹਿਲਾਂ ਫੀਡਬੈਕ ਦੇਣੀ ਆ ਜਿਹੜਾ ਤੁਸੀਂ ਆਪਣੇ ਉਹ ਸਪਰਾਈਡ ਵਾਲਾ ਦੱਸਿਆ ਸੀਗਾ ਹਨਾ ਹਾਂਜੀ ਉਹ ਮੈਂ ਆਪਦਾ ਵਰਤਿਆ ਤੇ ਮੇਰੇ ਗੋਡੇ ਬਿਲਕੁਲ ਸਹੀ ਹੋ ਤੁਹਾਡਾ ਇੰਨਾ ਹੀ ਬਹੁਤ ਧੰਨਵਾਦ ਹੈ ਕਿ ਤੁਸੀਂ ਫੀਡਬੈਕ ਦਿੱਤੀ ਹੈ ਉਹਦੀ ਕਿੰਨਾ ਸੌਖਾ ਹੀ ਆ ਉਹ ਥੈਂਕ ਯੂ ਤੇਜਵੰਤ ਜੀ ਸੁਰਿੰਦਰ ਕੌਰ ਜੀ ਤੁਹਾਡੀ ਆਵਾਜ਼ ਨਹੀਂ ਆਉਂਦੀ ਤੇ ਜਦੋਂ ਤੁਹਾਡੀ ਆਵਾਜ਼ ਨਹੀਂ ਆਉਂਦੀ ਜਾਂ ਤੁਹਾਡੀਆਂ ਲਾਈਨਾਂ ਡਰੋਪ ਹੋ ਜਾਂਦੀਆਂ ਤੇ ਤੁਸੀਂ ਪਲੀਜ਼ ਦੁਬਾਰਾ ਕਾਲ ਕਰ ਸਕਦੇ ਆ 4082725200 ਆਪਾਂ ਲੈਂਦੇ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ ਵਾਪਸ 408-272-5200 ਸਟੂਡੀਓ ਦਾ ਫੋਨ ਨੰਬਰ ਆ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਰਹੋ ਪੰਜਾਬੀ ਰੇਡੀਓ ਜੀ ਵਾਸਤੇ ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਰਲਾ ਕੇ ਖਾ ਸਕਦੇ ਹਾਂ ਤੁਹਾਡੇ ਘਰਾਂ ਵਿੱਚ ਪਈਆਂ ਹੁੰਦੀਆਂ ਸਟੋਰਾਂ ਤੋਂ ਮਿਲਦੀਆਂ ਸੌਖਿਆਂ ਮਿਲਦੀਆਂ ਪਰ ਡਾਕਟਰ ਕੋਈ ਨਹੀਂ ਹੁੰਦਾ ਸਾਡੇ ਕੋਲ ਜਿਹੜਾ ਤੁਹਾਡੀ ਨਬਜ਼ ਦੇਖ ਲਏ ਜਾਂ ਤੁਹਾਨੂੰ ਕੋਈ ਦਵਾਈ ਦੱਸਦਾ ਜਿਹੜਾ ਉਹ ਚੀਜ਼ਾਂ ਇੱਥੇ ਦੱਸੀਆਂ ਜਾਂਦੀਆਂ ਨਹੀਂ ਲਿਖੀਆਂ ਜਾਂਦੀਆਂ ਦੁਬਾਰਾ ਲਿਖ ਲਿਆ ਕਰੋ ਯੂਟਿਊਬ 'ਤੇ ਜਾ ਕੇ ਲਿਖ ਲਿਆ ਕਰੋ ਕਈ ਵਾਰੀ ਸਾਡੇ ਕੋਲ ਹਰ ਇੱਕ ਕਾਲਰ ਦਾ ਨੰਬਰ ਨਹੀਂ ਹੁੰਦਾ ਕਿ ਇਸ ਕਾਲਰ ਦਾ ਸਾਨੂੰ ਨੰਬਰ ਚਾਹੀਦਾ ਕਈ ਵਾਰੀ ਉਹ ਕਾਲਰ ਤੁਹਾਡੇ ਨਾਲ ਸਹਿਮਤ ਨਹੀਂ ਹੁੰਦਾ ਕਿ ਤੁਸੀਂ ਉਸ ਦਾ ਫੋਨ ਆ ਕੋਈ ਇੱਧਰ ਉੱਧਰ ਕਰੋ
ਕਿਉਂਕਿ ਪਰਿਵਾਰਾਂ ਦੇ ਵਿੱਚ ਕਈ ਵਾਰੀ ਕਿਸੇ ਨੂੰ ਕੋਈ ਕੰਮ ਹੁੰਦਾ ਆ, ਕੋਈ ਆ, ਕਈ ਵਾਰ ਟਾਈਮ ਇੱਧਰ ਉੱਧਰ ਹੁੰਦਾ ਆ, ਟਾਈਮ ਦਾ ਫਰਕ ਹੁੰਦਾ ਆ। ਜਦੋਂ ਅਸੀਂ ਕਾਲਸ ਕਰਦੇ ਹਾਂ ਤਾਂ ਜਿੱਥੇ ਵੀ ਅਸੀਂ ਬੈਠੇ ਸਾਨੂੰ ਉਹੀ ਲੱਗਦਾ ਕਿ ਉਹੀ ਟਾਈਮ ਆ। ਕਈ ਵਾਰ ਜਿਹੜੀਆਂ ਕਾਲਸ ਹੈਗੀਆਂ ਬਹੁਤ ਦੂਰੋਂ ਪਾਰੋਂ ਇੱਧਰੋਂ ਉੱਧਰੋਂ ਆਉਂਦੀਆਂ, ਇਸ ਕਰਕੇ ਤੁਹਾਨੂੰ ਟਾਈਮ ਦਾ ਨਹੀਂ ਪਤਾ ਲੱਗਦਾ, ਪਰ ਸਾਨੂੰ ਦਿਸਦਾ ਹੁੰਦਾ ਕਿ ਇਹ ਕੋਈ ਹੋਰ ਹੀ ਸਟੇਟ ਆ, ਹੋਰ ਹੀ ਕੋਈ ਕੰਟਰੀ ਆ ਜਿੱਥੇ ਟਾਈਮ ਦਾ ਬਹੁਤ ਫਰਕ ਹੋਊਗਾ। ਸੋ ਜਦੋਂ ਵੀ ਤੁਸੀਂ ਆਹ ਚੀਜ਼ਾਂ ਦੱਸੀਆਂ ਜਾਂਦੀਆਂ ਤਾਂ ਤੁਸੀਂ ਉਹਨਾਂ ਨੂੰ ਲਿਖ ਲਿਆ ਕਰੋ, ਨਹੀਂ ਲਿਖੀਆਂ ਜਾਂਦੀਆਂ ਦੁਬਾਰਾ ਲਿਖ ਲਿਆ ਕਰੋ, ਨਹੀਂ ਤਾਂ ਫਿਰ ਤੁਸੀਂ ਖੁਦ ਕੋਲੋਂ ਕੁਛ ਨਾ ਕੁਛ ਜ਼ਰੂਰ ਸ਼ੇਅਰ ਕਰਿਆ ਕਰੋ। ਚਲਾਂਗੇ ਤੁਹਾਡੀਆਂ ਕਾਲਸ ਵੱਲ, ਫਿਰ ਦੱਸ ਦਈਏ। ਕਾਲਸ ਤੋਂ ਪਹਿਲਾਂ ਕੋਈ ਡਾਕਟਰ ਨਹੀਂ ਹੈਗਾ ਸਾਡੇ ਕੋਲ, ਸਿਰਫ ਅਤੇ ਸਿਰਫ ਇਹ ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ ਜੋ ਵੈਸੇ ਨੂੰ ਤੁਸੀਂ ਸੁਣ ਰਹੇ ਹੋ ਵੱਖ ਵੱਖ ਸਾਧਨਾਂ ਰਾਹੀਂ, ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪੰਜਾਬੀ ਸਲਾਹ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪ੍ਰਵਿੰਦਰ ਸਿੰਘ ਧਾਲੀਵਾਲ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਪਾ, ਸਤਨਾਮ ਸਿੰਘ, ਕਮਲਜੀਤ ਕੌਰ ਟਰਲਿਕ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਤੁਹਾਡੀ ਚੰਗੀ ਸਿਹਤ ਲਈ ਅਰਦਾਸ ਕਰਦੇ ਹਾਂ। ਚੱਲਦੇ ਹਾਂ ਹੁਣ ਤੁਹਾਡੀਆਂ ਕੋਲਾਂ ਵਾਲ, ਅਤੇ ਤੁਸੀਂ ਜੁੜੇ ਹੋ ਪੰਜਾਬੀ ਰੇਡੀ ਜੀ ਵੈਸੇ ਨਾ। ਅਮਰਜੀਤ, ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਮੈਂ ਪੁੱਛਣਾ ਸੀ ਮੇਰੇ ਹਸਬੈਂਡ ਨਾਲ, ਇੱਕ ਤਾਂ ਉਹਨਾਂ ਦਾ ਸਾਹ ਬਹੁਤ ਚੜ੍ਹਦਾ ਸੀ ਨਾ ਜੀ, ਅਤੇ ਦੂਜਾ ਉਹਨਾਂ ਦਾ ਪੇਟ ਬਹੁਤ ਜਿੱਦਾਂ ਵੀ ਵੱਧਦਾ ਹੈਗਾ, ਪ੍ਰੋਬਲਮ ਆ ਉਹਨਾਂ ਨੂੰ, ਪਤਾ ਨਹੀਂ ਕੀ ਆ। ਅਤੇ ਡਾਕਟਰ ਕੀ ਕਹਿੰਦਾ? ਡਾਕਟਰ ਕੋਲ ਤਾਂ ਨਹੀਂ ਗਏ ਉਹ, ਅਤੇ ਉਹ ਚਲਾਉਂਦੇ ਆ ਟਰੱਕ, ਅਤੇ ਲੌਂਗ 'ਤੇ ਜਾਂਦੇ ਆ ਕਈ ਦਿਨਾਂ ਬਾਅਦ, ਫਿਰ ਉਹ ਆਉਂਦੇ। ਠੀਕ ਹੈ ਜੀ। ਪੇਟ ਫੁੱਲਿਆ, ਇੱਕ ਵਾਰੀ ਤੁਸੀਂ ਦਿਖਾਓ ਜ਼ਰੂਰ, ਜੇ ਜਿਉਂਦੇ ਆ ਤੇ ਸਭ ਕੁਛ ਆ। ਤੇਜਵੰਤ ਜੀ, ਹਾਂਜੀ ਭੈਣ ਜੀ, ਆਪਣੇ ਉਹਨਾਂ ਨੂੰ ਨਾ ਟੀ ਐਸ ਪਹੁੰਚਦੇ ਸੀਗੇ, ਬਹੁਤ ਕੰਮ ਕੀਤਾ ਭੈਣ ਜੀ, ਮੈਨੂੰ 4-5 ਦਿਨਾਂ ਦੇ ਵਿੱਚ ਹੀ ਬਿਲਕੁਲ ਸਹੀ ਹੋ ਗਿਆ ਜੀ। ਠੀਕ ਹੈ, ਤੁਸੀਂ ਕੀਤਾ ਤਾਂ ਹੀ ਆ, ਅਸੀਂ ਕਰਦੇ ਨੀ ਕਈ ਨਾ, ਜਦੋਂ ਲੋੜ ਪੈਂਦੀ ਆ ਭੈਣ ਜੀ ਫਿਰ ਕਰਨਾ ਪੈਂਦਾ ਜੀ, ਜਦੋਂ ਤਕਲੀਫ ਆ। ਹਾਂਜੀ ਭੈਣ ਜੀ, ਬਾਕੀ ਤੁਹਾਡਾ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਦੇਖੋ, ਜਦੋਂ ਤੁਸੀਂ ਕੀਤੇ ਵਾਲੇ ਦੱਸਦੇ ਆ ਨਾ, ਫਿਰ ਸ਼ਾਇਦ ਥੋੜ੍ਹਾ ਜਿਹਾ ਹੋ ਜਾਂਦਾ, ਅਸੀਂ ਕਰਕੇ ਦੇਖ ਲਈਏ, ਕੁਛ ਨਹੀਂ ਹੁੰਦਾ ਕੰਮ, ਇਹ ਕੁਛ ਨਹੀਂ ਹੁੰਦਾ। ਇਹ ਚੀਜ਼ਾਂ ਬਹੁਤ ਸਾਰੀਆਂ ਇੱਧਰ ਉੱਧਰ ਦੀ ਘੁੰਮ ਘੁੰਮਾ ਕੇ ਨਾ ਦੂਜੀਆਂ ਦਵਾਈਆਂ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਆ। ਸੋ ਤੁਸੀਂ ਇਹਨਾਂ ਨੂੰ ਖੁਦ ਹੀ ਕਰਕੇ ਦੇਖ ਲਿਆ ਕਰੋ, ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਫੇ ਅਮਨਦੀਪ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਾ ਪੁੱਛਿਆ ਸੀ, ਮੈਂ ਡਾਕਟਰ ਕੋਲੇ ਗਿਆ ਸੀ, ਮੈਨੂੰ ਡਾਕਟਰ ਕਹਿੰਦੇ ਤੇ ਆਇਰਨ ਦੀ ਕਮੀ ਆ। ਠੀਕ ਆ। ਹਾਂਜੀ, ਕੋਈ ਆਪਾਂ ਦੇਸੀ ਇਲਾਜ ਹੋ ਸਕਦਾ ਵੀ ਆਇਰਨ ਵੀ ਆਪਾਂ ਕੁਝ ਖਾਈਏ, ਹੈ ਨਾ, ਕੋਈ ਐਸੀ ਦੇਸੀ ਚੀਜ਼ ਵੀ। ਹਾਂਜੀ, ਆਇਰਨ ਵਾਲੀਆਂ ਚੀਜ਼ਾਂ ਦੱਸਣਗੇ ਤੁਹਾਨੂੰ ਹੁਣ ਲੋਕ। ਠੀਕ ਆ, ਓਕੇ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਬਹੁਤ ਸਾਰੀਆਂ ਬਿਮਾਰੀਆਂ ਅਸੀਂ ਖਾਣ ਪੀਣ ਦੇ ਨਾਲ ਠੀਕ ਕਰ ਸਕਦੇ ਹਾਂ ਕਿ ਉਹਨਾਂ ਚੀਜ਼ਾਂ ਦੀ ਕਮੀ ਪੂਰੀ ਹੋ ਜਾਏ। ਵਿਟਾਮਿਨ ਵਗੈਰਾ ਜਿੰਨੇ ਵੀ ਹੁੰਦੇ ਆ ਦੱਸੇ ਜਾਂਦੇ ਆ ਵੀ ਸਾਨੂੰ ਆਹ ਵਿਟਾਮਿਨ ਲੈ ਲਓ, ਆਹ ਲੈ ਲਓ, ਆਹ ਲੈ ਲਓ, ਪਰ ਬਹੁਤ ਸਾਰੀਆਂ ਚੀਜ਼ਾਂ ਖਾਣ ਦੇ ਨਾਲ ਵੀ ਹੋ ਜਾਂਦਾ। ਅਮਰਜੀਤ ਕੌਰ ਜੀ, ਅਮਰਜੀਤ ਕੌਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਬਹੁਤ ਤਕਲੀਫ ਆ, ਫੜਕੜੀ ਵਾਲਾ, ਪਹਿਲੇ ਤਾਂ ਬੜੀ ਸੋਹਣੀ ਹੋ ਗਈਆਂ, ਹੁਣ ਫੇਰ ਬਹੁਤ ਜਲਦੀਆਂ ਨੇ, ਔਰ ਅੱਖਾਂ ਮੇਰੀਆਂ ਖਾਰਿਸ਼ ਬਹੁਤ ਹੁੰਦੀ ਆ। ਠੀਕ ਆ। ਇੱਕ ਗੋਡਿਆਂ ਦਾ ਇਲਾਜ, ਉੱਥੇ ਚਲੋ ਹੁਣ ਕਈ ਵਾਰ ਸੁਣਿਆ, ਮੈਂ ਕਰਕੇ ਵੇਖੂੰਗੀ। ਇੱਕ ਮੇਰੇ ਹੱਥ ਪੈਰ ਬਹੁਤ ਹਿੱਲਦੇ ਆ। ਹਿੱਲਦੇ ਆ? ਹਾਂਜੀ। ਠੀਕ ਆ।
ਖੱਬਾ ਹੱਥ ਜ਼ਿਆਦਾ ਹਿੱਲਦਾ ਹੈ, ਪਾਠ ਕਰਨ ਲੱਗਾ ਗੁਟਕਾ ਅੱਖਾਂ ਦਾ ਪਤਾ ਨੀ ਲੱਗਦਾ, ਹਿੱਲੀ ਜਾਂਦੇ ਹਿੱਲੀ ਜਾਂਦੇ. ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਪ੍ਰੋਗਰਾਮ ਬਹੁਤ ਧੰਨਵਾਦ. ਧੰਨਵਾਦ ਜੀ, ਧੰਨਵਾਦ ਜੀ. ਦੇਖੋ ਆਪਾਂ ਸਾਰੇ ਰਲ ਮਿਲ ਕੇ ਆਪਣੇ ਇਲਾਜ ਦੀ ਜਿਹੜੀ ਗੱਲ ਕਰਦੇ ਹਾਂ ਨਾ, ਕਿ ਸਾਨੂੰ ਆਹ ਹੋ ਗਿਆ ਆਹ ਹੋ ਗਿਆ, ਬਿਲਕੁਲ ਹੱਥਾਂ ਹਿਲਦਿਆਂ ਤੋਂ ਦੱਸਿਆ ਗਿਆ ਪਾਰਕਿੰਸਨ ਦਾ ਇਲਾਜ ਜਿਹੜਾ ਦੱਸਿਆ ਗਿਆ ਆ ਕਿ ਉਹ ਜਿਹੜਾ ਇਲਾਜ ਵੀ ਹੈਗਾ ਆ, ਅਤੇ ਪਰ ਉਹ ਇਲਾਜ ਜਿਹੜਾ ਉਹ ਦੱਸੋ ਕੌਣ ਜਿਹਨੇ ਕੀਤਾ ਹੋਊਗਾ, ਜਿਹਨੂੰ ਕਿਸੇ ਨੂੰ ਆਰਾਮ ਆਇਆ ਹੋਊਗਾ. ਉਹ ਤੁਸੀਂ ਜੀ ਜ਼ਰੂਰ ਸ਼ੇਅਰ ਕਰ ਲਓ, 4072725200 ਸਟੂਡੀਓ ਦਾ ਫੋਨ ਨੰਬਰ ਹੈ ਜੀ. ਅਤੇ ਅੱਗੇ ਆਪਣੇ ਕਾਲਰ ਨੇ ਬਲਵਿੰਦਰ ਕੌਰ ਜੀ. ਬਲਵਿੰਦਰ ਕੌਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ. ਸਤਿ ਸ਼੍ਰੀ ਅਕਾਲ. ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲਦਾ ਹੈਗਾ. ਥੈਂਕ ਯੂ ਜੀ. ਇੱਕ ਤਾਂ ਜਿਹੜਾ ਬੱਚੇ ਨੇ ਬੱਚੇ ਦਾ ਪੁੱਛਿਆ ਸੀ ਨਾ ਵੀ ਲਾਲਾਂ ਜ਼ਿਆਦਾ ਸੜਦਾ ਹੈਗਾ, ਹਾਂਜੀ ਹਾਂਜੀ, ਤੇ ਉਹ ਬਦਾਮ ਦੀਆਂ ਦੋ ਤਿੰਨ ਗਿਰੀਆਂ ਭਿਉਂਦਿਆਂ ਕਰਨ, ਕੋਈ ਮਿੱਟੀ ਦੀ ਚੱਪਣੀ ਜੀ ਲੈ ਆਉਣ, ਉਹਦੇ ਤੇ ਘਸਾ ਕੇ ਮਲਮ ਬਣਾ ਕੇ ਉਹਦਾ ਮੂੰਹ ਚੋਪੜਿਆ ਕਰਨ ਵਿੱਚੋਂ ਵਿੱਚੋਂ, ਹਾਂਜੀ, ਉਹ ਲਾਲਾਂ ਸਿੱਟਣੋਂ ਹਟ ਜੂਗਾ. ਅੱਛਾ ਜੀ. ਹਾਂਜੀ. ਤੇ ਜਿਹੜੇ ਆ ਵੀਰ ਨੇ ਪੁੱਛਿਆ ਵੀ ਮੇਰੀ ਆਇਰਨ ਘੱਟ ਹੈ, ਇਹ ਸੌਗੀ ਦੋ ਚਮਚੇ ਰਾਤ ਨੂੰ ਪਾਣੀ ਚ ਭਿਉਂਦਿਆ ਕਰੇ, ਸਵੇਰੇ ਉਹ ਖਾਇਆ ਕਰੇ, ਨਾਲੇ ਪਾਣੀ ਪੀ ਲਿਆ ਕਰੇ. ਠੀਕ ਹੈ ਜੀ. ਹਾਂਜੀ. ਤੇ ਲੋਹੇ ਦੀ ਕੜਾਹੀ ਚ ਸਬਜ਼ੀ ਬਣਾ ਕੇ ਖਾਇਆ ਕਰੇ. ਹਾਂਜੀ ਹਾਂਜੀ, ਉਹਦੇ ਨਾਲ ਤਾਂ ਛੇਤੀ ਪੂਰੀ ਹੁੰਦੀ ਹੈ. ਹਾਂਜੀ, ਉਹਦੇ ਨਾਲ ਛੇਤੀ ਪੂਰੀ ਹੋ ਜੂਗੀ. ਦਵਾਈਆਂ ਨਾਲ ਜਿੰਨਾ ਚਿਰ ਦਵਾਈਆਂ ਖਾਈ ਜਾਂਦੇ ਆ ਪੂਰੀ ਹੋ ਜਾਂਦੀ ਹੈ, ਫੇਫੇ ਘੱਟ ਜਾਂਦੀ ਹੈ. ਇਹ ਚੀਜ਼ਾਂ ਲਗਾਤਾਰ ਖਾਂਦੇ ਰਹਿਣਾ ਚਾਹੀਦਾ ਆ. ਹਾਂਜੀ ਹਾਂਜੀ. ਠੀਕ ਹੈ ਜੀ. ਹਾਂਜੀ, ਬਸ ਇਹੀ ਦੱਸਣਾ ਸੀਗਾ ਭੈਣ ਜੀ. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ. ਠੀਕ ਹੈ, ਥੈਂਕ ਯੂ ਜੀ. ਆਪਣੇ ਅਗਲੇ ਕਾਲਰ ਵੀ ਲਵਾਂਗੇ. ਆ ਸਾਡੇ ਅੱਜ ਦੇ ਸਪੋਂਸਰ ਨੇ ਬਹਾਦਰ ਸਿੰਘ ਜੀ, ਜਿਹਨਾਂ ਦਾ ਫੋਨ ਨੰਬਰ ਹੈ 5594920513. ਉਹਨਾਂ ਤੋਂ ਤੁਸੀਂ ਨੈਚੁਰੋਪੈਥੀ ਦੀ ਅਤੇ ਹੋਮੋਪੈਥੀ ਦੀ ਇਨਫੋਰਮੇਸ਼ਨ ਆ ਉਹ ਤੁਸੀਂ ਲੈ ਸਕਦੇ ਹਾਂ. ਬਹੁਤ ਬਹੁਤ ਧੰਨਵਾਦ ਹੈ ਜੀ. ਅਤੇ ਚੱਲਦੇ ਹਾਂ ਆਪਣੇ ਕੁਲਵਿੰਦਰ ਕੌਰ. ਸਤਿ ਸ਼੍ਰੀ ਅਕਾਲ ਭੈਣ ਜੀ. ਸਤਿ ਸ਼੍ਰੀ ਅਕਾਲ. ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਆਹ ਖੱਬੀ ਲੱਤ ਦੇ ਗੋਡੇ ਦੇ ਕੋਲੇ ਨਾ ਨਾੜਾਂ ਜਿਹੀਆਂ ਨੀਲੀਆਂ ਹੋਈਆਂ ਪਈਆਂ ਹੈਗੀਆਂ, ਜਿਵੇਂ ਬਲੱਡ ਰੁਕਦਾ ਹੁੰਦਾ. ਇਹ 10 ਸਾਲ ਪਹਿਲਾਂ ਇਹਦੇ ਵਿੱਚ ਛਟਕਾ ਪੇਨ ਹੋਈ ਸੀਗੀ. ਅੱਛਾ ਜੀ. ਹਾਂਜੀ, ਮੁੜ ਕੇ ਤਾਂ ਵੈਸੇ ਹੋਈ ਨੀ ਗੀ, ਤੇ ਹੁਣ ਇਹਦੀ ਨਾੜਾਂ ਜਿਹੀਆਂ ਜਿਵੇਂ ਬਲੋਕ ਜੀ ਹੋਈਆਂ ਹੋਈਆਂ ਨੇ, ਏਦਾਂ ਹੋਈਆਂ ਹੋਈਆਂ ਨੇ. ਫਿਰ ਰਾਤ ਨੂੰ ਮੈਨੂੰ ਨੀਂਦ ਵੀ ਨੀ ਆਉਂਦੀ ਹੈਗੀ, ਜੇ ਥੋੜੀ ਜਿਹੀ ਮਾਲਿਸ਼ ਕਰਦੀ ਆ ਫੇਰ ਕਿਤੇ ਨੀਂਦ ਆਉਂਦੀ ਆ, ਤੇ ਖੱਲੀਆਂ ਬਹੁਤ ਚੜਦੀਆਂ ਮੇਰੇ. ਅੱਛਾ, ਖੱਲੀਆਂ ਵੀ ਚੜਦੀਆਂ? ਹਾਂਜੀ, ਮਾੜਾ ਜਿਹਾ ਜੇ ਮੈਂ ਸਿੱਧੀ ਜੀ ਹੁੰਦੀ ਆ ਦੋਨਾਂ ਲੱਤਾਂ ਦੀਆਂ ਖੱਲੀਆਂ ਚੜ ਜਾਂਦੀਆਂ ਨੇ, ਨੀਂਦ ਹੀ ਨੀ ਆਉਂਦੀ ਸਾਰੀ ਰਾਤ ਫਿਰ. ਠੀਕ ਹੈ ਜੀ. ਹਾਂਜੀ, ਵੀ ਇਹ ਤੋਂ ਕੀ ਖਾਣ ਪੀਣ ਨੂੰ ਮੈਨੂੰ ਦੱਸ ਦੇਣ, ਫਿਰ ਮੈਂ ਉਹੀ ਖਾ ਪੀ ਲਵਾਂ. ਠੀਕ ਹੈ. ਥੈਂਕ ਯੂ ਬੰਦੇ. ਥੈਂਕ ਯੂ ਜੀ. ਥੈਂਕ ਯੂ. ਪਾਣੀ ਤਾਂ ਜ਼ਰੂਰ ਪੀਣਾ ਚਾਹੀਦਾ ਆ, ਪਾਣੀ ਦੀ ਵੱਡੀ ਪ੍ਰੋਬਲਮ ਆ. ਖੱਲੀਆਂ ਵੀ ਤਾਂ ਹੀ ਪੈਂਦੀਆਂ, ਨਾੜਾਂ ਵੀ ਤਾਂ ਹੀ ਚੜ੍ਹਦੀਆਂ ਕਹਿੰਦੇ, ਵੀ ਜੇ ਤੁਸੀਂ ਪਾਣੀ ਘੱਟ ਪੀਂਦੇ ਆ ਤਾਂ ਉਹ ਕੋਸ਼ਿਸ਼ ਕਰਿਆ ਕਰੋ ਵੀ ਇਹਨਾਂ ਚੀਜ਼ਾਂ ਦੇ ਨਾਲ ਹੀ ਆਪਾਂ ਠੀਕ ਠਾਕ ਰਹੀਏ, ਦਵਾਈਆਂ ਤੋਂ ਛੁਟਕਾਰਾ ਹੋ ਜਾਏ. ਬਲਵੀਰ ਕੌਰ ਜੀ, ਸਤਿ ਸ਼੍ਰੀ ਅਕਾਲ ਭੈਣ ਜੀ. ਸਤਿ ਸ਼੍ਰੀ ਅਕਾਲ. ਰੇਡੀਓ ਹੌਲੀ ਕਰੋ ਜੀ. ਮੈਂ ਪੁੱਛਣਾ ਸੀ ਭੈਣ ਜੀ, ਕਾਕਾ 4 ਸਾਲ ਦਾ ਸਾਡਾ, ਤੇ ਉਹਨੂੰ ਨਾ ਟੌਨਸਲ ਫੜੇ ਗਲੇ ਦੇ ਵਿੱਚ. ਠੀਕ ਆ. ਤੇ ਉਹ ਕਿਸੇ ਭੈਣ ਭਰਾ ਨੂੰ ਇਲਾਜ ਦਾ ਪਤਾ ਹੋਵੇ ਤੇ ਉਹ ਦੱਸੇ. ਠੀਕ ਹੈ ਜੀ. ਤੇ ਇੱਕ ਫੀਡਬੈਕ ਦੇਣੀ. ਹਾਂਜੀ ਹਾਂਜੀ. ਉਹ ਇਸ ਤਰ੍ਹਾਂ ਵੀ ਉਹ ਜਿਹੜਾ ਐਪਲ ਸਾਈਡਰ ਹੈ ਨਾ, ਗਰਮ ਪਾਣੀ ਚ ਪਾ ਕੇ ਮੈਂ ਪੀਂਦੀ ਰਹੀ, ਮੈਨੂੰ ਕਾਫੀ ਦੇਰ ਹੋ ਗਿਆ, 1.5 ਸਾਲ ਪੀਂਦੀ ਨੂੰ. ਮੈਨੂੰ ਇੱਕ ਕਬਜ਼ ਦੀ ਵੀ ਸ਼ਿਕਾਇਤ ਸੀ ਤੇ ਇੱਕ ਥਾਇਰਾਇਡ ਸੀ ਮੈਨੂੰ, ਤੇ ਉਹ ਇੱਕ ਬਲੱਡ ਪ੍ਰੈਸ਼ਰ ਸੀ. ਤੇ ਮੇਰੀਆਂ ਸਾਰੀਆਂ ਉਹਦੇ ਨਾਲ ਇਹ ਪ੍ਰੋਬਲਮ ਹਟ ਗਈਆਂ, ਤੇ ਗੋਲੀਆਂ ਗੋਲੀਆਂ ਮੈਂ ਬੰਦ ਕਰ ਦਿੱਤੀਆਂ. ਤੇ ਐਪਲ ਸਾਈਡਰ ਗਰਮ ਪਾਣੀ ਚ ਪਾ ਕੇ ਨਾ, ਤੇ ਵਿੱਚ ਸ਼ਹਿਦ ਪਾ ਕੇ, ਥੋੜਾ ਜਿਹਾ ਲੂਣ ਪਾ ਕੇ, ਤੇ ਨਿੰਬੂ ਨਿਚੋੜ ਕੇ, ਤੇ ਉਹ ਪੀਣਾ ਸ਼ੁਰੂ ਕਰ ਦੋ ਜਿਹਨੂੰ ਵੀ ਇਹ ਕੋਈ ਪ੍ਰੋਬਲਮ ਹੈਗੀ. ਮਤਲਬ ਕਿ ਤੁਸੀਂ ਕਹਿੰਦੇ ਆ ਵੀ ਤੁਹਾਡਾ BP ਵੀ ਕੰਟਰੋਲ ਹੋ ਗਿਆ, ਥਾਇਰਾਇਡ ਵੀ ਹੋ ਗਿਆ, ਤੇ ਕਬਜ਼ ਦੀ ਪ੍ਰੋਬਲਮ ਵੀ ਗਈ ਆ? ਯੈਸ ਯੈਸ ਯੈਸ.
ਥੋੜਾ ਜਿਹਾ ਦੂਜੇ ਤੀਜੇ ਦਿਨ ਵਿੱਚ ਮਿੱਠਾ ਸੋਡਾ ਪਾ ਲਿਆ ਕਰਨਾ, ਐਵੇਂ ਚੁਟਕੀ ਜਿਸ ਤਰ੍ਹਾਂ ਮੱਕੀ ਦਾ ਦਾਣਾ ਹੁੰਦਾ ਨਾ ਇੰਨਾ ਕੁ, ਠੀਕ ਹੈ ਜੀ, ਤੇ ਉਹ ਇੰਨਾ ਵਧੀਆ ਸ਼ਰਬਤ ਜਿਹਾ ਬਣਦਾ, ਚਾਹ ਪੀਣ ਦੀ ਲੋੜ ਹੀ ਨੀ ਪੈਂਦੀ। ਠੀਕ ਹੈ ਜੀ, ਸਵੇਰੇ ਸਵੇਰੇ ਪੀਣਾ ਨਾ ਤੁਸੀਂ? ਬਹੁਤ, ਹਾਂਜੀ ਸਵੇਰੇ ਸਵੇਰ ਤੁਸੀਂ ਉੱਠ ਜੇ, ਹਾਂਜੀ ਰੋਜ ਨੇ। ਅਗਲੇ ਕਾਲਰ ਲੈਣੇ ਆ, ਤੇ ਜੇ ਤੁਹਾਡੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਤੇ ਸ਼ੇਅਰ ਕਰ ਲਿਆ ਕਰੋ ਜੀ। ਗੁਰਜੀਤ ਸਿੰਘ ਜੀ, ਹਾਂਜੀ ਜਿਹੜੀ ਚੀਜ਼ ਨੂੰ ਕੁਛ ਨੀ ਕਰਨਾ ਪੈਂਦਾ ਸਾਨੂੰ, ਚੁੱਪ ਕਰਕੇ ਚੱਕ ਕੇ ਖਾਣੀ ਆ, ਨਾ ਗਰਮ ਕਰਨੀ ਨਾ ਠੰਡੀ ਕਰਨੀ, ਚਾਹ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ, ਪਰ ਇਹ ਜਿਹੜਾ ਫਰੂਟ ਆ ਇੱਦਾਂ ਚੱਕ ਕੇ ਚਾਹ ਬਣਦੀ ਬਣਦੀ ਤੁਸੀਂ ਖਾ ਸਕਦੇ ਹਾਂ, ਉਹਦਾ ਕੋਈ ਨਿਗਾ ਇੱਕ ਘੰਟਾ ਪਹਿਲਾਂ ਜਾਂ ਦੋ ਘੰਟੇ ਪਹਿਲਾਂ ਆ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਬੋਡੀ ਦੇ ਵਿੱਚ ਘਾਟ ਹੁੰਦੀ ਆ ਅਤੇ ਉਹ ਪੂਰੀ ਹੋ ਜਾਂਦੀ ਆ, ਹਰੇਕ ਫਰੂਟ ਦੇ ਵਿੱਚ ਕੁਛ ਨਾ ਕੁਛ ਹੈਗਾ। ਭੁਪਿੰਦਰ ਕੌਰ ਜੀ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹਾਂਜੀ ਮੈਂ ਵੀ ਆ ਖੱਲੀਆਂ ਬਾਰੇ ਦੱਸਣਾ ਸੀਗਾ ਤੁਹਾਡੇ ਰੇਡੀਓ ਤੇ ਸੁਣਿਆ ਮੈਂ ਵੀ ਮਤਲਬ, ਤੇ ਜਿਹੜੇ ਸਾਬਣ ਦੀ ਟਿੱਕੀ ਨੀ ਸੀ ਕਹਿੰਦੇ ਵੀ ਰੱਖ ਲਓ ਆਪਣੇ ਕੋਲੇ, ਹਾਂਜੀ ਹਾਂਜੀ, ਤੇ ਮੇਰੀ ਮੈਂ ਵਰਤਿਆ ਹੋਇਆ ਜਾਣੀ ਦੀ ਇਹ ਮੇਰਾ ਨੂੰ ਰਾਮ ਆਇਆ ਵਾ। ਅੱਛਾ, ਤੁਸੀਂ ਸਾਬਣ ਦੀ ਟਿੱਕੀ ਆਪਣੇ ਬੈਡ ਤੇ ਰੱਖ ਲਈ? ਹਾਂਜੀ ਹਾਂਜੀ ਹਾਂਜੀ, ਬੈਗ ਤੇ ਨਹੀਂ, ਮੈਂ ਲੱਤਾਂ ਦੇ ਉੱਤੇ ਰੱਖ ਲਈ ਤੇ ਮੈਨੂੰ ਠੀਕ ਹੋ ਗਈ ਮੈਂ। ਅੱਛਾ ਜੀ, ਠੀਕ ਹੈ ਫਿਰ ਤਾਂ। ਹਾਂਜੀ ਹਾਂਜੀ, ਵਰਤਿਆ ਹੋਇਆ ਤੁਹਾਡੇ ਰੇਡੀਓ ਤੇ ਸੁਣਿਆ ਸੀਗਾ ਪ੍ਰੋਗਰਾਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਬਿਲਕੁਲ ਜੀ, ਆਪਣੀ ਤੁਸੀਂ ਕੋਈ ਫੀਡਬੈਕ ਦੇਣੀ ਆ, ਕੋਈ ਇਲਾਜ ਦੱਸਣਾ ਆ ਤਾਂ ਕਾਲ ਕਰਕੇ ਦੱਸ ਸਕਦੇ ਹਾਂ 408-272-5500। ਜਿਸ ਤਰ੍ਹਾਂ ਸਾਨੂੰ ਫੀਡਬੈਕ ਆ ਜਾਈ ਆ ਵੀ ਬਹੁਤ ਸਾਰੀਆਂ ਚੀਜ਼ਾਂ ਲਈਆਂ ਆ ਅਤੇ ਉਹਨਾਂ ਦੇ ਨਾਲ ਉਹਨਾਂ ਨੂੰ ਆਰਾਮ ਆਇਆ, ਆਉਂਦਾ ਵੀ ਆ ਜੀ, ਕਰਿਆ ਕਰੋ, ਕਰਕੇ ਜ਼ਰੂਰ ਦੇਖਿਆ ਕਰੋ। ਹਾਂਜੀ, ਇੱਕ ਅੱਜ ਅਸੀਂ ਉਹ ਫਟਕੜੀ ਵਾਲਾ ਵੀ ਦੱਸਾਂਗੇ ਅਤੇ ਚਾਰ ਚੀਜ਼ਾਂ ਵਾਲਾ ਵੀ ਆ, ਜਿਹੜੀਆਂ ਚਾਰ ਚੀਜ਼ਾਂ ਵਾਲਾ ਦੱਸਾਂਗੇ, ਜਿਹੜਾ ਲਸਣ ਅਦਰਕ ਦਾ ਹੈਗਾ ਜੂਸ ਆ ਉਹਦੇ ਨਾਲ ਫੀਡਬੈਕ ਪਹਿਲਾਂ ਆਈ ਸੀਗੀ ਕਿ ਜਿਨ੍ਹਾਂ ਦੇ ਹੱਥ ਕੰਬਦੇ ਆ, ਹੋਰ ਬਿਮਾਰੀਆਂ ਤੋਂ ਤਾਂ ਆਰਾਮ ਆਉਂਦਾ ਹੀ ਆ, ਬਹੁਤ ਸਾਰੇ ਲੋਕਾਂ ਦੀਆਂ ਦਰਦਾਂ ਹਟ ਗਈਆਂ, ਕਈਆਂ ਦੀਆਂ ਬੀ ਪੀ ਸੀਗਾ ਉਹ ਹਟ ਗਿਆ, ਕਈਆਂ ਦੀ ਸ਼ੂਗਰ ਨੂੰ ਵੀ ਫਰਕ ਪਿਆ ਆ, ਬਹੁਤ ਸਾਰੇ ਲੋਕਾਂ ਨੂੰ ਆਰਾਮ ਕਿਸੇ ਨਾ ਕਿਸੇ ਗੱਲ ਤੋਂ ਆਇਆ ਆ। ਅਤੇ ਉਹਨਾਂ ਦੇ ਵਿੱਚ ਇੱਕ ਫੀਡਬੈਕ ਆਈ ਸੀਗੀ ਕਿ ਉਹਨਾਂ ਦੇ ਕਿਸੇ ਨੂੰ ਪਰਿਵਾਰ ਦੇ ਵਿੱਚ ਦਮਾ ਸੀਗਾ ਜਿਹਨੂੰ ਅਜ਼ਮਾ ਕਹਿੰਦੇ ਆ, ਅਤੇ ਉਹ ਉਹਨਾਂ ਨੂੰ ਆਰਾਮ ਆਇਆ ਸੀਗਾ। ਸੋ ਬਹੁਤਿਆਂ ਨੂੰ ਬਹੁਤੀਆਂ ਚੀਜ਼ਾਂ ਤੋਂ ਆਰਾਮ ਆਉਂਦਾ ਆ ਅਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ ਜੀ ਇੱਕ ਦੂਸਰੇ ਦੇ ਨਾਲ, ਜਿਹਨੂੰ ਕੋਈ ਫਾਇਦਾ ਹੁੰਦਾ ਉਹ ਵੀ ਜ਼ਰੂਰ ਦੱਸਿਆ ਕਰੋ। ਬਲਵਿੰਦਰ ਕੌਰ ਜੀ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਜਿਹੜੇ ਕਹਿੰਦੇ ਸੀਗੇ ਸੁਪਾਰੀ ਪਾਕ ਵੀ ਮਿਲਦੀ ਨਹੀਂ, ਸਾਡੇ ਇੱਥੇ ਨਿਊਯਾਰਕ 'ਚ ਮਿਲਦੀ ਆ, ਅਤੇ ਉਹ ਬਟਾਲਾ BUTAL ਬਟਾਲਾ ਅੰਪੋਰੀਅਮ ਇੰਸ 'ਤੇ ਔਨਲਾਈਨ ਜਾ ਕੇ ਔਡਰ ਕਰ ਸਕਦੇ ਆ, ਅਤੇ ਬਾਕੀ ਉਹ ਘਰੇ ਵੀ ਬਣਾ ਸਕਦੇ ਆ। ਗੂਗਲ 'ਤੇ ਜਾ ਕੇ ਵੀ ਲਿਖ ਕੇ ਹਾਊ ਟੂ ਮੇਕ ਸੁਪਾਰੀ ਪਾਕ, ਅਤੇ ਯੂਟਿਊਬ 'ਤੇ ਆ ਜੂਗੀ ਵੀਡੀਓ, ਅਤੇ ਉਹ ਉੱਦਾਂ ਉਹ ਦੇਖ ਕੇ ਉਹ ਵੀ ਬਣਾ ਸਕਦੇ ਆ। ਤੇ ਇੱਕ ਜਿਹੜਾ ਕਹਿੰਦੇ ਸੀ ਆਇਰਨ, ਉਹ ਲੋਹ ਭਸਮ ਖਾਣ ਜੀ, ਉਹ ਕਿਉਂਕਿ ਉਹਦੇ 'ਚ ਆਇਰਨ ਹੀ ਹੁੰਦੀ ਆ ਲੋਹਾ, ਤੇ ਉਹ ਖਾਣ, ਤੇ ਇੱਕ ਉਹ ਆਹ ਬਾਥੂ ਜਿਹੜਾ ਹੁੰਦਾ। ਕਈ ਬਲਵਿੰਦਰ ਕੌਰ ਜੀ, ਮੈਂ ਤੁਹਾਨੂੰ ਦੱਸਦਾ, ਕਈ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਲਾਗੇ ਕੁਛ ਨਹੀਂ ਹੁੰਦਾ, ਕਈ ਕਈ ਸਿੰਗਲੇ ਹੁੰਦੇ ਆ, ਪਾਲਕ ਖਾ ਲੈਣ, ਪਾਲਕ ਖਾ ਲੈਣ, ਉਹਨਾਂ ਨੂੰ ਐ ਸਿੱਧੀਆਂ ਜੀਆਂ ਚੀਜ਼ਾਂ ਦੱਸ ਦੋ ਕਿ ਚੱਕੋ ਤੇ ਖਾਓ। ਹਾਂ, ਪਾਲਕ ਖਾ ਲੈਣ, ਲੋਹ ਭਸਮ ਮਿਲ ਜਾਂਦੀ ਆ, ਲੋਹ ਭਸਮ ਇੱਥੇ ਸਾਡੇ ਨਿਊਯਾਰਕ 'ਚ ਤਾਂ ਮਿਲ ਜਾਂਦੀ ਆ, ਇਹਨਾਂ ਇੱਥੇ ਆ ਜਿਹੜਾ ਸਟੋਰ ਆ ਉਹ ਤੇ। ਹਾਂਜੀ, ਕੋਈ ਜ਼ਰੂਰੀ ਨਹੀਂ ਸਾਰੇ ਮਿਲਦੇ, ਮੇਰਾ ਨਹੀਂ ਖਾਲੇ ਇੱਥੇ ਮਿਲਦੀ ਉਹ ਸਾਡੇ। ਅੱਛਾ, ਚਲੋ ਪਾਲਕ ਖਾ ਲੈਣ, ਬਾਥੂ ਖਾ ਲੈਣ, ਬਾਥੂ ਤਾਂ ਈਜ਼ੀ ਮਿਲ ਜਾਂਦਾ, ਤੇ ਜੇ ਨਹੀਂ ਵੀ ਮਿਲਦਾ ਤਾਂ ਕਿਨੂਆ, ਕਿਨੂਆ ਨਹੀਂ ਹੁੰਦਾ, ਹਾਂਜੀ ਕਿਨੂਆ ਹੁੰਦਾ, ਹਾਂਜੀ ਉਹ ਖਾ ਲੈਣ।
ਉਹਦੀ ਜਿਵੇਂ ਦਲੀਆ ਜਾਂ ਕੁਛ ਵੀ, ਤੇ ਬਾਕੀ ਇੱਕ ਜਿਹੜਾ ਉਹ ਕੌਲੀ ਤੇ ਜਰੂਰ ਬੈਠੇ ਹਰ ਆਵਾਜ਼, ਮੈਂ ਤਾਂ ਕਹਿੰਦੀ ਹਾਂ ਹਰ ਬੰਦਾ ਹੀ, ਹਾਂਜੀ ਸ਼ੂਗਰ ਵਾਲੇ ਕਿ ਕੋਈ ਵੀ ਬੰਦਾ ਬੈਠ ਸਕਦਾ ਉਹਦੇ ਤੇ, ਉਹਦੇ ਤੇ ਉਹਦੇ ਬਹੁਤ ਬੈਨੀਫਿਟ ਆ ਭੈਣ ਜੀ। 5 ਮਿੰਟ ਤੁਸੀਂ ਪਾਣੀ ਪੀ ਕੇ ਬਹਿ ਜਾਓ, ਜੇ 5 ਮਿੰਟ ਐਕਸਟਰਾ ਵੀ ਬਹਿ ਜਾਓ ਨਾ। ਬਲਵਿੰਦਰ ਜੀ ਮੈਨੂੰ, ਸੋਰੀ ਮੈਂ ਤੁਹਾਨੂੰ ਟੁੱਕਦੀ ਹਾਂ, ਇੱਕ ਵਾਰੀ ਮੈਨੂੰ ਕੋਈ ਮਿਲਿਆ ਕਹਿੰਦੇ ਸਾਡੇ ਤਾਂ ਕੌਲੀ ਹੈ ਨਹੀਂ ਗੇ, ਉਹਨਾਂ ਦੇ ਨਾ ਛੋਟਾ ਜਿਹਾ ਉਹ ਡੂੰਗਾ ਹੁੰਦਾ ਆ। ਹਾਂਜੀ ਉਹ ਵੀ ਠੀਕ ਆ, ਕੋਈ ਨੀ ਠੀਕ ਆ, ਉਹ ਵੀ ਠੀਕ ਆ ਭੈਣ ਜੀ। ਉਹਦੇ ਇੰਨੇ ਬੈਨੀਫਿਟ ਆ ਨਾ, 5 ਮਿੰਟ ਤੁਸੀਂ ਪਾਣੀ ਤੋਂ ਪੀ ਕੇ ਨਾ ਬਾਅਦ ਚ ਵੀ 5 ਮਿੰਟ ਐਕਸਟਰਾ ਬਹਿ ਜਾਓ ਨਾ, ਉਹ ਤਾਂ ਤੁਹਾਡੀ ਇੱਕ ਤਰ੍ਹਾਂ ਦੀ ਮਸਾਜ ਹੋ ਜਾਂਦੀ ਆ ਤੁਹਾਡੀ, ਜਿਹਨਾਂ ਦੀਆਂ ਅੱਡੀਆਂ ਦੁਖਦੀਆਂ ਉਹ ਵੀ ਐਨ ਤੁਹਾਨੂੰ ਫੀਲ ਹੋਊਗਾ ਉੱਥੇ ਵੀ ਜਿੱਥੇ ਤੁਹਾਡਾ ਪੇਨ ਹੁੰਦੀ ਆ, ਤੇ ਐਨ ਮੋਢੇ ਸੈਰ ਸਾਰੇ ਤਾਈਂ ਉਹ ਪੁਆਇੰਟ ਜਿਹੜਾ ਉਹ ਪ੍ਰੈਸ਼ਰ ਜਾਂਦਾ। ਠੀਕ ਹੈ ਜੀ, ਹਾਂ ਹਾਂਜੀ, ਹਰ ਬੰਦੇ ਨੂੰ ਹੀ ਬਹਿਣਾ ਬੈਠਣਾ ਚਾਹੀਦਾ। ਬਾਕੀ ਉਹ ਜਿਹਨਾਂ ਨੇ ਪੁੱਛਿਆ ਸੀ ਵੀ ਪੰਜਾਬੀ ਚ ਕੀ ਕਹਿੰਦੇ ਹੈਗੇ ਆ, ਉਹ ਮੈਨੂੰ ਪਤਾ ਨੀ ਲੱਗਿਆ, ਮੈਂ ਉਦੋਂ ਆਨ ਨੀ ਸੀ ਕੀਤਾ, ਉਦੋਂ ਹੀ ਆਨ ਕੀਤਾ ਸੀਗਾ ਜਦੋਂ ਉਹ ਕਹਿੰਦੇ ਪੰਜਾਬੀ ਚ ਇਹਨੂੰ ਕੀ ਕਹਿੰਦੇ। ਸਫਾਰੀ ਪੈਕ ਨੂੰ ਹੀ ਕਹਿੰਦੇ ਸੀ, ਇੱਕ ਕੁਛ ਹੋਰ ਸੀਗਾ, ਕੀ ਸੀ ਕਹਿੰਦੇ? ਇੱਕ ਤਾਂ ਜਿਹੜਾ ਹੁਣ ਤੁਸੀਂ ਦੱਸਿਆ ਨਾ ਸਫਾਰੀ ਪੈਕ ਕਿੱਦਾਂ ਕਿੱਦਾਂ ਬਣਾਉਣਾ ਆ, ਹਾਂਜੀ, ਇੱਕ ਤਾਂ ਇਹਦਾ ਪੁੱਛਦੇ ਸੀ, ਇੱਕ ਕੁਛ ਹੋਰ ਸੀਗਾ, ਕੋਈ ਨੀ ਪੁੱਛ ਲੈਣਗੇ ਆਣਗੇ। ਆ ਚਲੋ ਕੋਈ ਨੀ, ਫਿਰ ਮੈਨੂੰ ਨਹੀਂ ਪਤਾ ਨਾਂ ਦਾ ਵੀ ਕਿਹੜਾ ਨਾਂ ਕਿਹਾ ਸੀ ਉਹਨਾਂ ਨੇ। ਠੀਕ ਹੈ, ਤੇ ਇੱਕ ਇੱਕ ਆ ਜਿਹੜਾ ਪਾਰਕਿੰਸ ਪੁੱਛਿਆ ਸੀ, ਹਾਂਜੀ, ਇਹ ਪਾਰਕਿੰਸ ਦਾ ਅੱਗੇ ਵੀ ਦੱਸਿਆ ਹੈ ਅਸ਼ਵਗੰਧਾ ਲੈ ਲੈਣ ਜਾਂ ਆਹ ਦੂਸਰਾ ਮਕਾਨਾ ਸੀਡਸ ਕੌਂਚ ਬੀਜ ਚਿੱਟੇ ਕੌਂਚ। ਠੀਕ ਹੈ, ਹਾਂਜੀ, ਤੇ ਅਸ਼ਵਗੰਧਾ ਤਾਂ ਮਿਲ ਹੀ ਜਾਂਦਾ ਨਾ, ਜੇ ਚਲੋ ਇਹ ਦੂਜੀ ਚੀਜ਼ ਦੀ ਪ੍ਰੋਬਲਮ ਹੁੰਦੀ ਆ, ਕਿਸੇ ਤਾਂ ਨਹੀਂ ਮਿਲਦਾ ਜਾਂ ਆਨਲਾਈਨ ਨਹੀਂ ਕਿਸੇ ਨੂੰ ਆਰਡਰ ਨਹੀਂ ਕਰਨਾ ਆਉਂਦਾ, ਤੇ ਅਸ਼ਵਗੰਧਾ ਤਾਂ ਮੇਰਾ ਖਿਆਲ ਹਰ ਬਹੁਤੀਆਂ ਦੁਕਾਨਾਂ ਤੇ ਹੁੰਦਾ ਹੈ ਹਰ ਚ। ਹਾਂਜੀ, ਅਸ਼ਵਗੰਧਾ ਲੈ ਲੈਣ ਜਿਨ੍ਹਾਂ ਦੇ ਹੱਥ ਪੈਰ ਕੰਬਦੇ। ਠੀਕ ਹੈ ਜੀ, ਹਾਂਜੀ, ਤੇ ਉਹ ਕੌਲੀ ਵਾਲਾ ਮੇਰੇ ਇੱਥੇ ਮੇਰੀ ਫਰੈਂਡ ਆ ਕੈਨੇਡਾ, ਮੈਂ ਉਹਨੂੰ ਦੱਸਿਆ ਸੀ, ਉਹਨੂੰ ਸ਼ੂਗਰ ਆ, ਉਹ ਕਹਿੰਦੀ ਮੈਂ ਸਵੇਰ ਦਾ ਟਾਈਮ ਹੀ ਬਹਿ ਸਕਦੀ ਹਾਂ, ਸ਼ਾਮ ਨੂੰ ਮੈਂ ਜੋਬ ਤੇ ਹੁੰਦੀ ਹਾਂ, ਤੇ ਪਰ ਕਹਿੰਦੀ ਮੈਂ ਬੈਠਦੀ ਹਾਂ, ਮੇਰੀਆਂ ਲੱਤਾਂ ਨੂੰ ਬਹੁਤ ਕਹਿੰਦੀ ਫਰਕ ਪਿਆ। ਠੀਕ, ਤੇ ਮੈਂ ਦੇਖਿਆ ਉਹ ਤਾਂ ਬਹੁਤ ਇੱਕ ਮੈਜਿਕ ਵਾਂਗੂ ਆ, ਜੇ ਤੁਸੀਂ 5 ਮਿੰਟ ਐਕਸਟਰਾ ਵੀ ਬਹਿ ਜਾਓ ਉਹਦੇ ਤੇ ਪਾਣੀ ਪੀਣ ਤੋਂ ਬਾਅਦ। ਠੀਕ ਹੈ, ਹਾਂਜੀ, ਉਹ ਬਹੁਤ ਬਿਮਾਰੀਆਂ ਲਈ ਆ। ਠੀਕ ਹੈ ਜੀ, ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ ਕੋਈ ਚੀਜ਼ ਹੁੰਦੀ ਆ ਜਿਹੜੀ ਦੱਸੀ ਜਾਂਦੀ ਹੈ ਨਾ, ਕਰਕੇ ਦੇਖ ਲਿਆ ਕਰੋ, ਇਹਦਾ ਕੁਛ ਲੱਗਣਾ ਨਹੀਂ ਤੁਹਾਡਾ। ਹਾਂਜੀ, ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਪੇਟ ਦੇ ਕੀੜਿਆਂ ਲਈ ਦੱਸਣਾ ਸੀਗਾ, ਕਿਸੇ ਭੈਣ ਨੇ ਪੁੱਛਿਆ ਸੀ ਵੀ ਬੱਚਾ ਦੰਦ ਕਿਰੜਦਾ। ਹਾਂਜੀ ਹਾਂਜੀ ਹਾਂਜੀ, ਉਹ ਕੀੜੇ ਹੀ ਹੁੰਦੇ ਪੇਟ ਦੇ ਵਿੱਚ, ਇਹੀ ਹੁੰਦੀ ਆ ਨਿਸ਼ਾਨੀ ਕਹਿ ਦਿੰਦੇ ਆ ਭਈ ਪੇਟ 'ਚ ਇਹਦੇ ਕੋਈ ਹੈਗਾ ਨੁਕਸ ਹੈ ਨਾ। ਹਾਂਜੀ ਹਾਂਜੀ, ਉਹਦੇ ਲਈ ਤਾਂ ਆਪਾਂ ਪਿਆਜ਼ ਦਾ ਰਸ ਵੀ ਲੈ ਸਕਦੇ ਹਾਂ, ਪਿਆਜ਼ ਦਾ ਰਸ ਕੱਢ ਕੇ ਬੱਚੇ ਨੂੰ ਨਿਚੋੜ ਕੇ ਦੇਵੋ, ਤੇ ਪਹਿਲਾਂ ਥੋੜਾ ਜਿਹਾ ਗੁੜ, ਕੋਈ ਵੀ ਚੀਜ਼ ਪੇਟ ਦੇ ਕੀੜਿਆਂ ਲਈ ਖਾਣੀ ਤਾਂ ਪਹਿਲਾਂ ਥੋੜਾ ਮਿੱਠਾ ਦੇਵੋ ਬੱਚੇ ਨੂੰ, ਬੱਚਾ ਜਾਂ ਵੱਡਾ ਕੋਈ ਵੀ ਹੈ ਨਾ, ਮਗਰ ਤੁਸੀਂ ਉਹਨੂੰ ਪਿਆਜ਼ ਦਾ ਰਸ ਦਾ ਅੱਧਾ ਚਮਚਾ ਦੇ ਦਿਓ, ਚਮਚਾ ਦੇ ਦਿਓ, ਉਹਦੇ ਨਾਲ ਤੁਹਾਡੇ ਪੇਟ ਦੇ ਕੀੜੇ ਮਰ ਜਾਣੇ ਆ। ਜਾਂ ਫਿਰ ਗੁੜ ਖਲਾ ਕੇ ਤਾਂ ਉਹਨੂੰ ਅਜਵਾਇਣ ਵੀ ਦੇ ਸਕਦੇ, ਜੇ ਬੱਚਾ ਖਾ ਲਵੇ ਅਜਵਾਇਣ, ਉਹ ਵੀ ਬਹੁਤ ਚੰਗੀ ਆ। ਠੀਕ ਆ ਜੀ, ਪੇਟ ਦੇ ਕੀੜਿਆਂ ਵਾਲੇ ਮੂਲੀ ਦਾ ਰਸ ਵੀ, ਕੀ ਇਹ ਕੌੜੀਆਂ ਚੀਜ਼ਾਂ ਸਾਰੀਆਂ ਇਹਨਾਂ ਦੇ ਨਾਲ ਪੇਟ ਦੇ ਕੀੜੇ ਮਰ ਜਾਂਦੇ ਆ। ਠੀਕ ਹੈ ਜੀ, ਹਾਂਜੀ, ਟਮਾਟਰ ਦਾ ਰਸ ਵੀ ਦੇ ਸਕਦੇ ਆ, ਸਾਰੀਆਂ ਚੀਜ਼ਾਂ ਪੇਟ ਦੇ ਕੀੜਿਆਂ ਲਈ ਸਹੀ ਆ, ਖਲਾਉਣ ਤਾਂ ਜ਼ਰੂਰ ਫਰਕ ਪੈ ਜਾਊਗਾ। ਇੱਕ ਨਕਸੀਰ ਦਾ ਪਿੱਛੇ ਪੁੱਛਿਆ ਸੀ 2 ਵੀਕਾਂ ਪਹਿਲਾਂ, ਪਿਛਲੀ ਵੀਕੇ ਵੀ ਕਿਸੇ ਭੈਣ ਨੇ। ਹਾਂਜੀ ਹਾਂਜੀ, ਇਲਾਜ ਤਾਂ ਸਾਰਿਆਂ ਨੇ ਦੱਸੇ ਆਪੋ ਆਪਣੇ ਹਿਸਾਬ ਨਾਲ, ਪਰ ਮੈਂ ਤਾਂ ਉਹ ਸੁੰਡ ਵਾਲਾ ਹੀ ਵਰਤਦੀ ਹੁੰਦੀ ਹਾਂ, ਬਹੁਤ ਪਤਾ ਨਹੀਂ ਕਿੰਨੇ ਆਕ ਨੂੰ ਠੀਕ ਹੋ ਗਿਆ, ਉਹਦੇ ਨਾਲ ਸੁੰਡ ਭੇ ਕੇ, ਹਾਂਜੀ, 1 ਚਮਚਾ ਸੁੰਡ ਦਾ ਭੇ ਲੈਣਾ ਆ, ਬਸ ਉਹ ਨਿਤਾਰ ਕੇ ਪਾਣੀ, ਜੇ ਛੋਟਾ ਬੱਚਾ ਆ ਤਾਂ ਉਹਨੂੰ ਆਪਾਂ ਦੁੱਧ ਦੇ ਵਿੱਚ ਵੀ ਉਹ ਰਲਾ ਕੇ ਪਿਲਾ ਸਕਦੇ ਹਾਂ। ਅੱਛਾ ਜੀ, ਹਾਂਜੀ, ਜੇ ਕੋਈ ਆਪ ਪੀਣ ਵਾਲਾ ਹੀ ਆ ਉਹ ਤਾਂ ਚਲੋ ਉਹਨੇ ਤਾਂ ਪੀਏ ਹੀ ਲੈਣਾ ਆ ਜੀ, ਤੇ ਸੁੰਡ ਭੇ ਕੇ ਨਿਤਾਰ ਕੇ ਪਾਣੀ 3 ਡੰਗ ਬਣਾਉਣਾ ਆ, ਉਹ ਠੀਕ ਬਿਲਕੁਲ ਠੀਕ ਹੋ ਜਾਊਗਾ। ਹਾਂਜੀ, ਅਜਮਾਇਆ ਆ। ਬਾਕੀ ਜਿਹੜਾ ਆਹ ਅਸ਼ਵਗੰਧਾ ਦਾ ਆ, ਇਹਦੇ ਨਾਲ ਤਾਂ ਭੈਣ ਜੀ ਸਾਡੇ ਕਿਸੇ ਦੀ ਲੱਤ 'ਚ ਵੀ ਦਰਦ ਹੁੰਦਾ ਸੀਗਾ ਜੀ, ਉਹ ਹਾਂਜੀ, ਦੁੱਧ 'ਚ ਹੀ ਪਾ ਕੇ ਪੀਣ ਦੇ ਨਾਲ, ਨਾਰੀਅਲ ਦਾ ਬੂਰਾ ਪਾਉਣਾ, ਘੇ ਵੀ ਪਾਇਆ, ਸ਼ਹਿਦ ਪਾਇਆ, ਜੇ ਤੁਸੀਂ ਘੇ ਪਾਉਣਾ ਤਾਂ ਸ਼ਹਿਦ ਨਹੀਂ ਪਾਉਣਾ, ਫਿਰ ਮਿੱਠਾ ਪਾ ਲਓ। ਹਾਂਜੀ, ਇਹ ਦਰਦਾਂ ਵਾਲੇ ਲੈਣ ਤਾਂ ਇਹਦੇ ਨਾਲ ਬਹੁਤ ਫਾਇਦਾ ਹੋ ਜਾਂਦਾ, ਮੈਂ ਦੱਸਣਾ ਸੀ, ਅਸੀਂ ਵਰਤਦੇ ਹਾਂ। ਠੀਕ ਹੈ ਜੀ, ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਦੇਖੋ ਆਹੀ ਹੋੜ ਪੋੜ ਕਰਕੇ ਕਿੰਨਾ ਆਰਾਮ ਆਉਂਦਾ। ਸੁਰਿੰਦਰਜੀਤ,
ਹੈਲੋ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ, ਬਹੁਤ ਸੋਹਣਾ ਜੀ ਤੁਹਾਡਾ ਪ੍ਰੋਗਰਾਮ ਜੀ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ। ਧੰਨਵਾਦ ਜੀ। ਭੈਣ ਜੀ ਮੈਂ ਕੌਂਸਲ ਦਾ ਦੱਸਣਾ ਸੀਗਾ ਤੇ ਮੈਂ ਆਪਣੇ ਲਈ ਪੁੱਛਣਾ ਸੀ। ਮੇਰਾ ਨਾ 15-20 ਦਿਨ ਹੋ ਗਏ ਹੱਥ ਸੱਜਾ ਸੁਣਦਾ ਆ, ਉਂਗਲਾਂ ਜਿਹੜੀਆਂ ਨਾ ਉਹ ਸੁਣਦੀਆਂ ਆ, ਚੜ੍ਹਨ ਚੜ੍ਹਨ ਹਰ ਵੇਲੇ ਕਰਦੀਆਂ ਰਹਿੰਦੀਆਂ। ਠੀਕ ਆ। ਹਾਂਜੀ ਮੈਂ ਪੁੱਛਣਾ ਕਿਸੇ ਭੈਣ ਨੂੰ ਵੀਰ ਨੂੰ ਪਤਾ ਹੋਵੇ ਤਾਂ ਜਰੂਰ ਦੱਸਣ। ਇੱਕ ਮੈਂ ਬੱਚੇ ਲਈ ਦੱਸਣਾ ਸੀ, ਟੌਂਸਿਲ ਆ ਬੱਚੇ ਦੇ ਜਿਹੜੇ ਹੈਗੇ ਆ ਨਾ ਫਟਕੜੀ, ਉਹਦੀ ਖਿੱਲ ਕਰਕੇ ਉਹਦਾ ਪਾਊਡਰ ਬਣਾ ਲੈਣ। ਠੀਕ ਆ। ਪਾਊਡਰ ਬਣਾ ਲੈਣ ਤੇ ਇੱਥੇ ਤਾਂ ਤਵੇ ਦੀ ਕਾਲਖ ਨਹੀਂ ਮਿਲਣੀ, ਉਹ ਫਟਕੜੀ ਇਕੱਲੀ ਮਲ ਦੇ ਉਹਦੇ ਗਲੇ ਦੇ ਵਿੱਚ, ਓਦਾਂ ਹੈਗੀ ਆ ਭਈ ਤਵੇ ਦੀ ਜਿਹੜੀ ਕਾਲਖ ਹੁੰਦੀ ਆ ਉਹਦੇ ਵਿੱਚ ਫਟਕੜੀ ਦਾ ਉਹ ਪਾਊਡਰ ਜਿਹੜਾ ਆ ਉਹਦੇ ਵਿੱਚ ਮਿਕਸ ਕਰ ਲੈਣਾ ਤੇ ਫਿਰ ਆਪਣੀ ਉਂਗਲੀ ਦੇ ਨਾਲ ਨਾ ਬੱਚੇ ਦਾ ਮੂੰਹ ਖੋਲ ਕੇ ਚੰਗੀ ਤਰ੍ਹਾਂ ਉਹਦੇ ਗਲੇ ਦੇ ਵਿੱਚ ਮਲ ਦੇਣਾ। ਇਹ 5-6 ਵਾਰੀ ਇਹ ਮਲਣਾ ਆ, 5-6 ਦਿਨ ਕਰਦੇ ਰਹਿਣ ਤੇ ਉਹਦੇ ਜਿਹੜੇ ਟੌਂਸਿਲ ਆ ਬਿਲਕੁਲ ਉਹ ਆਪਣੇ ਆਪ ਹੀ ਬੈਠ ਜਾਣਗੇ, ਕੋਈ ਆਪਰੇਸ਼ਨ ਕਰਾਉਣ ਦੀ ਇਹਦੀ ਲੋੜ ਨਹੀਂ ਹੈਗੀ, ਏਦਾਂ ਹੀ ਠੀਕ ਹੋ ਜਾਣੇ ਆ। ਹਾਂਜੀ ਤੇ ਉਹ ਮੂੰਹ ਥੱਲੇ ਨੂੰ ਕਰਕੇ ਆਪਣਾ ਸਾਰਾ ਪਾਣੀ ਜਿਹੜਾ ਆ ਗਲੇ ਦਾ ਬਾਹਰ ਨਿਕਲਦਾ, ਜਦੋਂ ਵੀ ਉਹ ਲਾਉਣੀ ਆ ਥੱਲੇ ਨੂੰ ਮੂੰਹ ਕਰਕੇ ਸਾਰਾ ਪਾਣੀ ਚਵਾ ਦੇਵੇ ਲਾਲਾਂ ਦੀਆਂ। ਠੀਕ। ਹਾਂਜੀ ਤੇ ਇੱਕ ਵੀਰ ਜੀ ਪੁੱਛਦੇ ਸੀ ਆਇਰਨ ਦੀ ਕਮੀ, ਉਹ ਸੁੱਚੇ ਮੋਤੀ ਭਸਮ ਲੈ ਲੈਣ ਤੇ ਇੱਕ ਲੋਹ ਭਸਮ ਲੈ ਲੈਣ ਤੇ ਇਹ 2-2 ਤੋਲੇ ਲੈ ਕੇ ਮਿਕਸ ਕਰ ਲੈਣ। ਇਹ 1 ਚੌਲ ਤੋਂ 4 ਚੌਲ ਤੱਕ 4 ਚੌਲਾਂ ਜਿੰਨੀ ਜਾਂ 1 ਚੌਲ ਜਿੰਨੀ ਪਹਿਲਾਂ ਉਹ 1 ਚੌਲ ਜਿੰਨੀ ਲੈਣ ਫਿਰ 4 ਚੌਲ ਜਿੰਨੀ ਕਰ ਦੇਣ ਜਿੱਦਾਂ ਉਹਨਾਂ ਨੂੰ ਪਚਦੀ ਆ। ਇੰਨੀ ਕੁ ਉਹ ਸ਼ਹਿਦ ਦੇ ਵਿੱਚ ਮਿਲਾ ਕੇ ਰਾਤ ਨੂੰ ਉਹ ਚਟਣੀ ਆ ਥੋੜੀ ਕਰਕੇ। ਹਾਂਜੀ ਤੇ ਉਹ ਥੋੜੇ ਕੁ ਦਿਨ ਹਫ਼ਤਾ ਕੁ ਇੱਦਾਂ ਕਰਕੇ ਦੇਖਣ ਤਾਂ ਉਹਨਾਂ ਦੀ ਇਹ ਪੂਰੀ ਹੋ ਜਾਣੀ ਆ। ਤੇ ਜਿਹੜੀ ਵੀ ਸਬਜ਼ੀ ਬਣਾਉਣੀ ਉਹ ਲੋਹੇ ਦੀ ਕੜਾਹੀ ਵਿੱਚ ਉਹ ਖਾਣ, ਤਦ ਵੀ ਬਹੁਤ ਸੋਹਣਾ ਉਹਨਾਂ ਦਾ ਫਰਕ ਪੈ ਜਾਂਦਾ ਕਾਫੀ। ਜਿਹੜਾ ਲੋਹਾ ਆ ਘਸਦਾ ਰਹਿੰਦਾ ਉਹਦੀ ਉਹਦੀ ਕੋਈ ਜਿਹੜੀ ਕਸ ਹੁੰਦੀ ਆ ਉਹ ਆਇਰਨ ਨਹੀਂ ਹੁੰਦਾ ਆ, ਸੋਹਣਾ ਹੋ ਜਾਂਦਾ ਉਹਦੇ ਨਾਲ। ਹਾਂਜੀ ਠੀਕ ਹੈ। ਮਤਲਬ ਲੋਟ ਹੋ ਜਾਂਦੀ ਆ, ਉੱਚਾ ਨੀਵਾਂ ਪੈਰ ਰੱਖਣਾ ਫੇਰ ਹੋ ਜਾਂਦੀ ਹੈਗੀ ਆ ਜੀ। ਠੀਕ। ਆਈ ਡੋਂਟ ਨੋ। ਠੀਕ ਹੈ, ਕੋਈ ਨਹੀਂ, ਜੇ ਤੁਹਾਨੂੰ ਕੋਈ ਕੁਛ ਚੀਜ਼ ਲੈਣ ਨੂੰ ਦੱਸੂਗਾ ਤਾਂ ਉਹ ਤੁਸੀਂ ਲੈ ਲਿਓ। ਠੀਕ ਹੈ, ਓਕੇ, ਥੈਂਕ ਯੂ, ਥੈਂਕ ਯੂ। ਬਹਾਦਰ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਆ ਜਿਹੜੇ ਧਰਨ ਵਾਲੇ ਆ ਹੁਣੇ ਹੀ ਪੈਨ ਪੇਪਰ ਚੱਕ ਲੈਣ, ਐਸਿਡੋਫਲਸ ਆਪਣੇ ਆਉਂਦਾ ਹੈ ਦਹੀਂ ਤੋਂ ਬਣਿਆ ਹੋਇਆ ਆਪਣਾ ਵਿਟਾਮਿਨ ਟਾਈਪ ਹੁੰਦਾ ਹੈ ਨਾ, 6 ਬਿਲੀਅਨ ਜਾਂ 4 ਬਿਲੀਅਨ ਲੈ ਲੈਣੇ, ਔਨਲਾਈਨ ਆਰਡਰ ਕਰ ਲੈਣ ਤੇ ਤਕਰੀਬਨ 2 ਮਹੀਨੇ ਲੈਣ ਜੀ। ਐਸਿਡ ਆਫਲੈਸ ACIDOPHILUS ਤੇ ਇਹਦੇ ਨਾਲ ਆਪਣੇ ਜਿਹੜੇ ਪੇਟ ਦੇ ਮਸਲ ਸਿਸਟਮ ਆਂਤੜੀਆਂ ਉਹ ਠੀਕ ਹੋ ਜਾਂਦੀਆਂ ਨੇ, ਫਿਰ ਇਹ ਧਰਨ ਠੀਕ ਹੋ ਸਕਦੀ ਆ ਜੀ। ਤਕਰੀਬਨ 2-3 ਮਹੀਨੇ ਲੈ ਲੈਣ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ, 3 ਵਾਰੀ ਲੈਣੇ ਆ ਰੋਟੀ ਤੋਂ ਘੰਟਾ ਬਾਅਦ। ਬਾਕੀ ਯੂਰਿਨ ਦਾ ਭੈਣ ਜੀ ਕਿਸੇ ਨੂੰ ਪ੍ਰੋਬਲਮ ਸੀਗੀ ਜ਼ਿਆਦਾ ਤੇ ਉਹ ਗਦੂਦਾਂ ਦੀ ਪ੍ਰੋਬਲਮ ਹੈਗੀ ਆ ਤੇ ਅੱਜ ਕੱਲ ਓਦਾਂ ਵੀ ਜ਼ਿਆਦਾ ਆ ਸਕਦਾ ਹੈਗਾ ਇਹ, ਤੇ ਉਹਦੇ ਲਈ ਜ਼ਿੰਕ ਲੈਣਾ ਹੈਗਾ, ਜ਼ਿੰਕ 50 mg ਲੈ ਲੈਣ ਦਿਨ ਚ 3 ਵਾਰੀ। ਉਹਦੇ ਨਾਲ ਐਸਿਡੋਫਲਸ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਪੇਟ ਨੂੰ ਖਰਾਬ ਕਰਦਾ ਜੀ, ਤੇ ਇਹ ਸਾਡੇ ਇਮਿਊਨ ਸਿਸਟਮ ਲਈ ਵੀ ਬਹੁਤ ਚੰਗਾ ਹੁੰਦਾ। ਕੋਈ ਵੀ ਇਹਨੂੰ ਲੈ ਸਕਦਾ ਜਿਹਦਾ ਇਮਿਊਨ ਸਿਸਟਮ ਵੀਕ ਆ, ਜਿਵੇਂ ਜਿਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਨਮੂਨੀਆ ਹੋ ਕੇ ਹਟਿਆ ਹੋਵੇ ਜਾਂ ਕਿਸੇ ਤਰ੍ਹਾਂ ਤਰੀਕੇ ਨਾਲ ਇਮਿਊਨ ਸਿਸਟਮ ਵੀਕ ਹੋਵੇ ਉਹਨਾਂ ਦਾ, ਤੇ ਇਹਦੇ ਨਾਲ ਫਿਰ ਪੰਪਕਿਨ ਸੀਡ ਵੀ ਲਈ ਜਾ ਸਕਦੀ ਆ ਗਦੂਦਾਂ ਵਾਸਤੇ, 2 ਚਮਚੇ ਵੱਡੇ ਜਾਂ 3 ਚਮਚੇ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਪੰਪਕਿਨ ਸੀਡ ਹਰੇ ਬੀ ਹੁੰਦੇ ਨੇ, ਉਹ ਰੋਸਟਡ ਨਾ ਕੀਤੇ ਹੋਣ, ਤੇ ਟਮਾਟਰ 1 ਗੋਲ ਟਮਾਟਰ ਲੈਣਾ ਹਰ ਰੋਜ਼, ਇਹਦੇ ਨਾਲ ਕਾਫੀ ਫਾਇਦਾ ਹੋ ਸਕਦਾ ਜੀ ਕਿਉਂਕਿ ਜ਼ਿੰਕ ਦੀ ਜ਼ਰੂਰਤ ਹੁੰਦੀ ਆ। ਤੇ ਥਾਇਰਾਇਡ ਵਾਸਤੇ ਪੈਂਦੀ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ, 1-1.5 ਸਾਲ ਦੇ ਵਿੱਚ ਠੀਕ ਹੋ ਜਾਂਦੀ ਆ ਜੀ ਥਾਇਰਾਇਡ, ਟੋਟਲ ਡਿਲੀਟ ਹੋ ਸਕਦੀ ਹੁੰਦੀ ਆ। ਆਇਰਨ ਦੀ ਕਮੀ ਹੁਣ ਕਾਫੀ ਦੱਸਿਆ ਗਿਆ, ਪਰ ਅਸੀਂ ਘਰੇ ਬੈਠ ਕੇ ਵੀ ਕਰ ਸਕਦੇ ਹਾਂ। ਚੂਨਾ ਲੈਣਾ ਭੈਣ ਜੀ, ਚੌਲਾਂ ਦੇ ਦਾਣੇ ਜਿੰਨਾ ਕੌਲੀ ਚ ਪਾਓ,
ਉਹਦੇ ਚ ਚਮਚਾ ਪਾਣੀ ਦਾ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਉਂਗਲੀ ਨਾਲ ਮਲ ਕੇ ਘੋਲਣਾ। ਫਿਰ ਆਪਾਂ ਅਨਾਰਾਂ ਦਾ ਜੂਸ ਲੈਣਾ ਅੱਧਾ ਗਲਾਸ, ਕਾਸਕੋ ਤੋਂ ਮਿਲ ਜਾਂਦਾ ਤੇ ਉੱਥੋਂ ਵਧੀਆ ਕੁਆਲਿਟੀ ਦਾ ਮਿਲ ਜਾਂਦਾ ਜੀ, ਤੇ ਉਹਦੇ ਵਿੱਚ ਪਾ ਕੇ ਤੁਸੀਂ ਪੀ ਲਓ, ਮਹੀਨਾ ਤੁਹਾਡਾ ਠੀਕ ਆ ਜੀ, ਕੋਈ ਪ੍ਰੋਬਲਮ ਨਹੀਂ, ਸਭ ਠੀਕ ਹੋ ਜਾਂਦਾ ਜੀ। ਤੇ ਹੱਥ ਹਿਲਦੇ ਆ ਪਾਰਕਿੰਸਨ ਲਈ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ ਭੈਣ ਜੀ, ਕੋਈ ਵੀ ਕਿਸੇ ਦੇ ਵੀ ਨੇੜੇ ਹੈਗੇ ਨਾ ਲੈ ਸਕਦੇ ਨੇ। ਲੱਤਾਂ ਦੀਆਂ ਨਾੜਾਂ ਨੀਲੀਆਂ, ਵੈਰੀਕੋਸ ਵੇਨਸ ਦੀ ਪ੍ਰੋਬਲਮ ਹੈਗੀ ਆ ਉਹਨਾਂ ਨੂੰ, ਤੇ ਮਲ ਸਕਦੇ ਨੇ ਘਿਓ ਨਾਲ, ਉਹਦੇ ਨਾਲ ਵੀ ਭੈਣ ਜੀ ਪ੍ਰੋਬਲਮ ਠੀਕ ਹੋ ਜਾਂਦੀ ਆ। ਕਈ ਵਾਰੀ ਕੱਪਿੰਗ ਵਾਲੇ ਜਿਹੜੇ ਆ, ਅਗਰ ਕੱਪ ਲਾਉਂਦੇ ਆ ਨਾ ਉਸ ਜਗ੍ਹਾ ਤੇ, ਉਹਦੇ ਨਾਲ ਉਹ ਨਾੜਾਂ ਚੱਲ ਪੈਂਦੀਆਂ ਨੇ ਜੀ। ਠੀਕ ਹੈ ਜੀ। ਤੇ ਵਿਟਾਮਿਨ ਡੀ ਲੈ ਲਿਆ ਕਰਨ ਜੀ, ਉਹ ਕੈਲਸ਼ੀਅਮ ਤੇ ਮੈਗਨੀਸ਼ੀਅਮ ਲੈ ਲਿਆ ਕਰਨ, ਉਹਨਾਂ ਨੂੰ ਪ੍ਰੋਬਲਮ ਹੋ ਸਕਦੀ ਆ ਇਸ ਚੀਜ਼ ਦੀ, ਘਾਟ ਹੋ ਸਕਦੀ ਆ, ਤੇ ਉਹਦੇ ਨਾਲ ਫਿਰ ਉਹਨਾਂ ਨੂੰ ਹੈਲਪ ਹੋ ਸਕਦੀ ਆ ਜੀ, ਟੁੱਟਣਗੀਆਂ ਨਹੀਂ ਜੀ ਲੱਤਾਂ। ਇਹ ਬੀਬੀਆਂ ਨੂੰ ਆਮ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ ਜੀ 35-45 ਸਾਲ ਦੀ ਉਮਰ ਤੋਂ ਬਾਅਦ, ਲੈਣਾ ਜ਼ਰੂਰੀ ਆ ਜੀ, ਆਫ ਐਂਡ ਆਨ ਹਰ ਇੱਕ ਬੀਬੀ ਲੈਂਦੀ ਰਹੇ, ਬਹੁਤ ਪ੍ਰੋਬਲਮ ਹੱਲ ਹੋ ਜਾਂਦੀਆਂ ਨੇ ਜੀ। ਟੌਂਸਲਾਂ ਲਈ ਭੈਣ ਜੀ ਹੋਮਿਓਪੈਥੀ ਦੇ ਕੁਛ ਕੰਬੀਨੇਸ਼ਨ ਆਉਂਦੇ ਨੇ, ਉਹ ਵੱਡਿਆਂ ਲਈ ਵੀ ਤੇ ਛੋਟਿਆਂ ਲਈ ਵੀ ਕੰਮ ਕਰਦੇ ਨੇ, ਵਧੀਆ ਕੰਮ ਕਰਦੇ ਨੇ, ਪਰਮਾਨੈਂਟ ਠੀਕ ਹੋ ਸਕਦਾ ਬੰਦਾ। ਐਪਲ ਸਾਈਡਰ ਵਿਨੀਗਰ ਭੈਣਾਂ ਨੇ ਦੱਸਿਆ ਸੀਗਾ ਕਿ ਉਹਨਾਂ ਦੀ ਥਾਇਰਾਇਡ ਤੇ ਕੁਛ ਹਾਰਟ ਦੀ ਪ੍ਰੋਬਲਮ, ਜਿਵੇਂ ਬਲੱਡ ਪ੍ਰੈਸ਼ਰ ਠੀਕ ਹੋ ਗਿਆ, ਇਹ ਪਰਮਾਨੈਂਟ ਠੀਕ ਨਹੀਂ ਹੁੰਦਾ ਜੀ, ਇਹ ਪ੍ਰਵੈਂਟ ਇਹਨਾਂ ਪ੍ਰਵੈਂਟਿਵ ਆ ਇੱਕ ਤਰ੍ਹਾਂ ਦੀ, ਇਹ ਥਾਇਰਾਇਡ ਨੂੰ ਹੈਲਪ ਕਰਦਾ, ਸ਼ੂਗਰ ਨੂੰ ਹੈਲਪ ਕਰਦਾ, ਹਾਰਟ ਅਟੈਕ ਇਹ ਹੋਣ ਨਹੀਂ ਹੁੰਦਾ ਜੇ ਅਸੀਂ ਲਗਾਤਾਰ ਲੈਂਦੇ ਹਾਂ, ਤੇ ਪਾਚਨ ਸ਼ਕਤੀ ਨੂੰ ਇਹ ਠੀਕ ਕਰਕੇ ਆਪਣੇ ਮਸਲ ਸਿਸਟਮ ਨੂੰ ਰੀਬਿਲਟ ਕਰਦਾ ਤੇ ਆਪਾਂ ਠੀਕ ਰਹਿੰਦੇ ਹਾਂ ਬਹੁਤ, ਪਰ ਇਹ ਪਰਮਾਨੈਂਟ ਠੀਕ ਨਹੀਂ ਕਰਦਾ ਹੈ। ਸਾਨੂੰ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਗੋਲੀ ਛੱਡ ਦਈਏ, ਬਾਅਦ ਦੇ ਵਿੱਚ ਸਾਡੀ ਪ੍ਰੋਬਲਮ ਜ਼ਿਆਦਾ ਵੱਧ ਜਾਵੇ ਤੇ ਫਿਰ ਉਹਨੂੰ ਫਿਰ ਡਾਕਟਰ ਕਹੇ ਜੀ ਹੁਣ ਤੁਹਾਨੂੰ ਬਹੁਤ ਜ਼ਿਆਦਾ ਲੈਣੀ ਪੈਣੀ ਹੈਗੀ ਆ, ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ ਜੀ, ਗੋਲੀ ਨਹੀਂ ਛੱਡਣੀ ਚਾਹੀਦੀ ਕਿਉਂਕਿ ਇਹ ਦਵਾਈ ਨਹੀਂ ਹੈ ਕੋਈ ਵੀ। ਹਾਂਜੀ, ਬਾਕੀ ਅੱਜ ਕੱਲ ਭੈਣ ਜੀ ਸ਼ੂਗਰ ਜੇ ਨਾ ਖਾਧੀ ਜਾਵੇ ਤਾਂ ਚੰਗਾ, ਤੇ ਸੋਡਾ ਵੀ ਨਾ ਪੀਤਾ ਜਾਵੇ ਕਿਉਂਕਿ ਇਹ ਨਾ ਇੱਕਦਮ ਸਾਡੇ ਇਮਿਊਨ ਸਿਸਟਮ ਨੂੰ ਵੀਕ ਕਰ ਦਿੰਦੀ ਆ ਹਰ ਇੱਕ ਨੂੰ। ਹੁਣ ਜਿਹੜਾ ਟਾਈਮ ਜਾ ਰਿਹਾ ਇਹਦੇ ਵਿੱਚ ਇਮਿਊਨ ਸਿਸਟਮ ਨੂੰ ਠੀਕ ਰੱਖਣ ਦੀ ਜ਼ਰੂਰਤ ਹੈਗੀ ਆ ਕਿਉਂਕਿ ਕੋਈ ਵੀ ਵਾਇਰਸ ਸਾਨੂੰ ਫੜ ਲੈਂਦਾ ਹੈਗਾ ਤੇ ਫਿਰ ਅਸੀਂ ਬਿਮਾਰ ਬਹੁਤ ਜ਼ਿਆਦਾ ਹੋ ਜਾਂਦੇ, ਜਿਵੇਂ ਕਰੋਨਾ ਹੈਗਾ, ਕਰੋਨਾ ਤਾਂ ਵੈਸੇ ਹਰ ਇੱਕ ਨੂੰ ਹੋਣਾ ਹੀ ਹੋਣਾ, ਪਰ ਫਿਰ ਵੀ ਆਪਾਂ ਨੂੰ ਠੰਡ ਦੇ ਵਿੱਚ ਕਾਫੀ ਵਾਇਰਸ ਠੰਡ ਲੱਗਦੇ ਆ ਜਾਂ ਇਹ ਨਾ ਚਿੰਬੜ ਜਾਂਦੇ ਨੇ, ਬਹੁਤ ਦਿਨ ਸਾਨੂੰ ਫਿਰ ਨਾ ਜੂਝਣਾ ਪੈਂਦਾ ਇਹਦੇ ਨਾਲ, ਤੇ ਇਹਦੇ ਨਾਲ ਫਿਰ ਕੱਚਾ ਲਸਣ ਹੋ ਗਿਆ ਤੇ ਆਪਣੇ ਜਿਵੇਂ ਚਾਹ ਚ ਪਾ ਕੇ ਲੈ ਸਕਦੇ ਹਾਂ, ਕੱਚਾ ਲਸਣ ਵੀ ਲੈ ਸਕਦੇ ਹਾਂ, ਉਹਦਾ ਕੱਚਾ ਲਸਣ ਖਾ ਵੀ ਸਕਦੇ ਹਾਂ, ਤੇ ਅਦਰਕ ਤੇ ਇਹਨਾਂ ਚੀਜ਼ਾਂ ਨਾਲ ਆਪਾਂ ਤੇ ਸ਼ਹਿਦ ਜ਼ਰੂਰੀ ਲੈਣਾ ਜੀ, ਇਹਦੇ ਨਾਲ ਸਾਡਾ ਇਮਿਊਨ ਸਿਸਟਮ ਠੀਕ ਹੁੰਦਾ, ਇਹਦੇ ਨਾਲ ਅਸੀਂ ਲੜ ਸਕਦੇ ਹਾਂ ਜੀ ਵਾਇਰਸ ਦੇ ਨਾਲ। ਤੇ ਇਹ ਵਿਟਾਮਿਨ ਨੇ ਭੈਣ ਜੀ 5 ਵਿਟਾਮਿਨ, ਜੇ ਕਿਸੇ ਨੂੰ ਠੰਡ ਲੱਗ ਜਾਵੇ ਤੇ ਖੰਘ ਹੋ ਜਾਵੇ ਤੇ ਨਜ਼ਲਾ ਜ਼ੁਕਾਮ ਰਹਿੰਦਾ ਹੋਵੇ, ਉਹਨਾਂ ਦਾ ਇਮਿਊਨ ਸਿਸਟਮ ਵੀਕ ਹੋਵੇ, ਵਿਟਾਮਿਨ ਏ ਲੈਣਾ ਭੈਣ ਜੀ 25,000 ਦਿਨ ਚ ਦੋ ਵਾਰੀ ਲੈਣਾ ਸਵੇਰ ਸ਼ਾਮ, ਬੀ ਕੰਪਲੈਕਸ ਲੈਣਾ ਇੱਕ ਵਾਰੀ, ਤੇ ਆਪਾਂ ਗਾਰਲਿਕ ਲੈਣਾ 1,000 ਇਹ ਦੋ ਵਾਰੀ ਲੈਣਾ ਜੀ, ਤੇ ਵਿਟਾਮਿਨ ਸੀ ਲੈਣਾ 1,000 ਦੋ ਵਾਰੀ, ਤੇ ਵਿਟਾਮਿਨ ਈ ਇਹ ਦੇਖਣਾ ਹੈਗਾ ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਹੈਗਾ ਉਹ 100 IU ਤੋਂ ਲੈ ਲਵੇ, ਜਿਹਨੂੰ ਨਹੀਂ ਹੈਗਾ ਜੀ 200 IU ਤੋਂ ਲੈ ਲਵੇ, ਦੋ ਵਾਰੀ ਲੈ ਲਵੇ, ਜਿਹਨਾਂ ਨੂੰ ਇਹ ਪ੍ਰੋਬਲਮ ਚੱਲ ਰਹੀ ਆ ਉਹ 3 ਵਾਰੀ ਲੈ ਲੈਣ ਜੀ 5 ਦਿਨ, ਉਸ ਤੋਂ ਬਾਅਦ ਫਿਰ ਦੋ ਵਾਰੀ ਕਰ ਦੇਣ, 1 ਮਹੀਨਾ ਜਾਂ 8 ਵੀਕ ਲੈ ਲੈਣ, ਉਹ ਬਿਲਕੁਲ ਠੀਕ ਹੋ ਸਕਦੇ ਆ। ਜਿਹਨਾਂ ਨੂੰ ਕੋਈ ਬੁਖਾਰ ਦੀ ਪ੍ਰੋਬਲਮ ਆਈ ਹੋਈ ਆ ਉਹ 20 ਲੈ ਸਕਦੇ ਨੇ ਜੀ, ਤੇ 5 ਦਿਨ ਬਾਅਦ ਵਿਟਾਮਿਨ ਏ ਆ ਜਿਹੜਾ ਨਾ ਉਹਨੂੰ ਬੰਦ ਕਰਨਾ ਹੁੰਦਾ ਜੀ ਆਪਾਂ 2 ਦਿਨਾਂ ਲਈ, ਬਾਕੀ ਵਿਟਾਮਿਨ ਲਗਾਤਾਰ ਲੈ ਸਕਦੇ ਆ ਆਪਾਂ। ਠੀਕ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਜਸਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਪੁੱਛਿਆ, ਮੈਂ ਕੰਨ 'ਚ ਦਰਦ ਹੁੰਦੀ ਰਹਿੰਦੀ, ਮੈਂ ਅੱਗੇ ਪੁੱਛਿਆ ਸੀਗਾ, ਕਿਸੇ ਭੈਣ ਭਾਈ ਦੱਸਿਆ ਨਹੀਂ। ਠੀਕ ਹੈ ਜੀ। ਜਿੱਦਾਂ ਰੋਜ਼ ਤਾਂ ਨਹੀਂ ਹੁੰਦੀ ਜਿੱਦਾਂ ਦਰਦ, ਕਦੇ ਕਦੇ ਤੇ ਹਾਂਜੀ, ਹੁੰਦੀ ਦੋਨਾਂ ਕੰਨਾਂ 'ਚ ਹੀ ਆ। ਠੀਕ ਹੈ। ਅਤੇ ਮੈਂ ਡਾਕਟਰ ਨੂੰ ਵੀ ਦਿਖਾਇਆ ਜੀ, ਡਾਕਟਰ ਕਹਿੰਦਾ ਕੁਛ ਨਹੀਂ, ਕੰਨ ਬਿਲਕੁਲ ਸਾਫ਼ ਆ। ਕੋਈ ਨਹੀਂ, ਆਪਾਂ ਪੁੱਛਦੇ ਹਾਂ ਵੀ ਇਹਨਾਂ ਨੂੰ ਕੀ ਕੀਤਾ ਜਾਵੇ। ਹਾਂਜੀ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਪਲਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਮੈਂ ਪੁੱਛਣਾ, ਮੇਰੀ ਦੋਹਤੀ ਆ ਉਹ 10-11 ਸਾਲ ਦੀ ਆ, ਤੇ ਉਹ ਗੋਰੀ ਚਿੱਟੀ ਤਾਂ ਬਹੁਤ ਜ਼ਿਆਦਾ ਆ, ਪਰ ਉਹਦੀ ਧੌਣ ਇੰਨੀ ਜ਼ਿਆਦਾ ਕਾਲੀ ਆ ਵੀ ਕਿਸੇ ਤਰ੍ਹਾਂ ਨਹੀਂ ਉਹ ਠੀਕ ਹੁੰਦੀ ਹੈਗੀ। ਤੇ
ਇੱਕ ਮੈਂ ਪੁੱਛਣਾ, ਇੱਕ ਮੇਰਾ ਪੋਤਾ 5 ਸਾਲ ਦਾ ਤੇ ਉਹਦਾ ਜਦੋਂ ਵੀ ਹਰ ਵੇਲੇ ਕਹਿੰਦਾ ਰਹਿੰਦਾ ਮੇਰਾ ਢਿੱਡ ਦੁਖਦਾ, ਮੇਰਾ ਢਿੱਡ ਦੁਖਦਾ। ਠੀਕ ਹੈ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ, ਇੱਕ ਖਾਂਦਾ ਕੁਛ ਨੀ ਹੈਗਾ, ਪਿੱਕੀ ਬਹੁਤ ਜ਼ਿਆਦਾ ਵਾ। ਠੀਕ ਹੈ, ਤੇ ਇੱਕ ਗੈਸ ਤੋਂ ਨਾ ਜਦੋਂ ਕੋਈ ਵੀ ਚੀਜ਼ ਜਿੱਦਾਂ ਅਸੀਂ ਜਿੱਦਾਂ ਮੈਂ ਖਾਂਦੀ ਆ ਤੇ ਉਸ ਵੇਲੇ ਗੈਸ ਬਣ ਜਾਂਦੀ, ਉਹਦੀ ਕੋਈ ਪ੍ਰੋਬਲਮ ਉਹਦੀ ਕੋਈ ਦਵਾਈ ਦੱਸੇ ਤੇ। ਥੈਂਕ ਯੂ ਸਾਰਿਆਂ ਦਾ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਆਪਾਂ ਇੱਕ ਬ੍ਰੇਕ ਵੀ ਲੈਣੀ ਆ। ਅਮਰਜੀਤ, ਅਮਰਜੀਤ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਦੁਬਾਰਾ ਆਈ ਹਾਂ, ਪ੍ਰੋਗਰਾਮ ਬਹੁਤ ਜ਼ਿਆਦਾ ਸੋਹਣਾ ਚੱਲਦਾ ਪਿਆ ਜੀ, ਥੈਂਕ ਯੂ ਤੁਹਾਡਾ। ਤੇ ਬਿੰਦੀ, ਮੈਂ ਉਹ ਮੈਨੂੰ ਜਵਾਬ ਨਹੀਂ ਮਿਲਿਆ, ਮੈਂ ਆਪਣੇ ਸਾਨੇ-ਇਨ-ਲਾਅ ਬਾਰੇ ਪੁੱਛਿਆ ਸੀ ਕਿ ਉਹ ਟਰੱਕ ਚਲਾਉਂਦੇ ਆ ਤੇ ਉਹਨਾਂ ਦਾ 3 ਮਹੀਨਿਆਂ ਤੋਂ ਮਤਲਬ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ, ਸਿਰ ਘੁੱਟਿਆ ਘੁੱਟਿਆ, ਅੱਖਾਂ ਘੁੱਟੀਆਂ ਘੁੱਟੀਆਂ ਨੇ, ਤੇ ਆਈਸਾਈਟ ਵਗੈਰਾ ਬਿਲਕੁਲ ਠੀਕ ਹੈ, ਬਲੱਡ ਟੈਸਟ ਸਾਰੇ ਠੀਕ ਹੈ ਜੀ। ਪਲੀਜ਼ ਜੇ ਕੋਈ ਕਿਸੇ ਨੂੰ ਭੈਣ ਭਰਾ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਦੱਸਿਓ, ਜ਼ਰੂਰ, ਬੜੀ ਜ਼ਿਆਦਾ ਪ੍ਰੋਬਲਮ ਹੈ। ਥੈਂਕ ਯੂ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਸਰਵਤੇ, ਜਿਹੜੇ ਤੁਸੀਂ ਹੋਲਡ 'ਤੇ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ, ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਆਪਾਂ। ਬਸ 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਵਾਗਤ ਕਰਦੇ ਤੁਸੀਂ ਜੁੜੇ ਹੋ ਪੰਜਾਬੀ ਰੇਡੀਓ 84 ਨਾਲ, ਪ੍ਰੋਗਰਾਮ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਸਿਹਤ ਨੂੰ ਠੀਕ ਰੱਖਣ ਦੇ ਕੀ ਤਰੀਕੇ ਹੈਗੇ ਆ। ਜਿਸ ਤਰ੍ਹਾਂ ਵੀ ਤੁਸੀਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਆ ਉਸ ਤਰ੍ਹਾਂ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਹਾਂ, ਜੇ ਤੁਹਾਡੀਆਂ ਲਾਈਨਾਂ ਡਰੋਪ ਹੋ ਗਈਆਂ, ਤੁਸੀਂ ਹੋਲਡ ਕੀਤਾ ਹੋਇਆ ਸੀਗਾ, ਤਾਂ ਦੁਬਾਰਾ ਤੁਸੀਂ ਕਾਲ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਬਹੁਤ ਸਾਰੀਆਂ ਜਿਹੜੀਆਂ ਫੀਡਬੈਕ ਆ ਉਹ ਦਿੱਤੀਆਂ ਜਾਂਦੀਆਂ, ਅਤੇ ਤੁਸੀਂ ਵੀ ਆਪਣੀ ਕੋਈ ਵੀ ਫੀਡਬੈਕ ਦੇਣੀ ਆ, ਜੇ ਤੁਹਾਨੂੰ ਕਿਸੇ ਵੀ ਚੀਜ਼ ਦਾ ਪਤਾ, ਕੋਈ ਚੀਜ਼ ਲਈ ਆ ਉਸ ਤੋਂ ਤੁਹਾਨੂੰ ਆਰਾਮ ਆਇਆ ਆ, ਜਾਂ ਤੁਸੀਂ ਕੋਈ ਦਵਾਈ ਪੁੱਛਣੀ ਆ, ਤਾਂ ਉਹਦੇ ਬਾਰੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ। ਇੱਕ ਵਾਰੀ ਫਿਰ ਫੋਨ ਨੰਬਰ 4082725200। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਪੁੱਛਿਆ ਗਿਆ ਸੀਗਾ ਜਿਹੜਾ ਗੋਡਿਆਂ ਤੋਂ ਆਰਾਮ ਆਇਆ ਆ, ਉਹਦੇ ਵਿੱਚ ਬਹੁਤ ਵਾਰੀ ਦੱਸਿਆ ਗਿਆ, ਪਰ ਤੁਸੀਂ ਜਿਹਨਾਂ ਨੇ ਜਿਹੜੇ ਨਵੇਂ ਆ, ਜਿਹਨਾਂ ਨੇ ਤੁਸੀਂ ਪਹਿਲਾਂ ਨਹੀਂ ਸੁਣਿਆ ਸੀਗਾ, ਤੁਸੀਂ ਉਹ ਲਿਖ ਸਕਦੇ ਆ ਕਿ ਸਰਬਗੰਧੇ ਦੇ 2 ਚਮਚੇ ਕੁੱਟਿਆ ਹੋਇਆ, ਅਤੇ ਸੁੰਡ 2 ਚਮਚੇ, ਤਾਂ ਹਲਦੀ 2 ਚਮਚੇ, ਇਹਨਾਂ ਨੂੰ ਤੁਸੀਂ ਇੱਕ ਸਪਰਾਈਟ ਦੀ ਬੋਤਲ ਲੈ ਕੇ ਉਹਦੇ ਵਿੱਚ ਪਾਉਣਾ ਆ, ਅਤੇ ਫਿਰ ਉਸਨੂੰ ਇੱਕ ਦਿਨ ਦੇ ਵਿੱਚ, ਜੇ 1 ਕੱਪ ਪਚਦਾ ਆ ਤੁਹਾਨੂੰ 1 ਕੱਪ ਪੀ ਸਕਦੇ ਆ। ਜਿਸ ਤਰ੍ਹਾਂ ਵੀ ਆ, ਉਹਨੂੰ ਫਰਿੱਜ ਦੇ ਵਿੱਚ ਨਹੀਂ ਰੱਖਣਾ ਤੁਸੀਂ, ਉਹਨੂੰ ਬਾਹਰ ਹੀ ਰੱਖਣਾ ਆ ਆਪਣੇ ਘਰ ਦੇ ਵਿੱਚ, ਅਤੇ ਪਰ ਤੁਸੀਂ ਉਸਨੂੰ ਮੁਕਾ ਸਕਦੇ ਆ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਨੂੰ ਆਰਾਮ ਆਉਣ ਲੱਗ ਗਿਆ ਆ, ਤਾਂ ਫਿਰ ਤੁਸੀਂ ਉਹ ਹੋਰ ਵੀ ਬਣਾ ਕੇ ਬੋਤਲਾਂ ਪੀ ਸਕਦੇ ਆ। ਕਈਆਂ ਲੋਕਾਂ ਨੂੰ 1 ਬੋਤਲ ਨਾਲ ਆਰਾਮ ਆ ਗਿਆ, ਕਈਆਂ ਨੂੰ 2 ਨਾਲ ਆ ਗਿਆ, ਅਤੇ ਕਈਆਂ ਨੂੰ 3 ਦੇ ਨਾਲ ਆ ਗਿਆ। ਸੋ ਉਹ ਤੁਸੀਂ ਕੋਸ਼ਿਸ਼ ਕਰ ਸਕਦੇ ਆ, ਆਪਣੀ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। 408-272-5252 ਸਟੂਡੀਓ ਦਾ ਫੋਨ ਨੰਬਰ ਆ। ਜਿਉਂ ਜਿਉਂ ਤੁਹਾਡੇ ਨਾਂ ਲਿਖ ਕੇ ਪਾਏ ਜਾਂਦੇ ਆ, ਤਾਂ ਤੁਸੀਂ ਉਸੇ ਤਰ੍ਹਾਂ ਰਹਿਣਾ। ਜਤਿੰਦਰ ਸਿੰਘ ਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਆ ਨਾ ਭੈਣ ਜੀ ਹੁਣੀ ਪੁੱਛਦੇ ਸੀ ਆਪਣੇ ਕੋਈ ਟਰੱਕ ਚਲਾਉਂਦੇ ਜਿਹੜੇ 26 ਸਾਲ ਦੇ, ਉਹਨਾਂ ਦੇ ਸਿਰ ਬਹੁਤ ਭਾਰਾ ਰਹਿੰਦਾ। ਹਾਂਜੀ ਹਾਂਜੀ, ਮੈਂ ਵੀ ਟਰੱਕ ਚਲਾਉਂਦਾ, ਤੇ ਮੇਰਾ ਵੀ ਜਿੱਦਾਂ ਸਿਰ ਭਾਰਾ ਇੱਦਾਂ ਰਹਿੰਦਾ ਸੀ ਕਾਫੀ, ਤੇ ਮੈਨੂੰ ਆਪਣੇ ਅਸ਼ਵਗੰਧਾ ਜਿਹੜੀ ਇੰਡੀਅਨ ਸਟੋਰ ਤੋਂ ਮਿਲਦੀ ਨਾ, ਹਿਮਾਲਿਆ ਦੀ ਜਾਂ ਵਾਲਮਾਰਟ ਤੋਂ ਮਿਲ ਜਾਂਦੀ ਆ। ਹਾਂਜੀ, ਇਹ ਮੈਂ ਇੱਕ ਖਾਂਦਾ ਰਹਿੰਦਾ, ਬਹੁਤ ਫਰਕ ਪਿਆ ਮੈਨੂੰ ਜਿੱਦਾਂ। ਕਲੀਅਰ ਹੋ ਗਿਆ? ਹਾਂ, ਕਾਫੀ ਕਲੀਅਰ ਹੋਇਆ, ਕਾਫੀ ਮਤਲਬ 85% ਜਿੱਦਾਂ ਇੰਨਾ ਫਰਕ ਪਿਆ ਮੈਨੂੰ ਇੰਨਾ। ਜਾਂ ਫਿਰ ਜਿਹੜੇ ਨਾ ਇੱਕ ਹੋਰ ਕੀਤਾ ਸੀ ਮਾਤਾ ਜੀ ਸਾਡੇ ਨੇ ਨਾ, ਆਪਣੇ ਜਿਹੜੇ ਫੁੱਲ ਮਖਾਣੇ ਜਿਹੜੇ ਹੁੰਦੇ ਆ, ਉਹ 2 ਚਮਚ ਰਾਤ ਨੂੰ ਸੌਣ ਲਈਆਂ ਦੁੱਧ ਨਾਲ ਲੈ ਲਓ, ਉਹਨਾਂ ਵੀ ਬੰਦਾ ਫਰੈਸ਼ ਉੱਠਦਾ, ਸਿਰ ਤੋਂ ਜਿਹੜਾ ਭਾਰਾ ਹੁੰਦਾ ਨਾ ਬਿਲਕੁਲ ਠੀਕ ਹੋ ਜਾਂਦਾ ਉਹਨਾਂ। ਠੀਕ ਹੈ ਜੀ, ਹਾਂਜੀ ਹਾਂਜੀ ਹਾਂਜੀ, ਧੰਨਵਾਦ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਜੀ। ਥੈਂਕ ਯੂ ਜੀ, ਥੈਂਕ ਯੂ, ਬਿਲਕੁਲ, ਬਹੁਤ ਧੰਨਵਾਦ ਜੀ, ਇਹ ਪ੍ਰੋਗਰਾਮ ਸਾਰੇ ਤੁਹਾਡੇ ਹੀ ਆ ਜੀ। ਬਲਜੀਤ ਕੌਰ, ਬਲਜੀਤ ਕੌਰ ਜੀ, ਬਲਜੀਤ ਕੌਰ ਭੈਣ ਜੀ, ਹਾਂਜੀ ਤੁਸੀਂ ਆ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਡੇ ਨਾ ਇੱਕ ਕੈਨੇਡਾ ਮੁੰਡਾ ਰਹਿੰਦਾ, 27-28 ਸਾਲ ਦਾ ਹੈ, ਉਹਨਾਂ ਦਾ ਡਾਕਟਰ ਨੂੰ ਚੈੱਕ ਕਰਾਇਆ ਨਾ, ਤੇ ਨੱਕ ਦਾ ਨਾ ਜਿਦਾਂ ਮਾਸ ਵੱਧਦਾ ਹੈ, ਉਹ ਕਹਿੰਦਾ ਜੇ ਰਾਤ ਨੂੰ ਉਹਨੂੰ ਸਾਹ ਨਹੀਂ ਆਉਂਦਾ ਹੈਗਾ ਨੱਕ ਤੋਂ। ਠੀਕ ਆ, ਬਈ ਉਹ ਤੋਂ ਕੋਈ ਦੇਸੀ ਇਲਾਜ ਹੋਵੇ ਤਾਂ ਕੋਈ ਭੈਣ ਭਾਈ ਦੱਸੇਗਾ। ਜ਼ਰੂਰ ਜ਼ਰੂਰ, ਸੁਣਦੇ ਰਹੋ ਤੁਸੀਂ। ਥੈਂਕ ਯੂ ਭੈਣ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਸੰਦੀਪ ਸਿੰਘ,
ਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਉਹ ਜਿਹੜਾ ਕਹਿ ਰਹੇ ਸੀ 5 ਸਾਲ ਦਾ ਬੱਚਾ ਤੇ ਉਹਨੂੰ ਪਿੱਕੀ ਬਹੁਤ ਆ ਤੇ ਭੁੱਖ ਨੀ ਲੱਗਦੀ, ਸਾਡੇ ਵੀ ਇੱਕ ਹੈਗਾ ਜੀ ਇਹੋ ਜਿਹਾ ਤੇ ਉਹਨੂੰ ਅਸੀਂ ਠੀਕ ਏਦਾਂ ਕੀਤਾ ਜੀਗਾ, ਜੇ ਜੇ ਸੇਮ ਪ੍ਰੋਬਲਮ ਹੋਈ ਤਾਂ। ਤੇ ਉਹ ਇਹ ਆ ਜੀ ਕਿ ਉਹ ਮਿੱਠਾ ਬਹੁਤ ਖਾਂਦਾ ਹੋਊਗਾ ਤੇ ਮਿੱਠੇ ਵਾਲੀਆਂ ਚੀਜ਼ਾਂ ਹੁੰਦਾ ਕਿ ਮਿੱਠੇ ਵਾਲੀ ਚੀਜ਼ਾਂ ਨਾਲ ਉਹਦੀਆਂ ਕੈਲਰੀਆਂ ਪੂਰੀਆਂ ਹੋ ਜਾਂਦੀਆਂ ਤੇ ਉਹਨਾਂ ਫਿਰ ਭੁੱਖ ਨੀ ਲੱਗਦੀ। ਤੇ ਹਾਂਜੀ ਤੇ ਉਹ ਮਿੱਠਾ ਜਿਹੜਾ ਜੀ ਉਹ ਬਿਲਕੁਲ ਹੀ ਜਿਹੜੀ ਜਿਹੜੀ ਚੀਜ਼ ਵਿੱਚ ਆ, ਉਹ ਜੈਮ ਵਿੱਚ ਆ, ਤੁਸੀਂ ਆਈਸਕ੍ਰੀਮ ਦੇ ਰਹੇ ਹੋ, ਹੋਰ ਕਈ ਚੀਜ਼ਾਂ ਹੁੰਦੀਆਂ ਉਹਦੇ ਵਿੱਚ, ਕੋਈ ਕੈਂਡੀ ਨੀ ਕੋਈ, ਸਭ ਕੁਛ ਇੱਕ ਵਾਰੀ ਘਰੋਂ ਕੱਢ ਦੋ ਤੇ ਜਦੋਂ ਮਿੱਠਾ ਛੱਡ ਗਿਆ ਤੇ ਉਹ ਸਾਗ ਨਾਲ ਰੋਟੀ ਖਾਣ ਲੱਗ ਪਊਗਾ ਤੇ ਇੱਕ ਅੱਧਾ ਦਿਨ ਤੇ ਤੰਗ ਹੋਊਗਾ, ਕਿਉਂਕਿ ਉਹਨੂੰ ਉਹਨੂੰ ਉਹ ਜਿਹੜਾ ਮਿੱਠਾ ਉਹਦਾ ਇੱਕ ਹਿਸਾਬ ਦਾ ਨਸ਼ਾ ਹੀ ਹੁੰਦਾ ਵਾ, ਤੇ ਉਹ ਮਿੱਠਾ ਜਿਹੜਾ ਉਹਦੀ ਬਾਡੀ ਨੇ ਮੰਗਣਾ ਵਾ, ਉਹਨੇ ਤੰਗ ਵੀ ਕਰਨਾ ਵਾ, ਤੇ ਤੁਸੀਂ ਇੱਕ ਅੱਧਾ ਦਿਨ ਰਹੂਗਾ ਪਰ ਉਹ ਤੁਹਾਨੂੰ ਸਹਿਨ ਕਰਨਾ ਪੈਣਾ, ਪਰ ਉਹ ਤੋਂ ਬਾਅਦ ਵਿੱਚ ਜੀ ਆਪੇ 3 ਟਾਈਮ ਰੋਟੀ ਮੰਗ ਕੇ ਖਾਊਗਾ। ਅਸੀਂ ਇੰਨੀਆਂ ਬੇਨਤੀ ਅਸੀਂ ਕਿ ਉਹਦਾ ਮਿੱਠਾ ਉਹਦਾ ਹਟਾ ਦਿਓ ਤੇ ਉਹਨੂੰ ਪਾਣੀ ਪੀਣ ਨੂੰ ਇੱਕ ਪਾਣੀ ਦੀ ਰੈਜੀਮੈਂਟ ਬਣਾਓ ਕਿ ਤੁਸੀਂ ਇੰਨਾ ਗਲਾਸ ਚ ਇੰਨੀ ਆ ਬੋਤਲ, ਇੱਕ ਉਹਦੀ ਫੇਵਰੇਟ ਬੋਤਲ ਲੈ ਦਿਓ ਜਿਹੜੀ ਉਹ ਜਿਹੜਾ ਵੀ ਲਾਈਕ ਕਰਦਾ, ਉਹ ਬੋਤਲ ਉਹਨੂੰ ਭਰ ਕੇ ਦੇਣੀ ਕਿ ਆ ਪਾਣੀ ਦੀ ਪੀਣੀ ਪੀਣੀ ਆ। ਬਸ ਇਹ 2 ਚੀਜ਼ਾਂ ਜੀ ਇਹਦੇ ਨਾਲ ਠੀਕ ਹੋ ਜਾਂਦਾ, ਜੇ ਹੋਰ ਕੁਛ ਆ ਹੋਰ ਕੋਈ ਜੇ ਦੱਸ ਸਕਦਾ ਤਾਂ ਉਹ ਵੀ ਦੱਸ ਸਕਦਾ, ਸਾਡਾ ਤਾਂ ਇਹ ਤਜਰਬਾ ਜੀ। ਥੈਂਕ ਯੂ ਜੀ, ਤੁਹਾਡਾ ਆਪ ਕੀਤਾ ਹੋਇਆ ਤਜਰਬਾ, ਬਹੁਤ ਬਹੁਤ ਧੰਨਵਾਦ ਹੈ ਜੀ। ਬਖਸ਼ੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪੁੱਛਣਾ ਪੋਸਟ ਨੇਜ਼ਲ ਡ੍ਰਿਪ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਕਾਹਦੀ ਪ੍ਰੋਬਲਮ ਹੈ? ਇਹਨੂੰ ਕਹਿੰਦੇ ਆ ਲਾਈਕ ਡਾਕਟਰ ਕਹਿੰਦਾ ਪੋਸਟ ਨੇਜ਼ਲ ਡ੍ਰਿਪ। ਅੱਛਾ ਹਾਂਜੀ, ਪੰਜਾਬੀ ਚ ਦੱਸੋ ਕੀ ਹੁੰਦਾ, ਸਾਰਿਆਂ ਨੂੰ ਸਮਝ ਲੱਗ ਜਾ। ਪੰਜਾਬੀ ਚ ਤੁਸੀਂ ਨਾਂ ਨਹੀਂ ਦੱਸਣਾ, ਹੋ ਕੀ ਰਿਹਾ ਉਹ ਦੱਸੋ। ਜਿੱਦਾਂ ਇਹਦਾ ਗਲ ਦੇ ਵਿੱਚ ਜਿੱਦਾਂ ਰੇਸ਼ਾ ਜੀ ਅੰਦਰ, ਬਸ ਇਹੀ ਕਹਿੰਦੇ ਆ ਰੇਸ਼ਾ ਦੀ, ਹਾਂ ਗਲ ਚ ਨੇ ਰੇਸ਼ਾ ਦੇ ਦਿਖਦੀ ਆ। ਹਾਂਜੀ ਨੱਕ ਰਾਈ ਨਹੀਂ ਕੁਛ ਹੁੰਦਾ, ਬੈਠ ਨਹੀਂ ਜਾਂਦਾ। ਠੀਕ ਹੈ ਠੀਕ ਹੈ ਠੀਕ ਹੈ, ਥੈਂਕ ਯੂ ਥੈਂਕ ਯੂ ਜੀ। ਪੌਲ ਚਾਲ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਹਾਂਜੀ ਪਹਿਲਾਂ ਤਾਂ ਜਿਹੜੇ ਸੱਜਣਾ ਨੇ ਕਾਲ ਕੀਤਾ ਸੀ ਨਾ ਕਿ ਵੀ ਆਇਰਨ ਡੈਫੀਸ਼ੀਐਂਸੀ ਬਾਰੇ, ਹਾਂਜੀ ਜੀ, ਉਹਦਾ ਕਾਰਨ ਇਹ ਹੈਗਾ ਕਿ ਜਿਨਕੇ ਸ਼ਾਇਦ ਤੁਹਾਨੂੰ ਕੋਈ ਅਲਰਜੀ ਹੈਗੀ ਹੈ ਜਿਹਦੇ ਕਰਕੇ ਜਿਹੜਾ ਫੂਡ ਦੇ ਵਿੱਚੋਂ ਜਿਹੜਾ ਤੁਹਾਡਾ ਆਇਰਨ ਹੈ ਨਾ ਅਬਜ਼ਰਬ ਨਹੀਂ ਹੋ ਰਿਹਾ, ਉਸ ਨੂੰ ਤੁਸੀਂ ਚੈੱਕ ਕਰਾ ਲਓ। ਪਰ ਤੁਹਾਨੂੰ ਅਸੀਂ ਜਨਰਲ ਚੀਜ਼ਾਂ ਦੱਸ ਦਿੰਦੇ ਹਾਂ ਜਿਹੜੀਆਂ ਖਾਣ ਦੇ ਨਾਲ ਕਿ ਜਿਹੜਾ ਨਾ ਆਇਰਨ ਦੀ ਤੁਹਾਡੀ ਡੈਫੀਸ਼ੀਐਂਸੀ ਪੂਰੀ ਹੋ ਜਾਵੇਗੀ, ਅਬਜ਼ਰਬ ਨਹੀਂ ਹੁੰਦਾ ਉਹਦਾ ਤੁਹਾਨੂੰ ਚੈੱਕ ਕਰਾਉਣਾ ਪਏਗਾ। ਨੰਬਰ 1, ਪਹਿਲੀ ਤਾਂ ਹੈ ਵੀ ਤੁਸੀਂ ਸੈਲਰੀ ਖਾਣੀ ਹੈ ਵੱਧ ਤੋਂ ਵੱਧ। ਹਾਂਜੀ। ਨੰਬਰ 2, ਸੈਲਰੀ ਦੇ ਜਿਹੜੇ ਬੀਜ ਹੈਗੇ ਨੇ ਅੱਧਾ ਚਮਚਾ ਜਿਹੜਾ ਹੈ ਨਾ ਚਾਹ ਦੇ ਵਿੱਚ ਪਾਉਣਾ ਹੈਗਾ, ਗਰਮ ਚਾਹ ਦੇ ਵਿੱਚ 10 ਮਿੰਟ ਤੋਂ ਬਾਅਦ ਉਹਨੂੰ ਫਿਲਟਰ ਕਰਕੇ ਚਾਹ ਨੂੰ ਦੁਬਾਰਾ ਫੇਰ ਗਰਮ ਕਰਕੇ ਪੀ ਲੈਣਾ। ਠੀਕ ਆ। ਤੀਸਰਾ ਜਿਹੜਾ ਹੈਗਾ ਜੀ ਚਿਕੰਦਰ, ਚਿਕੰਦਰ ਕਿਉਂਕਿ ਲਾਲ ਹੁੰਦੇ ਨੇ, ਇਹ ਕੁਦਰਤ ਇੱਕ ਤਰ੍ਹਾਂ ਦਾ ਇਸ਼ਾਰਾ ਕਰ ਰਹੀ ਹੈਗੀ ਭੈਣ ਜੀ ਵੀ ਇੱਦਾਂ ਕਰਕੇ ਵੀ ਜਿਹੜਾ ਨੇ ਖੂਨ ਵਧਾਉਣ ਵਾਸਤੇ ਜਿਹੜੇ ਚਿਕੰਦਰ ਹੈਗੇ ਨੇ, ਉਸੇ ਤਰ੍ਹਾਂ ਇੱਕ ਵਿਸਕਸ ਰੋਜ਼ਾ ਜਾਂ ਉਹਨੂੰ ਜਮਾਇਕਾ ਟੀ ਕਹਿੰਦੇ ਨੇ ਆਮ ਕਰਕੇ ਨਾ, ਇੱਥੇ ਢੋਲ ਬਿਲਕੁਲ ਢੇਰਾਂ ਦੇ ਢੇਰ ਪਏ ਹੁੰਦੇ ਨੇ ਮੈਕਸੀਕਨ ਸਟੋਰਾਂ ਦੇ ਵਿੱਚ, ਤੇ ਉਹ ਤੁਸੀਂ ਲਾਉਣੀ ਹੈ, ਉਹ ਵੀ ਲਾਲ ਹੁੰਦੀ ਹੈਗੀ ਹੈਗੀ ਤੇ ਉਹਦੀ ਵੀ ਉਹ ਗੁਲਾਬ ਦੇ ਪੱਤਿਆਂ, ਬਸ ਬਸ ਉਸ ਤਰ੍ਹਾਂ ਦੇ ਗੁਲਾਬ ਦੇ ਨਾਲ ਹਮਾਇਕਾ ਕਹਿੰਦੇ। ਹਾਂਜੀ ਹਾਂਜੀ ਹਾਂ, ਉਹਨੂੰ ਹਮਾਇਕਾ ਕਹਿੰਦੇ ਹੈਗੇ, ਤੇ ਹਿਬਿਸਕਸ ਰੋਜ਼ਾ ਉਹਦਾ ਬੋਟਨਿਕਲ ਨੇਮ ਹੈਗਾ। ਹਾਂਜੀ ਜੀ। ਤੇ ਚੌਥਾ ਜਿਹੜਾ ਹੈਗਾ ਨਾ ਜਿਹਦੇ ਰੈਡ ਕਿਡਨੀ ਬੀਨਸ ਹੈਗੇ ਨੇ ਜਾਂ ਫਾਵਾ ਬੀਨਸ, ਉਹ ਖਾਣ, ਤੇ ਤਿਲ ਜ਼ਿਆਦਾ ਖਾਣ, ਪਿਸਤੇ ਜ਼ਿਆਦਾ ਖਾਣ, ਬਦਾਮ ਜ਼ਿਆਦਾ ਖਾਣ, ਬਾਜਰੇ ਦੀ ਰੋਟੀ ਖਾਣ, ਪਾਲਕ ਜ਼ਿਆਦਾ ਖਾਣ, ਹਾਂਜੀ। ਤੇ ਇੱਕ ਨਾ ਗਲੂਟਨ ਫ੍ਰੀ ਕਰਨ, ਵੀ ਜਿਹੜਾ ਕੋਈ ਆਟਾ ਹੈਗਾ ਨਾ ਉਹ ਗਲੂਟਨ ਫ੍ਰੀ ਹੋਣਾ ਚਾਹੀਦਾ ਹੈ। ਠੀਕ ਹੈ। ਤੇ ਅਸ਼ਵਗੰਧਾ ਵੀ, ਅਸ਼ਵਗੰਧਾ ਵੀ ਲਿੱਤਾ ਜਾ ਸਕਦਾ ਹੈਗਾ, ਤੇ ਜਿਹੜਾ ਖਰਬੂਜੇ, ਖਰਬੂਜੇ ਅਗਰ ਸੀਜ਼ਨ ਹੋਵੇ ਤਾਂ ਜ਼ਰੂਰ ਖਾਣ, ਅਤੇ ਨਿੰਬੂ ਜ਼ਿਆਦਾ, ਨਿੰਬੂ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਹਰ ਇੱਕ ਭੋਜਨ ਦੇ ਨਾਲ ਜਿਹੜਾ ਹੈ ਨਾ ਸਬਜ਼ੀ ਦੇ ਉੱਪਰ ਨਿਚੋੜਨਾ, ਉਹ ਗਰਮ ਨਹੀਂ ਕਰਨਾ ਉਸ ਤੋਂ ਬਾਅਦ। ਠੀਕ ਹੈ ਜੀ। ਠੀਕ ਹੈ ਜੀ। ਚਲੋ ਜੀ, ਹੁਣ ਆਪਣੀ ਇਹ ਗੱਲ ਦੂਸਰੀ ਭੈਣ ਜਿਹਨਾਂ ਦੀਆਂ ਜਿਹੜੀ ਖੱਲੀਆਂ ਚੜ੍ਹਦੀਆਂ ਹੈਗੀਆਂ ਨੇ, ਹੈ ਉਹ ਸ਼ਾਇਦ ਵੈਰੀਕੋਜ਼ ਵੇਨਸ ਵੀ ਕਹਿੰਦੀਆਂ ਸੀਗੀਆਂ, ਸ਼ਾਇਦ ਉਹ ਕਾਲੀਆਂ ਹੋਈਆਂ। ਹਾਂਜੀ ਹਾਂਜੀ ਹਾਂ, ਉਹ ਵੈਰੀਕੋਜ਼ ਵੇਨਸ ਦੀ ਤਰ੍ਹਾਂ ਹੁੰਦਾ ਹੈ ਜੀ, ਉਹ ਜਿਹੜਾ ਹੈ ਨਾ ਉੱਥੇ ਜਿਹੜੀ ਹੈਗੀ ਹੈ ਬਲੀਡਿੰਗ, ਉੱਥੇ ਜਿਹੜਾ ਨਾ ਬਲੱਡ ਦੀ ਸਰਕੂਲੇਸ਼ਨ ਘੱਟ ਗਈ ਹੈਗੀ ਹੈ, ਤੇ ਉੱਥੇ ਜਿਹੜਾ ਨਾ ਉਹ ਨਾੜਾਂ ਜਿਹੜੀਆਂ ਨਾ ਫਟ ਜਾਂਦੇ ਨੇ, ਉਹ ਜਿਹੜਾ ਖੂਨ ਬਾਹਰ ਆਉਣ ਕਰਕੇ ਨਾ ਜੀ ਉਹ ਫਿਰ ਖੂਨ ਜੰਮ ਜਾਂਦਾ, ਉਹ ਨੀਲਾ ਹੁੰਦਾ ਹੈਗਾ, ਉਹਦਾ ਤਾਂ ਸੌਖਾ ਹੈ। ਇਹਦੀ ਪਹਿਲੀ ਗੱਲ ਤਾਂ ਹੈਗਾ ਹੀ ਨਾ, ਇਹਦੇ ਵੈਸੇ ਕਈ ਤਰੀਕੇ ਮੇਰੇ ਕੋਲ ਪਹਿਲਾਂ ਤਿਆਰ ਸੀ, ਮੈਂ ਦੁਬਾਰਾ ਫਿਰ ਅਗਲੀ ਵਾਰ ਅਗਲੇ ਹਫ਼ਤੇ ਦੱਸ ਦਾਂਗਾ। ਉਹਦੇ 'ਚ ਇਹ ਹੈਗਾ ਕਿ ਵੀ ਕਈ ਵਾਰ ਨਾ ਸਾਡਾ ਜਿਹੜਾ ਸਰੀਰ ਹੈ ਨਾ, ਜਿਵੇਂ ਮੰਜਾ ਟੇਢਾ ਹੋ ਜਾਂਦਾ ਨਾ, ਵੀ 3 ਲੱਤਾਂ ਇੱਕ ਪਾਸੇ ਹੁੰਦੀਆਂ, ਇੱਕ ਲੱਤ ਇੱਕ ਪਾਸੇ ਖੜੀ ਜੀ ਹੋ ਜਾਂਦੀ ਹੈ, ਇਸ ਤਰ੍ਹਾਂ ਜਿਹੜਾ ਨਾ ਸਾਡਾ ਮੋਢਾ ਵਿੰਗਾ ਹੋ ਜਾਂਦਾ ਹੈ, ਜਾਣੀ ਕਿ ਜਾਂ ਕੋਈ ਸਾਡੀ ਜਿਹੜੀ ਹਿੱਪ ਕੋਈ ਵਿੰਗੀ ਹੋ ਜਾਂਦੀ ਹੈਗੀ, ਇਹਦੇ ਕਰਕੇ ਹੁੰਦਾ ਹੈਗਾ। ਅਤੇ ਇਹਦਾ ਬੈਸਟ ਹੈਗਾ ਨਾ, ਸੌਖਾ, ਸਭ ਤੋਂ ਬਿਲਕੁਲ ਸੌਖਾ ਕੀ ਕਰਨਾ ਹੈਗਾ ਨਾ, 4 ਗਲਾਸ ਜਿਹੜੇ ਹੈਗੇ ਨਾ ਆਪਣੇ ਜਿਹੜੇ ਹੁੰਦੇ ਨੇ ਪੇਪਰ
ਉਹਦੇ ਫਿਰ ਉੱਪਰੋਂ ਜਿਹੜਾ ਪੋਲਕ ਲਾ ਲੈਣਾ ਉਹਨੂੰ ਜਿਹੜਾ ਹੈ ਨਾ ਜਦੋਂ ਇਸ਼ਨਾਨ ਕਰਨਾ ਪਹਿਲਾਂ ਜਨਰਲ ਇਸ਼ਨਾਨ ਕਰਨ ਤੋਂ ਬਾਅਦ ਨਾ ਉਹ ਜਿਹੜੀ ਆਈਸ ਹੈ ਨਾ ਉਹ ਸਾਰੀ ਉੱਥੇ ਜਿੱਥੇ ਜਿੱਥੇ ਵੀ ਇਹ ਪ੍ਰੋਬਲਮ ਹੈਗੀ ਨਾ ਚਾਹੇ ਗੋਡਿਆਂ 'ਤੇ ਹੈਗੀ ਹੈ ਜਾਂ ਪੱਟਾਂ 'ਤੇ ਹੈਗੀ ਹੈ ਪਿੱਛੇ ਹੈਗੀ ਹੈ ਉੱਥੇ ਸਾਰੀ ਮਲਣੀ ਹੈਗੀ ਹੈ ਜਿੰਨੀ ਦੇਰ ਤੱਕ ਜਿਹੜਾ ਨਾ ਉਹ ਏਰੀਆ ਨਮ ਨਹੀਂ ਹੋ ਜਾਂਦਾ। ਅੱਛਾ ਹਾਂਜੀ, ਇਹਦਾ ਮਤਲਬ ਨਮ ਦਾ ਮਤਲਬ ਇਹ ਹੈਗਾ ਕਿ ਉੱਥੇ ਹੁਣ ਠੰਡ ਹੋਣ ਕਰਕੇ ਨਾ ਹੁਣ ਜਿਹੜਾ ਉੱਥੇ ਬਲੱਡ ਹੈਗਾ ਨਾ ਕੁਦਰਤ ਆਟੋਮੈਟਿਕਲੀ ਉੱਥੇ ਰਸ਼ ਕਰੇਗੀ। ਉਹ ਉੱਥੇ ਜਦੋਂ ਬਲੱਡ ਦੀ ਸਰਕੂਲੇਸ਼ਨ ਦੇ ਗੱਲ ਵੈਸੇ ਜਾ ਕੇ ਅਖੀਰ 'ਚ ਸਰਕੂਲੇਸ਼ਨ ਦੀ ਰੁਕ ਜਾਂਦੀ ਹੈਗੀ ਹੈ ਅਤੇ ਜਦੋਂ ਉੱਥੇ ਮਤਲਬ ਵੀ ਤਕਰੀਬਨ 1.5 ਮਿੰਟ ਬਾਅਦ 2 ਮਿੰਟ ਬਾਅਦ ਹੀ ਇਹ ਨਮਨੈਸ ਹੋ ਜਾਂਦੀ ਹੈਗੀ। ਹਾਂਜੀ, ਅਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਕੋਈ ਤੇਲ ਲਾ ਲਓ, ਉਸ ਤੋਂ ਬਾਅਦ ਚਾਹੇ ਨਾਰੀਅਲ ਦਾ ਤੇਲ ਲਾ ਲਓ ਚਾਹੇ ਸਰ੍ਹੋਂ ਦਾ ਤੇਲ ਲਾ ਲਓ। ਹਾਂਜੀ, ਵੈਸੇ ਮੈਂ ਪਰਸਨਲੀ ਜਿਹੜਾ ਗਰੇਪ ਸੀਡ ਆਇਲ ਦਾ ਬਹੁਤ ਮੈਂ ਬਹੁਤ ਇੱਛੁਕ ਹੈਗਾ, ਮੈਂ ਉਹ ਪ੍ਰੈਫਰ ਕਰਦਾ ਹੈਗਾ। ਹਾਂਜੀ, ਇਹਦੇ ਨਾਲ ਜਿਹੜਾ ਹੈਗਾ ਨਾ ਇਹਨਾਂ ਦੀਆਂ ਪ੍ਰੋਬਲਮ ਕੁਛ ਠੀਕ ਹੋਣੀ ਚਾਹੁੰਦੀਆਂ, ਮੇ ਬੀ 2 ਹਫ਼ਤਿਆਂ ਤੱਕ ਨਾ ਕਾਫ਼ੀ ਜ਼ਿਆਦਾ ਉਹਨੂੰ ਰਿਲੀਫ ਮਿਲ ਜਾਏਗਾ। ਠੀਕ ਹੈ ਜੀ। ਅੱਛਾ ਜੀ, ਅਤੇ ਇੱਕ ਜਿਹੜੇ ਸੱਜਣਾ ਨੇ ਕਾਲ ਕੀਤਾ ਸੀ ਨਾ ਟਰੱਕ ਵਾਲਿਆਂ ਨੇ ਕਿ ਜਿਹੜਾ ਨਾ ਸਿਰ ਘੁੱਟ ਦਾ ਸਿਰ ਭਾਰਾ ਰਹਿੰਦਾ ਹੈਗਾ, ਦੇਖੋ ਬ੍ਰਦਰ ਇਸ ਤਰ੍ਹਾਂ ਹੈਗਾ ਕਿ ਸਾਡੇ ਸਟ੍ਰੈਸ ਹੋਣ ਕਰਕੇ ਤੁਸੀਂ ਡਰਾਈਵਿੰਗ ਕਰਕੇ ਜਿਹੜਾ ਸਾਡਾ ਨਰਵਸ ਸਿਸਟਮ ਨਾ ਇੰਨਾ ਖਿੱਚਿਆ ਰਹਿੰਦਾ ਨਾ, ਤੁਸੀਂ ਉਹਨੂੰ ਥੋੜ੍ਹਾ ਰਿਲੀਜ਼ ਦੇ ਵਾਸਤੇ ਨਾ ਪੈਸ਼ਨ ਫਲਾਵਰ ਨਾਮ ਦੀ ਚਾਹ ਲਓ ਸੀ, PASSION ਫਲਾਵਰ, FLOWER, ਜਿਹੜੀ ਇੱਥੇ ਆਪਣੇ ਲੱਕੀ ਇਹਦੇ 'ਚੋਂ ਜਿਹੜਾ ਹੈਗਾ ਲੱਕੀ ਹੈ ਜਾਂ ਆਪਣਾ ਸੇਵ ਹੈ ਇਹਨਾਂ 'ਚ ਸਟੋਰਾਂ 'ਚ ਮਿਲ ਜਾਂਦੀ ਹੈ, ਬਣੀ ਬਣਾਈਆਂ ਉਹਦੇ ਪੁੜੀਆਂ ਹੁੰਦੀਆਂ ਨੇ ਅਤੇ ਉਹ ਵੈਸੇ ਕਿ ਰਾਤ ਨੂੰ ਸੌਣ ਲੱਗੇ ਲੈਣੀ ਹੈਗੀ ਹੈ, ਜਾਂ ਉਹਦੇ ਨਾਲ ਕੈਮੋਮਿਲਟੀ ਹੈ ਜਿਹੜੇ ਕਿ ਸਾਰੇ ਬਿੱਗ ਮਸਲ ਜਿਹੜੇ ਹੈਗੇ ਨਾ ਤੁਹਾਡੇ ਯਾਨੀ ਕਿ ਬਿਲਕੁਲ ਟੈਨਸ਼ਨ ਕਰਕੇ ਜਕੜੇ ਪਏ ਹੁੰਦੇ ਨੇ ਉਹ ਵੀ ਖੁੱਲ ਜਾਂਦੇ, ਉਹ ਕੈਮੋਮਿਲਟੀ ਲੈ ਸਕਦੇ ਹੈਗੇ ਹੋ। ਇੱਕ ਆਪਣਾ ਦੇਸੀ ਤਰੀਕਾ ਹੈ ਵੀ ਗਰਮ ਜਿਹੇ ਦੁੱਧ ਦੇ ਵਿੱਚ ਜਿਹੜਾ ਹੈ ਨਾ ਇੱਕ ਚਮਚਾ ਤੁਸੀਂ ਪੌਪੀ ਸੀਡ ਦਾ ਪਾਓ ਖਸਖਸ ਦਾ, ਅਤੇ ਇੱਕ ਥੋੜ੍ਹੇ ਜਿਹੇ ਵਿੱਚ ਕਾਲੇ ਤਿਲ ਪਾ ਲਓ, ਕਾਲੇ ਵਧੀਆ ਹੈਗੇ ਨੇ ਅਤੇ ਦੂਸਰੇ ਵੀ ਪਾਸੇ ਜਿਹੜੇ ਹੋਣ ਹੈ, ਅਤੇ ਉਹ ਪੀ ਕੇ ਸੌ ਜਾਓ ਅਤੇ ਜਿਹੜਾ ਹੈਗਾ ਉਹ ਨਾਲ ਜਿਹੜਾ ਹੈਗਾ ਸਾਰੇ ਜਿਹੜੇ ਮਸਲ ਹੈਗੇ ਨੇ ਉਹ ਜਿਹਦੇ ਜਕੜੇ ਪੈ ਹੁੰਦੇ ਨੇਗੇ ਉਹ ਥੋੜ੍ਹੇ ਢਿੱਲੇ ਪੈ ਜਾਂਦੇ ਹੈਗੇ ਨੇ, ਅਤੇ ਚਲੋ ਇੱਦਾਂ ਹੌਲੀ ਹੌਲੀ ਜਿਹੜਾ ਹੈ ਨਾ ਜੀ 2-3 ਹਫ਼ਤਿਆਂ ਦੇ ਵਿੱਚ ਨਾ ਇਹ ਠੀਕ ਹੋਣਾ ਸ਼ੁਰੂ ਹੋ ਜਾਂਦਾ। ਅਤੇ ਵੈਸੇ ਜਿਹੜੀ ਭੈਣ ਨੇ ਕਾਲ ਕੀਤਾ ਸੀ ਨਾ ਪੋਸਟ ਨੇਜ਼ਲ ਡ੍ਰਿਪ ਦਾ, ਉਹਦੇ ਮੇਰੇ ਕੋਲ ਕੋਈ ਮੈਥਡ ਹੈਗੇ ਸੀ ਪਰ ਹੁਣ ਮੈਨੂੰ ਟਾਈਮ ਨਹੀਂ ਹੈਗਾ, ਨੈਕਸਟ ਟਾਈਮ ਆਪਾਂ ਕਰ ਲਾਂਗੇ, ਪਲੀਜ਼ ਕਾਲ ਨੈਕਸਟ ਟਾਈਮ ਐਂਡ ਵੀ ਵਿਲ ਬਲੈਸ ਯੂ ਵਿਦ ਦੈਟ। ਚਲੋ ਭੈਣ ਜੀ, ਪ੍ਰਮਾਤਮਾ ਭਲੇ ਕਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਆਪਣੇ ਕੋਲ 2 ਹੀ ਕਾਲਰ ਲੈ ਸਕਾਂਗੇ, ਹੋਰ ਕਾਲ ਤੁਸੀਂ ਨਹੀਂ ਲੈ ਸਕਾਂਗੇ। ਸੁਰਿੰਦਰ ਜੀ। ਹਾਂਜੀ ਭੈਣ ਜੀ, ਮੈਂ ਦੁਬਾਰਾ ਆਈ ਹਾਂ ਜੀ। ਮੈਂ ਉਹ ਉਦੋਂ ਭੁੱਲ ਗਈ ਸੀ, ਜਿਹੜੇ ਬੱਚੇ ਨੂੰ ਟੌਨਸਿਲ ਆ ਉਹਨੂੰ ਖੱਟੀਆਂ ਚੀਜ਼ਾਂ ਨਹੀਂ ਦੇਣੀਆਂ, ਬਿਲਕੁਲ ਖੱਟੀਆਂ ਚੀਜ਼ਾਂ ਬੰਦ ਕਰਦੇ। ਹਾਂਜੀ, ਅਚਾਰ ਕੋਈ ਵੀ ਕੋਈ ਖੱਟੀ ਚੀਜ਼ਾਂ, ਨਿੰਬੂ ਵਗੈਰਾ ਏਦਾਂ ਦੀ ਵੀ ਕੋਈ ਚੀਜ਼ ਨਹੀਂ ਦੇਣੀ, ਤੇ ਉਹਦੇ ਨਾਲ ਉਹ ਫੁੱਲ ਜਾਂਦੇ, ਫਿਰ ਬੁਖਾਰ ਹੋ ਜਾਂਦਾ ਆ ਇਹਨਾਂ ਦੇ ਨਾਲ। ਠੀਕ ਹੈ ਜੀ। ਤੇ ਉਹ ਬੰਦ ਕਰ ਦੇਣ, ਤੇ ਜਿਹੜੇ ਉਹ ਕਹਿੰਦੇ ਸੀਗੇ ਪੇਟ ਦੇ ਵਿੱਚ ਕੀੜੇ ਉਹ ਨੈਟਨੇ ਕਾਲ ਜੇ ਉਹਨਾਂ ਨੂੰ ਟਮਾਟਰ ਖਾਣੇ ਚਾਹੀਦੇ ਆ। ਠੀਕ ਹੈ ਜੀ। ਤੇ ਜਾਂ ਫਿਰ ਜਦੋਂ ਕੋਈ ਵੀ ਦਵਾਈ ਉਹਨਾਂ ਨੇ ਕੀੜੇ ਮਾਰਨ ਦੀ ਲੈਣੀ ਆ ਤੇ ਪਹਿਲਾਂ ਗੰਨੇ ਦਾ ਜੂਸ ਉਹ ਰੱਜ ਕੇ ਪੀ ਲੈਣ, ਤੇ ਤਾਂ ਕਿ ਉਹ ਕੀੜੇ ਜਿਹੜੇ ਉੱਥੇ ਮਿੱਠੇ ਨੂੰ ਇਕੱਠੇ ਹੋ ਜਾਣ, ਫਿਰ ਉਸ ਤੋਂ ਬਾਅਦ ਦਵਾਈ ਲੈਣ ਤਾਂ ਉਹਦੇ ਨਾਲ ਫਿਰ ਉਹ ਮਰ ਜਾਣਗੇ ਸਾਰੇ। ਠੀਕ ਹੈ ਜੀ। ਹਾਂਜੀ, ਬਸ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਗੁਰਦੀਪ ਕੌਰ ਜੀ। ਹਾਂਜੀ ਬੇਟੇ। ਹਾਂਜੀ, ਉਦੋਂ ਕਹਿੰਦੇ ਸੀ ਨਾ ਨੱਕ ਦੀ 2 ਵਾਰ ਸਰਜਰੀ ਕਰਾਈ ਤੇ ਅੱਡੀ ਵਧੀ ਹੋਈ ਹੈ, ਤੇ ਹੁਣ ਕਹਿ ਕੇ ਗਏ ਨੇ ਮਾਸ ਵਧਿਆ, ਕੁਛ ਦਵਾਈ ਨਾ ਲੈਣ ਕਰਨ, ਘਿਓ ਨੂੰ ਕੋਸਾ ਕਰਕੇ ਤੇ ਲੰਮਾ ਪਾ ਕੇ ਨੱਕ ਉਹਦਾ ਕਰਕੇ 3-3 ਬੂੰਦਾਂ ਪਾ ਕੇ ਉਹਨੂੰ ਕਹਿ ਨੱਕ ਉੱਚਾ ਕੀਤੀ ਰੱਖੋ, 2 ਟਾਈਮ ਪਾਉਣ, ਬਿਲਕੁਲ ਉਹਨਾਂ ਦਾ ਨੱਕ ਠੀਕ ਹੋ ਜਾਏਗਾ। ਹੁਣੇ ਕਹਿ ਕੇ ਗਏ ਨਾ ਮਾਸ ਵਧਿਆ ਹੈ, ਜਿੰਨਾ ਸਿਰ ਭਾਰਾ ਹੈ ਨਾ, ਔਲਾ ਪਾਊਡਰ ਤੇ ਬਰਮੀ ਪਾਊਡਰ ਤੇ ਅਸ਼ਵਗੰਧਾ ਇਹ ਰਾਤ ਨੂੰ ਜ਼ਰੂਰ ਦੁੱਧ ਨਾਲ ਲੈਣ। ਉਹਨਾਂ ਨੇ ਸਿੱਧਾ ਵੇਖਣਾ ਟਰੱਕ ਚਲਾਉਣਾ, ਦਿਮਾਗ ਤੇ ਅੱਖਾਂ ਤੇ ਸਭ ਤੋਂ ਜ਼ਿਆਦਾ ਬੋਝ ਪੈਂਦਾ। ਇੱਕ ਸੁੱਕਾ ਇੱਕ ਸੌਂਫ ਤੇ ਮਿਸ਼ਰੀ ਲਾ ਕੇ ਨਾਲ ਰੱਖ ਲੈਣ ਕਰਨ, ਤੇ ਉਹ ਚੱਬ ਲੈਣ ਕਰਨ 2-3 ਵਜੇ ਦਿਨ ਚ। ਜਿਹੜਾ ਔਲਾ ਪਾਊਡਰ ਤੇ ਬਰਮੀ ਪਾਊਡਰ ਅਸ਼ਵਗੰਧਾ ਇਹ ਤਾਂ ਰਾਤੀ 1 ਚਮਚਾ ਰਿਹਾ ਤਾਂ ਹਫ਼ਤੇ ਦਾ ਕੰਮ ਹੀ ਇਹਨੇ, ਬਿਲਕੁਲ 10 ਦਿਨ ਠੀਕ ਹੋ ਜਾਣਗੇ ਹੈ ਨਾ। ਇੱਕ ਉਹਨਾਂ ਨੂੰ ਨਾ ਸੁੱਕਾ ਧਨੀਆ ਭੁੱਜੇ ਛੋਲੇ ਭਿਓ ਉਹਨਾਂ ਨੂੰ ਪੀਸ ਲੈਣ, ਤੇ ਥੋੜਾ ਘਿਓਰ ਲਾ ਕੇ ਨਾਲ ਉਹਨਾਂ ਦੀ ਵਾਈਫ ਡੱਬੇ ਡੁੱਬੇ ਪਾ ਦੇਵੇ ਤੇ ਉਹ ਖਾਂਦੇ ਰਹਿਣ, ਤੇ ਉਹਨਾਂ ਨਾਲ ਇਹ ਜਿਹੜੀ ਮੈਂ ਤਲਸੀ ਇਹਦੇ ਨਾਲ ਹੀ ਹੋ ਜਾਏਗਾ। ਮੇਰੇ ਖੁਦ ਮੇਰੇ ਬੇਟੇ ਦਾ ਵਰਤਿਆ ਮੈਂ, ਬਿਲਕੁਲ ਇਸੇ ਨਾਲ ਆਰਾਮ ਨਾਲ, ਕੋਈ ਗੋਲੀ ਦਵਾਈ ਨਹੀਂ ਲਈ ਸੀ ਅਸੀਂ। ਜਿਹੜੇ ਉਹ ਕਹਿੰਦੇ ਸੀ ਨਾ ਧਰਨ ਨੂੰ ਸਵੇਰੇ 1-2-3 ਦਿਨ ਦਾ ਕੰਮ ਹੈ, ਕੋਈ 1-2 ਮਹੀਨੇ ਦਾ ਨਹੀਂ। ਸਵੇਰੇ ਸਵੇਰੇ ਨਿਰਣੇ ਕਾਲ ਜੀ ਉੱਠ ਕੇ ਮੂਧੇ ਪੈ ਜਾਣ, ਲੱਤਾਂ ਲੱਕ ਨਾਲ ਲਾਉਣ 5-7 ਵਾਰੀ ਅਕੜਾ ਕੇ, ਫਿਰ ਸਿੱਧੇ ਹੋ ਕੇ ਲੱਤਾਂ ਗੋਡੇ ਗਿੱਟੇ ਜੋੜ ਕੇ ਸਿੱਧੀਆਂ ਉਤਾਂ ਨੂੰ 5-6 ਵਾਰੀ ਅਕੜਾ ਕੇ, ਤੇ ਫਿਰ ਸੱਜੀ ਲੱਤ ਇਹਦੀ ਅੱਡੀ ਨਲਾਂ ਚ ਰੱਖ ਦੇਣ ਖੱਬੇ ਪਾਸੇ, ਕੜਕ ਕਰਕੇ ਨਿਕਲ ਆਵੇਗੀ, ਗੁੱਛਾ ਜਿਹਾ ਬਣ ਜਾਂਦਾ। ਫਿਰ ਅਸੀਂ ਕਰਨ ਇਹਨੂੰ ਮੋਟਾ ਸਾਰਾ ਤੌਲੀਏ ਦਾ ਕਰਕੇ ਧੁੰਨੀ ਦੇ ਕੇ, ਤੇ ਖੱਬੇ ਸੱਜੇ ਪਾਸੋਂ ਮੂਧੇ ਆਉਣਾ, ਖੱਬੇ ਪਾਸੋਂ ਨਹੀਂ ਆਉਣਾ।
ਉੱਥੇ ਜਦ ਪੈ ਰਹਿਣਗੇ ਨਾ ਬਿਲਕੁਲ ਸਹੀ ਹੋ ਜਾਏਗਾ, ਫਿਰ ਸੱਜੇ ਪਾਸੇ ਉੱਠ ਕੇ ਸਿੱਧੇ ਆਉਣਾ ਹੈ ਤੇ ਕੋਈ ਚੀਜ਼ ਕੋਈ ਹਲਵਾ ਜਾਂ ਕੋਈ ਚੂਰੀ ਜਾਂ ਕੋਈ ਚੀਜ਼ ਨਾਰਮਲ ਤਿੰਨ ਡੰਗ ਐਵੇਂ ਕਰਦੇ ਰਹਿਣ, ਉਹਨਾਂ ਦੀ ਤਰਨ ਬਿਲਕੁਲ ਪੁਰਾਣੀ ਵੀ ਅੜ ਜਾਏਗੀ, ਇੱਕ ਛੋਟੀ ਇਲਾਚੀ ਤਵਾ ਚੀਰ ਤੇ ਮਿਸ਼ਰੀ ਤੇ ਉਹ ਠੰਡੇ ਦੁੱਧ ਨਾਲ ਲੈਣ, ਤੇ ਇੱਕ ਐਲੋਵੇਰਾ ਦਾ ਆਪਣਾ ਉਹ ਪੀਣ, ਜੂਸ ਪੀਣ, ਇਹਨਾਂ ਨਾਲ ਹੀ ਉਹਨਾਂ ਦੀ ਤਰਨ ਨਿਕਲ ਜਾਣੀ। ਤੇ ਮੈਂ ਤਾਂ ਕਾਲ ਕੀਤੀ ਸੀ ਅਜੂਠੇ ਸਿਰ ਸੋਲੀ ਕਿ ਜਿਹਨੇ ਪੁੱਛੀ ਸੀ, ਤੇ ਮੈਂ ਆਖਿਆ ਚੱਲ ਇਹ ਤਾਂ ਬੜੇ ਜ਼ਰੂਰੀ ਦੱਸ ਦਿੰਦੀ ਹਾਂ। ਇੱਕ ਤਾਂ ਬੇਟੇ ਇੱਥੇ ਕਿਸੇ ਦੀਆਂ ਬਣੀਆਂ ਸੀ, ਇੱਕ ਤਾਂ ਜਿਹੜੀ ਆਪਾਂ ਸੱਤ ਚੀਜ਼ਾਂ ਦੱਸਦੇ ਹਾਂ ਨਾ, ਸੁੱਕਾ ਧਨੀਆ, ਜਾਂਗਰੜ, ਸੁੰਡ, ਜੌਂ ਖਾਰ, ਸੁਹਾਗਾ, ਕਲਮੀ ਛੋਰਾ, ਟਿੱਕਰੀ ਸੱਤ, ਬਾਕੀ 20-20 ਗ੍ਰਾਮ ਤੇ 10 ਗ੍ਰਾਮ ਇਹਨੂੰ ਪੀਸ ਕੇ ਨਾ ਗਾਜਰ ਦੇ ਜੂਸ ਨਾਲ ਲੈਂਦੇ ਰਹਿਣ, ਜਿਹਨਾਂ ਦੀ ਰਸੌਲੀ ਜੂਠੇ ਰਸੌਲੀ ਬੜਾ ਛੇਤੀ ਆਰਾਮ ਆਉਂਦਾ। ਇੱਕ ਇਹ ਕਈ ਕਰਨ ਫਰਕੜੀ ਜ਼ਰੂਰੀ ਲੈਣ, 14 ਚੀਜ਼ਾਂ ਜ਼ਰੂਰੀ ਲੈਣ। ਇੱਕ ਤਾਂ ਆਪਣੇ ਆਪਣੇ ਤਰਬੂਜ ਦਾ ਜੂਸ ਕੱਢ ਕੇ ਨਾ ਜੀਰਾ ਤੇ ਸੁੱਕਾ ਧਨੀਆ ਪੀਸ ਕੇ ਉਹਦੇ ਵਿੱਚ ਪਾ ਕੇ ਜ਼ਰੂਰ ਲੈਣਾ, ਉਹਨਾਂ ਨੂੰ ਬੜਾ ਆਰਾਮ ਆਏਗਾ ਇਹਦੇ ਨਾਲ, ਇਹ ਆਪਣੇ ਜੂਸ ਦੇ ਨਾਲ। ਇੱਕ ਉਹ ਨਾ ਕਚਨਾਰ ਗੁੱਗਲ ਦੀ ਗੋਲੀ ਖਾਣ, ਸੁੱਕਾ ਧਨੀਆ 2 ਚਮਚ ਪਾਣੀ ਚ ਰਾਤ ਭਿਓ ਕੇ ਸਵੇਰੇ ਉਹ ਵੀ ਪੀਣ, ਤੇ 14 ਚੀਜ਼ਾਂ ਖਾਣ, ਜਿੰਨੀਆਂ ਰਸੌਲੀਆਂ ਸਾਰੀਆਂ ਨਿਕਲ ਜਾਣਗੀਆਂ। ਤੇ ਅੱਜ ਇਹਨਾਂ ਦੇ ਹੱਥ ਹਲਦੇ ਨਾ ਬੇਟੇ, ਉਹਨਾਂ ਨੂੰ ਤਾਂ ਇੱਕ ਤਾਂ ਉਹ ਪੀ ਖਾ ਪੀ ਲੈਣ, ਆਪਣਾ ਬੱਕਰੀ ਦੇ ਦੁੱਧ ਨਾਲ ਨਾ ਪੱਖੜਾ ਲੈਣ ਉਹ ਜ਼ਰੂਰ, ਇੱਕ ਵਿਟਾਮਿਨ ਡੀ ਖਾਣ, ਚੂਨਾ ਖਾਣ, ਇੱਕ ਚਮਨ ਪ੍ਰਾਸ ਦੁੱਧ ਨਾਲ ਖਾਣ। ਤੇ ਇਹਨਾਂ ਨਾਲ ਚੀਜ਼ ਵਿਟਾਮਿਨ ਡੀ ਬੜੇ ਜ਼ਰੂਰੀ ਹੁੰਦੇ, ਜਦੋਂ ਬਲੱਡ ਨਹੀਂ ਇਸ ਤਰ੍ਹਾਂ ਆਪਣਾ ਘੱਟ ਜਾਂਦਾ ਜਾਂ ਕਮਜ਼ੋਰ ਹੁੰਦਾ ਜਾਂ ਸਰਕਲ ਨਹੀਂ ਹੁੰਦਾ, ਉਦੋਂ ਹੀ ਹੱਥ ਪੈਰ ਹੱਲਣ ਲੱਗ ਜਾਂਦੇ ਨੇ। ਔਲੇ ਦਾ ਮੁਰੱਬਾ ਵੀ ਬੜਾ ਜ਼ਰੂਰੀ ਹੈ, ਇੱਕ ਜਿਹੜਾ ਵਿਟਾਮਿਨ ਹੈ ਨਾ ਮਲਟੀਪਰ ਵਿਟਾਮਿਨ, ਇਹ ਬੜਾ ਜ਼ਰੂਰੀ ਹੈ ਵੀ ਖਾਣ, ਵਿਟਾਮਿਨ ਸੀ ਖਾਣ, ਇਹ ਤਿੰਨਾਂ ਚਾਰਾਂ ਚੀਜ਼ਾਂ ਨਾਲ ਉਹਨੂੰ ਆਰਾਮ ਆ ਜਾਏਗਾ। ਓਕੇ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਬਾਕੀ ਲਾਸਟ ਕਾਲਰ ਨੇ ਦਵਿੰਦਰ ਕੌਰ ਸਿਆਟਲ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਪੁੱਤ, ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ। ਹਾਂ ਪੁੱਤ, ਮੇਰੇ ਨਾ ਕਿਡਨੀਆਂ ਖਰਾਬ ਹੋ ਗਈਆਂ ਪੁੱਤ। ਹਾਂਜੀ, ਕੀ ਹੋਇਆ ਕਿਡਨੀਆਂ ਨੂੰ? ਕਿਡਨੀਆਂ ਕਹਿੰਦੇ ਖਰਾਬ ਹੋ ਗਈਆਂ, 15% ਰਹਿ ਗਈਆਂ ਪੁੱਤ। ਹੁਣ ਮੈਂ ਕੀ ਕਰਾਂ, ਮੈਂ ਤਾਂ ਤੁਹਾਡੇ ਆਸਰੇ ਸੀ ਦਿਨ ਕੱਟਦੀ। ਕੋਈ ਨੀ ਦਵਿੰਦਰ ਜੀ, ਤੁਸੀਂ ਕੋਈ ਨੀ ਸੁਣਦੇ ਰਹੋ, ਤੇ ਆਪਾਂ ਨੈਕਸਟ ਵੀਕ ਜ਼ਰੂਰ ਕਿਸੇ ਨੂੰ ਪੁੱਛਾਂਗੇ ਕਿ ਜੇ ਇਹਨਾਂ ਨੂੰ ਕਿਸ ਤਰ੍ਹਾਂ ਕਲੀਨ ਕਰਨਾ ਆ, ਕਿਸ ਤਰ੍ਹਾਂ ਜਿੰਨੀਆਂ ਕੁ ਹੈਗੀਆਂ ਸਰਵਾਈਵ ਰੱਖਣਾ ਹੈਗਾ ਇਹਨਾਂ ਨੂੰ, ਤੇ ਆਪਾਂ ਜ਼ਰੂਰ ਪੁੱਛਾਂਗੇ ਜੇ ਰਿਵਾਈਵ ਹੁੰਦੀਆਂ ਹੋਈਆਂ, ਜੇ ਕਿਸੇ ਕੋਲ ਕੁਛ ਵੀ ਹੋਵੇ। ਦੇਖੋ ਦੁਨੀਆ 'ਤੇ ਬਹੁਤ ਕੁਛ ਹੋ ਜਾਂਦਾ, ਪਰ ਹੌਸਲੇ ਦੇ ਨਾਲ, ਪਰ ਆਪਾਂ ਇਲਾਜ ਜੇ ਕਿਸੇ ਕੋਲ ਹੈ ਤਾਂ ਜ਼ਰੂਰ ਨੈਕਸਟ ਵੀਕ ਆਪਾਂ ਪੁੱਛਾਂਗੇ। ਸੁਣਦੇ ਜ਼ਰੂਰ ਰਿਹਾ ਕਰੋ, ਜਦੋਂ ਤੁਹਾਨੂੰ ਕੋਈ ਬਿਮਾਰੀ ਹੁੰਦੀ ਹੈ ਦਿਲ ਨਾ ਛੱਡਿਆ ਕਰੋ, ਉਹਦਾ ਇਲਾਜ ਹੈ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੁੰਦਾ ਆ। ਬਾਡੀ ਦੇ ਵਿੱਚ ਜਿਹੜੇ ਔਰਗਨ ਹੈਗੇ ਆ ਉਹਨਾਂ ਦੀ ਟੇਕ ਕੇਅਰ ਕਰਨੀ ਬਹੁਤ ਜ਼ਰੂਰੀ ਆ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਸੇ ਪ੍ਰੋਗਰਾਮ ਨੂੰ ਤੁਸੀਂ ਯੂਟਿਊਬ 'ਤੇ ਵੀ ਸੁਣ ਸਕੋਗੇ, ਦੇਖ ਸਕੋਗੇ। ਦੇਖਣਾ ਤਾਂ ਕੀ ਆ ਜੀ, ਇਹਦਾ ਸੁਣ ਜ਼ਰੂਰ ਸਕੋਗੇ, ਲਿਖ ਸਕੋਗੇ ਤੁਸੀਂ, ਅਤੇ ਇਸੇ ਦਾ ਰਿਪੀਟ ਐਤਵਾਰ ਹੁੰਦਾ ਹੈ ਜੀ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।